ਅਸੀਂ ਜੇਕਰ ਗੇਟ ਚੋਂ ਨਿਕਲਿਆ ਰਕਵਾਲੀ ਕਹਿੰਦਾ ਹੁਸਨ ਬਾਲ ਨੂੰ, ਓਏ ਉਹ ਚੱਲ ਉੱਠ ਬਾਬਰ ਨੂੰ ਬੁਲਾ ਚੱਲ। ਵੋ ਸਾਵਣ ਕੇ ਝੂਲੇ ਤੇ ਉਹ ਜੁੱਤੀ ਲੈ ਕੇ ਉੱਤੇ ਆ ਗਿਆ, ਝੂਲੇ ਦੇ ਸਵਾਦਾ ਰਾਜਾ ਮੇਰੇ। ਇੱਕ ਦਿਨ ਭਾਈ ਫੁੱਲ ਐਨਕਾਂ ਲਾ ਕੇ ਲੱਠੇ ਦਾ ਸੂਟ ਪਾ ਕੇ ਫਿਰਨ ਦੇ, ਮੈਂ ਕਿਹਾ ਕੀ ਹੋਇਆ, ਕਹਿੰਦਾ ਛਾਣ ਬੂਰਾ ਵੇਚਿਆ ਅੱਜ। ਅਸਲਾਮ ਵਾਲੇਕੁਮ ਨਾਦਰਨ ਟੀ ਟਾਈਮ, ਮੈਂ ਖੁਸ਼ ਆਮਦੀਦ ਜੀ। ਮੈਂ ਜ਼ਿੰਦਗੀ ਮੇਂ ਹਰ ਦਮ ਰੋਤਾ ਹੀ ਰਹਾ ਹੂੰ, ਮੈਂ ਜ਼ਿੰਦਗੀ ਮੇਂ ਹਰ ਦਮ ਰੋਤਾ ਹੀ ਰਹਾ ਹੂੰ, ਰੋਤਾ ਹੀ ਰਹਾ ਹੂੰ, ਤੜਪਤਾ ਹੀ ਰਹਾ ਹੂੰ, ਮੈਂ ਜ਼ਿੰਦਗੀ ਮੇਂ ਹਰ ਦਮ ਰੋਤਾ ਹੀ ਰਹਾ ਹੂੰ। ਆਈ ਨਾ ਮੁਝੇ ਰਾਸ ਮੁਹੱਬਤ ਕੀ ਫਜ਼ਾਏ, ਸ਼ਰਮਾਏ ਮੇਰੀ ਆਂਖ ਸੇ ਸਾਵਨ ਕੀ ਘਟਾਏ, ਖਾਮੋਸ਼ ਖਾਮੋਸ਼ ਮੁਹੱਬਤ ਲੀਏ ਫਿਰਤਾ ਹੀ ਰਹਾ ਹੂੰ, ਮੈਂ ਜ਼ਿੰਦਗੀ ਮੇਂ ਹਰ ਦਮ ਰੋਤਾ ਹੀ ਰਹਾ। ਟਕਾ ਟਕਾ ਆ, ਤੁਸੀਂ ਵੇਖਣਾ ਬੜੇ ਗਾਣੇ ਐਸੇ ਹੋਣੇ ਜਿਹੜੇ ਤੁਸੀਂ ਸਿਰਫ ਮੇਰੇ ਕੋਲ ਸੁਣੇ ਹੋਣੇ, ਮੈਂ ਇੱਦਾਂ ਦੇ ਤੁਹਾਨੂੰ ਸੁਣਾਉਣ ਵੀ ਇੱਕ ਦੌਰ ਜਿੱਦਾਂ ਦਾ ਵੀ ਚੱਲਦਾ ਸੀ। ਹੋਏ ਹੋਏ ਵਾਹ ਜੀ ਵਾਹ ਬੇਟਾ ਜੀ। ਸਭ ਤੋਂ ਪਹਿਲੇ ਨਾ ਮੇਰਾ ਪੁੱਤਰ 8,000 ਰੁਪਇਆ ਮੈਨੂੰ ਦੇ ਦਿਓ, ਤੁਹਾਡੇ ਤੋਂ 8,000 ਰੁਪਏ ਮੈਂ ਦੇ ਦਿਓ। ਫਰੀਦ ਸਾਹਿਬ ਗੱਲ ਇਹ ਹੈ ਕਿ ਬਹੁਤ ਦਿਨ ਹੋ ਗਏ ਨੇ, 8,000 ਰੁਪਇਆ ਕਿਸ ਕੁਛ ਵੀ ਹੋ ਜੇ ਠੀਕ ਹੈ ਜੀ, ਇਸ ਦਫ਼ਤਰ ਚੋਂ ਦਿੱਤਿਓ ਬਗੈਰ ਤੁਸੀਂ ਬਾਹਰ ਨਹੀਂ ਜਾ ਸਕਦੇ। ਹਾਂ, ਉਹਦਾ ਇੱਕ ਸਿਰਫ ਤਰੀਕਾ ਹੋ ਸਕਦਾ, ਇੱਕ ਵਾਅਦਾ ਕਰ ਲਾ ਜਿਹੜਾ ਤਰਾ ਹੀ ਕੱਢ ਦਿੱਤਾ। ਮੈਂ ਕਿਹਾ ਲੈ ਬਈ ਅੱਲਾ ਹੀ ਖੈਰ ਕਰੇ ਅੱਜ ਮੈਂ ਫਰੀ ਤੂੰ ਵੀ ਚਵਲ ਉਸਤਾਦ ਜੀ। ਪਤਾ ਕੀ ਗੱਲ ਆ, ਫਿਲਹਾਲ ਹਾਲਾਤ ਤੁਹਾਨੂੰ ਪਤਾ ਕੀ, ਨਾ ਸੈਲਰੀ ਤੁਸੀਂ ਦਿੱਤੀ ਨਾ ਭਾਈ ਕਿਤੋਂ ਮਿਲਣ ਦੇ ਪੈਸੇ, ਉਸਤਾਦ ਜੀ ਕੱਲ ਨੂੰ ਲੈ ਲਿਓ। ਕੱਲ ਗੱਲ ਨੀ, ਗੱਲ ਇਹ ਹੈ ਫਰੀਦ, ਅੱਜ ਹੀ ਪੈਸੇ ਤੂੰ ਦੇਣੇ ਨੇ ਤੇ ਮੈਂ ਆਪਣੇ ਪਿਓ ਦਾ ਨਹੀਂ ਜਿੱਧਰ ਕੋਈ ਨਾ ਲਵਾਂ, ਅੱਜ ਹੀ ਤੂੰ ਪੈਸੇ ਦੇਣੇ ਨੇ ਜਾਂ ਅੱਜ ਹੀ ਤੂੰ ਦੱਸੇਗਾ ਤੂੰ ਵੀ ਤੂੰ ਕਿੱਦਾਂ ਦੇਣੇ ਮੈਨੂੰ। ਉਸਤਾਦ ਜੀ ਮੈਂ ਤੁਹਾਨੂੰ ਗੱਲ ਦੱਸਾਂ, ਤੁਹਾਡੇ ਨਾਲ ਤਲਕ ਵਾਸਤਾ ਪਿਆਰ ਮੁਹੱਬਤ ਆਪਣੀ ਜਗ੍ਹਾ ਉਸਤਾਦ ਹੈਗੇ ਹੋ, ਜੇ ਤੁਸੀਂ ਇਸ ਗੱਲ 'ਤੇ ਆਏ ਹੋ ਨਾ ਤਾਂ ਆ ਭਾਅ ਜੀ ਬੈਠਾ ਵਾਂ, ਤੁਸੀਂ ਜੋ ਹੁੰਦਾ ਵਾ ਕਰ ਲਓ ਉਸਤਾਦ ਜੀ, ਥੋੜ੍ਹਾ ਟਾਈਮ ਦੇ ਦਿਓ ਬਸ। ਅੱਛਾ ਜੀ, ਬਹੁਤ ਸ਼ੁਕਰੀਆ। ਲੈ ਤੂੰ ਇਹ ਗੱਲ ਨਾ ਕਰਦਾ ਧਮਕੀ ਵਾਲੀ, ਅਤੇ ਮੈਂ ਸ਼ਾਇਦ ਤੇਰੇ ਕੋਲ ਹੁਣੇ ਹੀ ਲੈਂਦਾ, ਲੇਕਿਨ ਹੁਣ ਤੂੰ ਧਮਕੀ ਲਾਤੀ ਆ ਜਾਂ ਜਦੋਂ ਹੋਣਗੇ ਜੇ ਭਾਜੀ। ਅੱਛਾ, ਜਾਂ ਫਿਰ ਅਸੀਂ ਵੀ ਤੈਨੂੰ ਪਤਾ ਲੱਗੇਗਾ ਵੀ ਅਸੀਂ ਵੀ ਨਸਲੀ ਆਦਮੀ ਆ, ਅਸੀਂ ਵੀ ਜਿੱਥੇ ਫਿਰ ਜੋ ਕਹਿ ਦਈਏ ਉੱਥੋਂ ਫਿਰ ਤੂੰ ਜਦੋਂ ਵੀ ਦੇਣੇ ਹੋਣਗੇ ਟਾਈਮ ਦੱਸ ਦੇ ਭਾਜੀ। ਜਾ ਉਸਤਾਦ ਜੀ, ਆਹ ਵੇਖੋ ਹੁਣ ਮੈਂ ਤੁਹਾਨੂੰ ਦੇ ਗਿਆ ਨਾ ਪੈਸੇ, ਤੇ ਥੋੜਾ ਟਾਈਮ ਦੇ ਕੇ ਤੁਸੀਂ ਜਿੱਦਾਂ ਤੁਸੀਂ ਦੇ ਗਿਆ ਪੈਸੇ, ਮੈਂ ਕਿਹਾ ਮੈਂ ਇੱਥੇ ਦੇ ਕੇ ਜਾਵਾਂਗਾ। ਆ ਜਿਹੜਾ ਤੂੰ ਮੂੰਹ ਤੇ ਹੱਥ ਫੇਰਿਆ ਨਾ ਫਰੀਦ ਖਾਨ, ਇਹਨੇ ਤੈਨੂੰ ਮਰਵਾ ਦੇਣੇ। ਇੱਕ ਤੂੰ ਪੈਸੇ ਲਏ ਆ,
ਉੱਤੋਂ ਤੈਨੂੰ ਮੈਂ ਲੱਭਣ ਦੇ ਆ ਮੰਗਣ ਦੇ ਆ ਕਿੰਨੀ ਦੇਰ ਹੋ ਗਈ ਤੂੰ ਮੈਨੂੰ ਦੇਈ ਜਾ ਰਿਹਾ ਗੇੜਾ ਠੀਕ ਆ ਉੱਤੋਂ ਮੂੰਹ ਦੇ ਹੱਥ ਅੱਜ ਤੂੰ ਮੂੰਹ ਤੋਂ ਹੱਥ ਫੇਰ ਕੇ ਮੇਰੇ ਲਾਗੇ ਆ ਗੱਲ ਕੀਤੀ ਆ ਤੇ ਮੈਂ ਇੱਕੋ ਪਿਓ ਦਾ ਨਹੀਂ ਜੇ ਅੱਜ ਹੀ ਤੇਰੇ ਕੋਲੋਂ ਇਹ ਨਾ ਪੁੱਛਾਂ ਵੀ ਤੂੰ 6 ਮਹੀਨੇ 8 ਮਹੀਨੇ ਸਾਲ ਜਦੋਂ ਵੀ ਦੇਣੇ ਮੈਨੂੰ ਦੱਸ ਜੋ ਹੁੰਦਾ ਨਾ ਕਰ ਲੋ ਟਾਈਮ ਦੇ ਥੋੜਾ ਪਤਾ ਕੀ ਗੱਲ ਆ ਏਦਾਂ ਨਾ ਪੈਸੇ ਲੈ ਜਾਂਦੇ ਬਾਹਰ ਦਾ ਗੇਟ ਲਾ ਦਿਓ ਕੁੰਡੀਆਂ ਲਾ ਦਿਓ ਬਾਹਰ ਦੀਆਂ ਬਾਤ ਸਾਹਿਬ ਠੀਕ ਆ ਠੀਕ ਹੈ ਕੁੰਡੀਆਂ ਬਾਹਰ ਦੀਆਂ ਲਾ ਦੇਣੀਆਂ ਨੇ ਤੇ ਇਹ ਉਧਰ ਨੂੰ ਬਾਹਰ ਨੂੰ ਜਾਵੇ ਤੇ ਇਹਨੂੰ ਗਿਰੇਬਾਨ ਤੋਂ ਫੜ ਲੈਣਾ ਠੀਕ ਹੈ ਜੀ ਫੜ ਕੇ ਇਹਨੂੰ ਕਹਿਣਾ ਮੈਂ ਵਿਸਤਾਰ ਨੂੰ ਨਹੀਂ ਦੱਸਣਾ ਨਾ ਦੱਸ ਮੈਨੂੰ ਦੱਸ ਵੀ ਕਦੋਂ ਦੇਗਾ ਇਹਦੇ ਕੋਲ ਵਾਅਦਾ ਲੈ ਕੇ ਇਹਨੂੰ ਜਾਣ ਦੇਣਾ ਜਾਂ ਫਿਰ ਠੀਕ ਜਾਂ ਫਿਰ ਤੈਨੂੰ ਪਤਾ ਕੋਈ ਤਲਕ ਨਹੀਂ ਭਾਜੀ ਉਸਤਾਦ ਦੀ ਸਿਕਰ ਦੀ ਲੈਦਾ ਕਾਰੋਬਾਰ ਆਪਣਾ ਲੈਦਾ ਇੱਦਾਂ ਕਰਨਾ ਫਰੀਦ ਸਾਹਿਬ ਮੈਂ ਤੁਹਾਡੀ ਸੰਗੀ ਤੇ ਅੰਗੂਠਾ ਰੱਖ ਕੇ ਨਾ ਤੁਹਾਡੇ ਕੋਲੋਂ ਪੈਸੇ ਜਦੋਂ ਵੀ ਤੁਸੀਂ ਦੇਣੇ ਆ ਨਾ ਮੈਂ ਉਦੋਂ ਲੈ ਲੈਣੇ ਮੀਟਰ ਜੋ ਹੁੰਦਾ ਕਰ ਲਵੋ ਉਸਤਾਦ ਜੀ ਮੈਂ ਤੁਹਾਨੂੰ ਕਹਿਣ ਡਿਆ ਨਾ ਜੋ ਹੁੰਦਾ ਕਰ ਲਵੋ 8 ਮਹੀਨੇ ਨੂੰ ਤੁਹਾਨੂੰ ਮੈਂ ਦੇ ਦੇ 8 ਮਹੀਨੇ ਦਿਮਾਗ ਮੇਰਾ ਖਰਾਬ ਨਾ ਕਰ ਸਮਝ ਆਈ ਮੈਂ ਡਰਦਾ ਨਹੀਂ ਬੇਟਾ ਡਰਦਾ ਨਹੀਂ ਉਹਨਾਂ ਦੀ ਸੂਈ ਫਸ ਗਈ ਨਾ ਉਹਨਾਂ ਨੇ ਫਿਰ ਜਿੱਦਾਂ ਤੂੰ ਕਹਿਣਾ ਓਦਾਂ ਹੀ ਕਰਨੀ ਪੈਣੀ ਹਾਂਜੀ ਪੈਸੇ ਕਿੰਨੇ ਤੁਸੀਂ 8,000 ਰੁਪਇਆ ਉਸਤਾਦ ਜੀ ਪਤਾ ਕੀ ਗੱਲ ਆ ਤੁਸੀਂ ਇਹ ਜੇ 8,000 ਦੀ ਗੱਲ ਕਰਦੇ ਮੈਂ ਤੁਹਾਡੇ ਕੋਲ ਇੰਨੇ ਲੈਣੇ ਮੈਂ ਨਹੀਂ ਬੋਲਿਆ ਜ਼ਿਕਰ ਜੇ ਤੁਸੀਂ ਇਹ 8,000 ਤੇ ਟਿਕੇ ਹੋ ਨਾ ਤੇ ਉਸਤਾਦ ਜੀ ਜਾਓ ਦਿਓ ਟਾਈਮ ਇੱਥੇ ਦੱਸੋ ਸਾਲ ਦਾ ਦੇ ਦਿਓਗੇ ਤੇ ਜਾਂ ਤੁਹਾਡੀ ਫਿਰ ਮੋਟਰਸਾਈਕਲ ਮੈਂ ਜ਼ਬਤ ਕਰਾਂਗਾ ਠੀਕ ਹੈ ਜੀ ਮੋਟਰਸਾਈਕਲ ਤੁਹਾਡੀ ਮੈਂ ਮੋਟਰਸਾਈਕਲ ਜ਼ਬਤ ਕਰ ਲਾਂਗਾ ਮੈਂ ਜ਼ਬਤ ਕਰਾਂਗਾ ਤੁਹਾਡੀ ਮੋਟਰਸਾਈਕਲ ਕਿੰਨੇ ਕਰਨੀ ਓਏ ਫਰੀਦ ਸਾਹਿਬ ਮੈਂ ਤੁਹਾਡੀ ਮੋਟਰਸਾਈਕਲ ਜ਼ਬਤ ਕਰਾਂਗਾ ਕਿੰਨੇ ਕਰਨੀ ਜ਼ਬਤ ਤੇ ਤੁਸੀਂ ਇੱਥੋਂ ਆਪਣੀ ਮੋਟਰਸਾਈਕਲ 'ਤੇ ਜਾਓਗੇ ਲੇਕਿਨ ਉਹ ਮੇਰੇ ਕੋਲ ਉਧਾਰੀ ਲੈ ਕੇ ਜਾਓਗੇ ਤੁਸੀਂ ਫਿਰ ਜਦੋਂ ਤੁਸੀਂ ਮੈਨੂੰ ਪੈਸੇ ਦਿਓਗੇ ਫਿਰ ਤੁਸੀਂ ਮੈਨੂੰ ਮੋਟਰਸਾਈਕਲ ਵਾਪਸ ਕਰੋਗੇ ਉਧਾਰੀ ਵਾਲੀ ਜਦੋਂ ਤੁਸੀਂ ਪੈਸੇ ਦਿਓਗੇ ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਪੈਸਿਆਂ ਵਾਲੀ ਮੋਟਰਸਾਈਕਲ ਦੁਬਾਰਾ ਵਾਪਸ ਕਰਾਂਗਾ ਆਹ ਬੰਦਾ ਬੈਠਾ ਵਾ ਉਸਤਾਦ ਜੀ ਦਾਨਿਸ਼ ਜਾਂ ਇਹਨਾਂ ਨੂੰ ਦੱਸ ਉਸਤਾਦ ਜੀ ਆਹ ਮੇਰੀ ਮੇਰੀ ਜ਼ਮਾਨਤ ਹੈਗੀ ਜੀ ਠੀਕ ਆ ਮਿੱਠਾ ਜੀ ਸਾਰੇ ਸੁਣ ਲਓ ਓਏ ਜ਼ਮਾਨਤ ਉਦੋਂ ਲਈਦੀ ਆ ਜਦੋਂ ਹਲੇ ਪੈਸੇ ਬਾਅਦ ਚ ਲੈਣੇ ਹੁਣ ਮੈਂ ਅੱਜ ਜਾਣ ਨਹੀਂ ਦੇਣਾ ਫਰੀਦ ਸਾਹਿਬ ਮੈਂ ਤੁਹਾਡੇ ਅੰਦਰੋਂ ਪੈਸੇ ਕੱਢ ਲੈਣੇ ਆ ਅੰਦਰੋਂ ਕਿੱਥੋਂ ਕੱਢ ਲੈਣੇ ਅੰਦਰੋਂ ਮੈਂ ਤੁਹਾਡੇ ਅੰਦਰੋਂ ਵਿੱਚੋਂ ਕਹਿੰਦਾ ਨਹੀਂ ਮੈਂ ਤੇਰੇ ਵਿੱਚੋਂ ਕੱਢ ਲੈਣਾ ਵਾ ਆਪਣਾ ਮੋਬਾਇਲ ਜਾਂ ਆਪਣਾ ਚਾਰਜਰ ਜਾਂ ਆਪਣਾ ਮੈਂ ਤੇਰੇ ਅੰਦਰੋਂ ਕੱਢ ਲੈਣਾ ਵਾ ਮੈਂ ਤੇਰੇ ਅੰਦਰੋਂ ਪੈਸੇ ਕੱਢ ਲੈਣੇ ਆ ਉਹ ਭਾਈ ਉਸ ਤੋਂ ਬਾਅਦ ਜਿਹੜਾ ਵੀ ਤੂੰ ਵਾਅਦਾ ਕਰੇ ਉਸ ਤੋਂ ਬਾਅਦ ਜੀ ਯਾਰ ਅੱਲਾ
ਦਾਨੇ ਸਾਹਿਬ ਬੈਠੇ ਨੇ, ਦਾਨੇ ਸਾਹਿਬ ਤੁਸੀਂ ਦਿਓ, ਦਾਨੇ ਸਾਹਿਬ ਤੁਸੀਂ ਫੈਸਲਾ ਕਰੋ, ਦੱਸੋ ਦਾਨੇ ਸਾਹਿਬ ਇਹਨਾਂ ਨੂੰ ਮੇਰੇ ਵੱਲੋਂ ਤੁਸੀਂ ਕਹਿ ਦਿਓ ਵੀ ਜਦੋਂ ਹੋਏ ਉਦੋਂ ਦੇ ਦਿਆਂਗੇ, ਕਹਿ ਦੇ ਯਾਰ ਉਧਰੋਂ ਉਹਨਾਂ ਦਾ ਤਕਾਜ਼ਾ ਵਾ ਫੌਰੀ, ਉਹਨਾਂ ਨੇ ਕਿਹਾ ਵਾ ਟਾਈਮ ਦੱਸ, ਉਧਰੋਂ ਤੂੰ ਕਹਿੰਦੇ ਆ ਕਿ ਮੈਂ ਇਹ ਜ਼ਿੱਦਬਾਜ਼ੀ ਬਣ ਗਈ ਆ ਉਹਨੇ ਕੰਮ ਕੀਤਾ। ਨਹੀਂ 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 ਮੈਂ ਅੱਜ ਭਾ ਜਾਣੀ ਅੱਜ ਮੈਂ ਹੈ ਨਹੀਂ ਜਾਂ ਇਹ ਹੈ ਨਹੀਂ, ਪੈਸੇ ਅੱਜ ਮੈਨੂੰ ਦੇ ਕੇ ਜਾਏਗਾ, ਨਹੀਂ ਤੇ ਇਹਨੇ ਜਦੋਂ ਵੀ ਦੇਣੇ ਆ ਉਦੋਂ ਦੇਗਾ ਮੈਨੂੰ। ਫਾਈਨਲ ਗੱਲ ਆ, ਲੈ ਹੁੰਦੇ ਤਾਂ ਭਰਾਵਾ ਲੈ ਲਓ, ਮੈਂ ਬੈਠਾ ਵਾ, ਜੋ ਜੋ ਹੁੰਦਾ ਤੁਹਾਡੇ ਕੋਲੋਂ ਲੈ ਲਓ। ਅੱਛਾ ਜੀ, ਹਾਂਜੀ ਲੈ ਲਓ। ਘਰ ਫੋਨ ਕਰਦੇ ਫਿਰ ਕੀ ਕਰਾਂ ਫਿਰ, ਰੋਟੀ ਪਕਾਓ? ਨਹੀਂ ਰੋਟੀ ਨਹੀਂ ਪਕਾਓ, ਘਰ ਫੋਨ ਕਰਦੇ ਕਿ ਭਾਜੀ ਮੇਰਾ ਕੋਈ ਪਤਾ ਨਹੀਂ ਹੈਗਾ ਕੀ ਮੇਰੇ ਇੱਥੋਂ ਇੱਥੋਂ ਮੇਰਾ ਕੋਈ ਪਤਾ ਨਹੀਂ ਗਾ, ਤੁਸੀਂ ਸਮਝੋ ਕਿ ਤੁਸੀਂ ਮਤਲਬ ਮੈਨੂੰ ਖੋ ਬੈਠੇ ਹੋ। ਉਸਤਾਦ ਜੀ 8000 ਰੁਪਏ ਦੀ ਖਾਤਰ ਬੱਚੇ ਯਤੀਮ ਕਰ ਲੇਗਾ, ਜਿਹੜਾ ਬਦਮਾਸ਼ ਸਦਣਾ ਸਦਣਾ ਦੀ ਖਾਤਰ ਨਾਦਰੀ ਨੇ ਬੱਚੇ ਯਤੀਮ ਕਰਾ ਲੈਣੇ ਆ ਕਿਤੇ, ਠੀਕ ਆ ਸਾਲ ਦਾ ਟਾਈਮ ਆ, ਤੂੰ ਮਤਲਬ 800 ਰੁਪਇਆ ਵੀ ਮਹੀਨੇ ਦਾ ਦਵੇ ਤੂੰ ਆਰਾਮ ਨਾਲ ਤੂੰ ਲਾ ਲੈਣੇ ਆ ਜੀ। ਦੁਬਾਰਾ ਇਹ ਗੱਲ ਨੀ ਕਰਨੀ, ਸ਼ੋਅ ਕਰੋ ਮੇਰੇ ਕੋਲ ਕੋਈ ਨੀ ਪੈਸੇ ਹੈਗੇ ਭਾਈ, ਉਹ ਨਹੀਂ ਹੈ ਯਾਰ ਪੈਸੇ, ਉਸਤਾਦ ਜੀ ਜੋ ਹੁੰਦਾ ਕਰ ਲਓ ਭਾਈ, ਤੁਸੀਂ ਨਾ ਕਹੋ ਕਰ ਲਓ ਤੁਸੀਂ ਜੋ ਯਾਰ, ਉਸ ਭਾਈ ਨੂੰ ਜੇ ਜ਼ਰੂਰਤ ਹੁੰਦੀ ਨਾ ਤੇ ਉਹਨੇ ਕਦੀ ਵੀ ਨਹੀਂ ਸੀ ਕਹਿਣਾ। ਨਾ ਨਾ ਮੇਰੇ ਕੋਲ ਹੈ ਨੇ ਭਾਈ ਯਾਰ, ਮੇਰੇ ਕੋਲ ਅੱਜ ਸਾਰੇ ਪੈਸੇ ਆਏ ਨੇ, ਮੇਰੇ ਕੋਲ ਅੱਲਾ ਦਾ ਸ਼ੁਕਰ ਆ ਸਾਰਾ, ਇਹਦੇ ਕੋਲ ਮੈਂ ਅੱਜ ਇਹਨੂੰ ਨੀ ਮੈਂ ਛੱਡਣਾ ਅੱਜ। ਯਾਰ ਜੋ ਹੁੰਦਾ ਨਾ ਉਸਤਾਦ ਜੀ ਕਰ ਲਓ, ਓਏ ਚੁੱਪ ਕਰ ਜਾ ਉਸਤਾਦ ਜੀ, ਜੋ ਹੁੰਦਾ ਕਰ ਲਓ, ਨਹੀਂ 8000 ਰੁਪਏ ਮਦਰ ਕੋ ਮੰਗਾ ਕੇ ਦੇ ਯਾਰ, ਉਹ ਨਹੀਂ ਮੈਂ ਨਹੀਂ ਦੇਣਾ, ਮਦਰ ਆਉਂਦੇ ਆਉਣ ਦਾ ਬਹੁਤ ਟਾਈਮ ਲੱਗਣਾ ਵਾ, ਮੈਂ ਇੱਥੇ ਬੈਠੇ ਦੀ ਗੱਲ ਸਾਰੀ ਮੁਕਾਉਣੀ, ਇਹਦੇ ਘਰ ਦੇ ਸਭ ਤੋਂ ਲਾਗੇ ਕੌਣ ਰਹਿੰਦਾ ਵਾ ਜੀ, ਮਿੱਠਾ ਪੂਰੇ ਨਾ, ਨਹੀਂ ਮੈਂ ਅੱਗੇ ਚਲ ਗਿਆ, ਅਸੀਂ ਈਟਨ ਵੈਲੀ ਚਲੇ ਗਏ ਆ। ਯਾਰ ਕਿੰਨੇ ਪੈਸੇ ਕਿੰਨੇ ਆ? 8000 ਰੁਪਇਆ, 8000 ਤੇਰੇ ਕੋਲ ਨਹੀਂ ਲੈਣਾ? ਨਹੀਂ ਨਹੀਂ ਮੇਰੇ ਪੈਸੇ ਮੇਰੇ ਕੋਲ ਵੀ ਗਏ ਆ, ਉਹ ਮੈਂ ਤਾਂ ਖਰਚ ਕੀਤੀ ਆ, ਮੇਰੇ ਕੋਲ ਵੀ ਗਏ ਪੈਸੇ, ਤੇਰੇ ਕੋਲ ਨਹੀਂ ਲੈਣਾ? ਫਿਰ ਲੈਣਾ ਪੈਸੇ ਤਾਂ ਕੋਈ ਲੈਣੇ ਆ? ਨਹੀਂ ਆ ਸਰ। ਔਰ ਇਹ ਅੱਜ ਦੇ ਕੇ ਜਾਏਗਾ ਮੈਨੂੰ ਜ਼ੁਬਾਨ ਵੀ ਇਹਨੇ ਕਦੋਂ ਦੇਣੇ ਆ ਜੀ। ਕੋਈ ਕਰਨ ਵਾਲੀ ਗੱਲ ਕਰੋ ਉਸਤਾਦ ਜੀ, ਤੁਸੀਂ ਵੀ ਤੇ ਫਿਰ ਇਹ ਨਾਮ, ਤੁਸੀਂ ਪੈਸੇ ਦਾ ਬਹੁਤਾ ਜ਼ਿਕਰ ਕਰੋ ਉਸਤਾਦ ਜੀ। ਦੇਖੋ ਇਹਨੂੰ ਮੈਂ ਅੱਗੇ ਬੜੇ ਪਿਆਰ ਨਾਲ, ਮੈਂ ਕਿਹਾ ਯਾਰ ਕੱਲ ਦੇ ਦੀ, ਪਰਸੋਂ ਦੇ ਦੀ, ਚੌਥ ਦੇ ਦੀ, ਹਫਤੇ ਬਾਅਦ ਦੇ ਦੀ, ਅੱਜ ਮੇਰੀ ਫਿਰਕੀ ਘੁੰਮ ਗਈ ਆ, ਇਹ ਭਾਵੇਂ ਮੈਨੂੰ 200 ਰੁਪਏ ਮਹੀਨਾ ਕਰਕੇ ਦੇਵੇ, ਮੈਂ ਲੈਣੇ ਲੈਣੇ ਅੱਜ ਹੀ ਲੈਣੇ ਆ, ਲੈਣੇ ਆਪਣਾ 8000। ਪਾਣੀ ਪਿਆ ਕਾਲੂ, ਮੇਰਾ ਦਿਮਾਗ ਖਰਾਬ ਹੋ ਗਿਆ। ਮੇਰੀ ਗੱਲ ਸੁਣੋ, ਤੁਸੀਂ ਨਾ ਸਹੀ ਫੋਕਸ ਨਹੀਂ ਪਾ ਰਹੇ, ਤੁਸੀਂ ਗੱਲ ਬਾਅਦ ਚ ਐਂਡ ਤੇ ਹੋਰ ਕਰ ਜਾਂਦੇ ਆ। ਮੈਂ ਉਹੀ ਕਰ ਜਾਂਦਾ ਵਾ, ਮੈਂ ਵੀ ਤੇਰੇ ਵੱਲੋਂ ਨਾ ਗੱਲ ਆ ਗਈ, ਤੂੰ ਫ੍ਰੀ ਦੇ ਯਾਰ 8000 ਰੁਪਇਆ, ਹੁਣ ਲੋ ਯਾਰ ਨਹੀਂ ਦਿੰਦਾ ਯਾਰ, ਤੂੰ ਲੈ ਲੈ ਯਾਰ ਮਿੱਠੇ, ਤੂੰ ਲੈ ਲੈ, ਤੇਰੇ ਕੋਲ ਹਿੰਮਤ ਆ, ਤੂੰ ਲੈ ਲੈ। ਤਰੰਗੇ ਨਾ ਇਹ ਇਸੇ ਬਦਮਾਸ਼ੀ ਨੇ ਅੱਜ ਨਾ ਮਾਫ ਕਰਵਾ ਦੇਣੇ ਆ ਪੈਸੇ ਮੇਰੇ ਕੋਲ, ਇਹਦਾ ਸਾਥ ਦੇਈਏ ਮਿੱਠੇ, ਵੇਖ ਲੈ ਤੂੰ, ਇਹ ਤੂੰ ਵੇਖ ਲਈ, ਮੈਂ ਤੈਨੂੰ ਦੱਸਤਾ ਜੀ ਇਹਦੀ ਇਸੇ ਬਦਮਾਸ਼ੀ ਤੋਂ ਮੇਰੀ ਫਿਰਕੀ ਘੁੰਮਣੀ ਆ ਤੇ ਮੈਂ ਮਾਫ ਕਰ ਦੇਣੇ ਆ, ਫਿਰ ਇਹ ਰੋਏਗਾ ਇੱਧਰ ਉੱਧਰ ਜਾ ਕੇ ਦੇਖੇਗਾ ਵੀ ਮੇਰੇ ਨਾਲ ਕੀ ਹੋਇਆ। ਇਹਦੇ ਤੋਂ ਮਾਫੀ ਤੋਂ ਮੈਂ ਕਿੰਨਾ ਮਾਰ ਜ਼ਿੰਦਗੀ ਚ ਨਾ ਸੋਚੀ, ਸ਼ਾਮ ਨੂੰ ਦੇ ਦੇ ਪੈਸੇ ਸ਼ਾਮ ਨੂੰ ਦੇ ਤੂੰ ਇੱਥੋਂ ਨਿਕਲੇ ਤੂੰ ਮੁੜ ਕੇ ਆਵਾਂ ਹੀ ਨਾ ਠੀਕ ਹੈ ਨਾ, ਯਾ ਤੂੰ ਦੱਸ ਨਾ ਵੀ ਤੂੰ ਇੱਥੋਂ ਨਿਕਲ ਗਿਆ ਅਗਰ ਸ਼ਾਮ ਤੱਕ ਨਾ ਆਇਆ ਤੇ ਫਿਰ ਬਾਅਦ ਚ ਕਦੋਂ ਆਏਗਾ ਇਹ ਵੀ ਦੱਸ ਜਾ ਫਿਰ ਜੀ। ਆਹੋ ਦੱਸ
ਨਹੀਂ ਯਾਰ ਪਤਾ ਕੀ ਗੱਲ ਜੀ, ਏਡਾ ਵੱਡਾ ਇੰਪਾਇਰ ਰਹਿ ਨਹੀਂ ਖੜਾ ਕਰਕੇ ਯਾਰ। ਫਿਲਹਾਲ ਮੇਰੇ ਕੋਲ ਮਿੱਠਾ ਜੀ ਪੈਸੇ ਨਹੀਂ ਆਏ, ਇਹਨਾਂ ਨੇ ਕੋਈ ਮੇਰੇ ਕੋਲ ਘੰਟੇ ਤੱਕ ਲੈ ਲਓ। ਚਲੋ ਪਾਣੀ ਕਰ, ਮੇਰਾ ਦਿਮਾਗ ਪੰਜ ਮਿੰਟ ਵੀ ਨਹੀਂ ਕੱਢਣੇ ਫਰੀਦ ਸਾਹਿਬ, ਪੰਜ ਮਿੰਟ ਵੀ ਨਹੀਂ। ਘਰ ਫੋਨ ਕਰੋ, ਜਿੱਥੇ ਮਰਜ਼ੀ ਗੱਲਬਾਤ ਕਰੋ, ਯਾਰਾਂ ਦੋਸਤਾਂ ਨੂੰ ਫੋਨ ਕਰੋ, ਠੀਕ ਹੈ ਜੀ। ਉਹਨਾਂ ਨੂੰ ਕਹੋ ਕਿ ਭਾਅ ਜੀ ਅਗਲੇ 2025 ਤੱਕ ਪੈਸੇ ਰੈਡੀ ਰੱਖੋ, ਮੈਂ ਲੈਣ ਆ ਰਿਹਾ, ਠੀਕ ਆ। ਮਾਮਲਾਤ ਖਰਾਬ, ਘਰ ਦੇ ਵੀ ਬੜੇ ਖਰਾਬ ਹੈਗੇ ਨੇ, ਤੇ ਪਤਾ ਕੀ ਨਹੀਂ ਹੈ ਉਸਤਾਦ ਜੀ, ਪੈਸੇ ਨਹੀਂ ਹੈਗੇ। ਤੁਸੀਂ ਨਾ ਇੱਦਾਂ ਕਰੋ, ਆਹ ਜਿਹੜੇ ਕਿੰਨੇ ਸੀ ਤੁਹਾਡੇ 8,000 ਨਾ ਜੀ, ਤੁਸੀਂ 8,000 ਲੈ ਲਓ, ਤੇ ਬਾਕੀ ਇਹ ਵਾ ਕਿ ਇਨਸ਼ਾਅੱਲਾ ਫਿਰ ਉਹ ਕਰ ਲਾਂਗੇ, ਥੋੜਾ ਟਾਈਮ ਦੇ ਦਿਓ। 8,000 50,000 ਬਿਟਕੋਇਨ ਦੀ ਵੇਚਾਂ ਡਾਰਕ ਵੈਬ ਤੇ, ਤੇ ਮੈਂ ਕਿੰਨੇ ਲੱਖਾਂ ਕਰੋੜਾਂ 8,000 ਇਕੱਠੇ ਕਰ ਸਕਦਾ, ਠੀਕ ਆ। ਬਿਹਤਰੀ ਇਹਦੇ ਚ ਹੀ ਆ ਬੇਟਾ, ਚੁੱਪ ਕਰਕੇ ਪੈਸੇ ਕੱਢ ਲਾ ਜਿੰਨੇ ਵੀ ਆ, 150-200 ਬਾਕੀ ਜਦੋਂ ਹੋਣਗੇ ਦੇ। ਮੈਂ ਅੱਗੇ ਕਹਿਣ ਡਿਆ ਸੀ ਉਸਤਾਦ ਜੀ ਸਜਾਦ ਭਾਈ, ਹੁਣ ਮੈਂ ਇਸ ਤੋਂ ਬਾਅਦ ਸਜਾਦ ਤੇ ਆਉਣਾ, ਸਟ੍ਰੇਟ ਫਾਰਵਰਡ ਹੋ, ਠੀਕ ਹੈ। ਗੱਲ ਇਹ ਹੈਗੀ ਆ, ਬੜਾ ਕੁਛ ਵੇਖਿਆ ਸੀ ਅਸੀਂ, ਗੋਲੀਆਂ ਖਾਧੀਆਂ ਵੀ ਤੇ ਮਾਰੀਆਂ ਵੀ, ਠੀਕ ਹੈ। ਤੇ ਲਿਆਦਾ ਨਾ ਇਹ ਧਮਕੀ ਧੁਮਕੀ ਕਿਸੇ ਨੂੰ ਲੈਣੀ, ਪੈਸੇ ਫੜੋ ਆਪਣੇ, ਠੀਕ ਹੈ। ਨਾ ਮੈਂ ਨਹੀਂ ਲੈਣੇ ਪੈਸੇ, ਆ ਲਓ। ਨਾ ਨਾ ਪੈਸੇ ਨਹੀਂ ਲੈਣੇ, ਮੈਂ 8,000 ਪੂਰਾ ਲੈਣਾ ਆਪਣਾ, 8,000 ਲੈਣੇ। ਇਹ ਕਿੰਨੇ ਆ ਉਹਦੇ ਦਿਖਾ, 8 ਨਹੀਂ ਉਹਦੇ ਦਿਖਾ ਨਾ, 8 ਨਹੀਂ ਹੈਗਾ, 300, 450, 60, 70, 80, 90, 490, ਠੀਕ ਹੈ ਜੀ। 8,000 ਦੇ ਵਿੱਚੋਂ ਤੂੰ ਮੈਨੂੰ 490 ਰੁਪਏ ਦੇਣੇ ਆ, ਹੈ ਬਾਕੀ ਕਦੋਂ ਦੇਣੇ ਆ ਯਾਰ? ਇੱਕਦਮ ਨਾ, ਇੱਕਦਮ ਮੇਰੀ ਗੱਲ ਸੁਣ, ਇਹ ਰੰਗ ਜਿਹੜਾ ਤੇਰਾ ਫੱਕ ਹੋਇਆ ਫਿਰ ਤਾਂ ਨਾ, ਸਿਰਫ ਮੇਰੀ ਦਹਿਸ਼ਤ ਆ। ਤੈਨੂੰ ਪਤਾ ਇਸਤਾਦ ਨੇ ਹੁਣ ਮਾਫ਼ੀ ਨਹੀਂ ਦੇਣੀ, ਇਹ 400-500 ਤੂੰ ਦੇਤਾ, ਠੀਕ ਆ। ਇੱਥੇ ਬੈਠਿਆਂ ਬੈਠਿਆਂ ਹੁਣ ਤੂੰ ਬਾਕੀ ਵੀ ਇੱਦਾਂ ਕਰ ਕਰਕੇ, ਕਿਸੇ ਕਦੀ ਕਿਸੇ ਸ਼ੋਅ 'ਚ ਦੇ ਦਿਆ ਕਰ 200, ਕਦੀ ਕਿਸੇ 'ਚ 300, ਕਦੀ ਇੱਦਾਂ ਹੀ ਮੈਂ ਲੈ ਲੈਣੇ ਤੇਰੇ ਕੋਲ। ਉਂਝ ਤੂੰ ਦੇਣੇ ਨਹੀਂ ਸੀ, ਇਹ ਮੈਨੂੰ ਥੋੜ੍ਹਾ ਜਿਹਾ ਕੌੜਾ ਹੱਥ ਟੇਢੀ ਕਰਨੀ ਪੈਣੀ ਸੀ। ਗੱਲ ਸੁਣ ਸਜਾਦ, ਓਏ ਪਾਗਲ ਆ ਫਰੀਦ, ਉਹ ਕਹਿੰਦੇ ਯਾਰ ਸਜਾਦ ਕਹਿੰਦੇ ਹੁਣ ਨਾ, ਜਾਨੀ ਕਹਿੰਦੇ ਐਂਡ ਹੋ ਗਿਆ ਜਾਨੀ ਵੀਰੇ, ਪਤਾ ਕੀ ਗੱਲ ਹੈ, ਬਸ ਹੁਣ ਐਂਡ ਹੋ ਗਿਆ ਵਾ। ਹੁਣ ਤੇਰੇ ਕੋਲ ਜੋ ਹੁੰਦਾ ਕਰ ਲੈ ਯਾਰ, ਜੋ ਤੇਰੇ ਕੋਲ ਹੁੰਦਾ ਭਾਈ, ਤੂੰ ਫੈਰ ਮਰਵਾਉਣਾ, ਬੰਦੇ ਪਵਾਉਣੇ, ਆ ਲੈ ਫੜ ਪੈਸੇ। ਉਹ ਸੰਤ ਹੈ, ਓਏ ਮੈਂ ਸਿਰਫ ਇੱਕ ਫੋਨ ਕਰਨਾ ਵਾ, ਮੈਂ ਸਿਰਫ ਇੱਕ ਫੋਨ ਕਰਨਾ ਵਾ, ਬੰਦੇ ਨੇ ਆਉਣਾ ਵਾ, ਉਹਨਾਂ ਨੇ ਐਂ ਤੇਰੇ ਸਾਹਮਣੇ ਬਹਿਣਾ ਵਾ ਸਿਰਫ 2 ਮਿੰਟ 'ਚ, ਤੇ ਉਹ ਉਹਨਾਂ ਨੇ ਤੂੰ ਉਹਨਾਂ ਨੂੰ ਦੱਸ ਦੇਣਾ ਵਾ ਵੀ ਮੈਂ ਭਾਜੀ ਇਸ ਤਰੀਕ ਨੂੰ ਦੇ ਦਿਆਂਗਾ, ਉਹਨਾਂ ਨੇ ਚੱਲ ਲੈਣਾ ਵਾ। ਉਸ ਤੋਂ ਬਾਅਦ ਤੂੰ ਵੀ ਈਜ਼ੀ, ਮੈਂ ਵੀ ਈਜ਼ੀ, ਤੈਨੂੰ ਫਿਰ ਤੁਹਾਡੀ ਬਦਮਾਸ਼ੀ ਫੇਰ ਯਕੀਨ ਆਏਗਾ ਤੈਨੂੰ। ਸ਼ਨਾਖਤੀ ਕਾਰਡ ਰੱਖ ਲੋ, ਠੀਕ ਹੈ, ਕਿਉਂਕਿ ਥੋੜਾ ਟਾਈਮ ਦੇ ਦੇਣ। ਨਸਲੀ ਲੱਗਾ ਹੀ ਆ, ਨਸਲੀ ਕਿਉਂ ਨੀ, ਹੁਣ ਤੁਸੀਂ ਟਾਈਮ ਦੇਣਾ ਬੱਚੇ ਨੂੰ।
ਪੜੀ ਯਾਰ ਫੋਨ ਕਰ ਯਾਰ ਚੁੱਪ ਮੈਂ ਮੇਰਾ ਸਾਰਾ ਕੁਛ ਲਾ ਮਿੱਠੇ ਮੇਰੇ ਕੋਲ ਟਾਈਮ ਦਿੱਤਾ ਜਾਣਾ ਜੀ ਰੋਕ ਲਾ ਮੇਰੇ ਕੋਲ ਟਾਈਮ ਦਿੱਤਾ ਜਾਣਾ ਜੀ ਮੈਂ ਇਹਨੂੰ ਟਾਈਮ ਦੇ ਦਿਆਂਗਾ ਚਾਰ ਸਾਰਾ ਕੁਛ ਟਾਈਮ ਕਿੰਨਾ ਨੂੰ ਟਾਈਮ ਸੁਣਾਉਣ ਦੇ ਮੈਂ ਨਾ ਇੱਕ ਵਾਰ ਇੱਥੇ ਫੋਨ ਬਣਾਈ ਫੜਾਈ ਨਾ ਇੱਕ ਵਾਰੀ ਮੈਂ ਹੁਣੇ ਦੱਸਾਂ ਇਹਨਾਂ ਨੂੰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬੰਦੇ ਬਣਾਉਣੇ ਆ ਫੋਨ ਰੱਖ ਲਓ ਟਾਈਮ ਦੱਸ ਦਿਓ ਥੋੜ੍ਹਾ ਜਿਹਾ ਫੋਨ ਵਾਪਸ ਲੈ ਲਵਾਂਗੇ ਲੈਣੀ ਕਿੰਨੇ ਪੈਸੇ ਕਿੰਨੇ ਸੀ ਉਹ ਛੱਡੇ ਯਾਰ ਛੱਡੇ ਮੈਂ ਇਸ ਛੋਟੀ ਤੇ ਫਤਰਾਨਾ ਨਹੀਂ ਸੀ ਦਿੱਤਾ ਨਹੀਂ ਛੱਡੇ ਮੈਂ ਕਿਹਾ ਮੈਂ ਭਰਾ ਨੂੰ ਹੁਣ ਇੱਕ ਮਿੰਟ ਚ ਬੁਲਾ ਲੈਣਾ ਛੋਟੇ ਭਾਈ ਠੀਕ ਹੈ ਤੇ ਜੇ ਬਹੁਤੀ ਗੱਲ ਹੈ ਨਾ ਜੋ ਹੁੰਦਾ ਕਰ ਲੈ ਭਰਾਵਾ ਐਲਾ ਫੜ ਪੈਸੇ ਠੀਕ ਹੈ ਡਰ ਗਿਆ ਹੁਣ ਨਾ ਥੋੜਾ ਟਾਈਮ ਦੇ ਦਿਓ ਬਾਕੀ ਚਲੋ ਨਿਕਲੀ ਨਾ ਜ਼ਮੀਨ ਪੈਰਾਂ ਤੋਂ ਬਹੁਤ ਛੇ ਕਿਆ ਧਮਕੀ ਰਹੀ ਨਿਕਲੀ ਨਾ ਇਹ ਹੁਣ ਇਹਨੇ ਇਹ ਦਿੱਤੇ ਨਾ ਇਹ ਇਹ ਬਾਕੀ ਵੀ ਹੁਣ ਵੇਖੀ ਕਦੋਂ ਬਾਕੀ ਕਦੋਂ ਮੈਨੂੰ ਚਾਹ ਪਿਆ ਦੇ ਯਾਰ ਮੇਰਾ ਮੀਟਰ ਖਰਾਬ ਹੁੰਦਾ ਜਾਂਦਾ ਮੈਨੂੰ ਚਾਹ ਪਿਆ ਦੇ ਬਣਾ ਦੇ ਬੱਚਿਆਂ ਨਾਲ ਲੜਦੇ ਨਾ ਅਸੀਂ ਕਸਮ ਯਾਰ ਉਹ ਵੀ ਦੇ ਦੇਗਾ ਪਤਾ ਕੀ ਬਾਕੀ ਵੀ ਦੇ ਦੇਣਾ ਠੀਕ ਅੱਛਾ ਯਾਰ ਚੱਲ ਫੜ ਦੇ ਲੈ ਪੁੱਤ ਆ ਫੜ ਰੱਖ ਜਾ ਠੀਕ ਹੈ ਸਾਡੇ ਹਿੰਮਤ ਆਏਗੀ ਅਸੀਂ ਆਪੀ ਤੇਰੇ ਕੋਲ ਲੈ ਲਾਂਗੇ ਵਾਅਦਾ ਵੀ ਤੂੰ ਕਦੋਂ ਦੇਗਾ ਲਓ ਜੀ ਮੋਗਿਆ ਰੋਣਾ ਹਾਂਜੀ ਭੈਣ ਵੀ ਗੁੱਸੇ ਦੇ ਬੜੇ ਠੰਡੇ ਯਾਰ ਮਜ਼ਾ ਆਇਆ ਸਾਜੀ ਪਤਾ ਕੀ ਗੱਲ ਮੈਂ ਸ਼ੁਗਲ ਮੇਲਾ ਤੋਂ ਹਟ ਗਿਆ ਨਾ ਸਾਜੀ ਮੇਰੇ ਨਾਲ ਹੋਇਆ ਸੀ ਇੱਕ ਵਾਕਿਆ ਮੈਂ ਨਾ ਕਿਸ਼ਤਾਂ ਤੇ ਗੱਡੀ ਸਾਜੀ ਕਿਸੇ ਬੰਦੇ ਨੇ ਲਈ ਤੇ ਉਹ ਮੈਨੂੰ ਨਾ ਉਹਨੇ ਸੇਲਸਮੈਨ ਹੀ ਦੇ ਦਿੱਤੀ ਮੈਂ ਉਹਦੇ ਕੰਪਨੀ ਸੇਲਸਮੈਨ ਸੀ ਤੇ ਉਹ ਮੈਂ ਗੱਡੀ ਲੈ ਕੇ ਨਾ ਸਾਜੀ ਤੇ ਮੈਂ ਗਿਆ ਵਾਂ ਤੇ ਰਸਤੇ ਦੇ ਵਿੱਚ ਨਾ ਉਹ ਮੈਨੂੰ ਦੋ ਪਠਾਣਾ ਨੇ ਰੋਕ ਲਿਆ ਤੇ ਉਹ ਮੈਨੂੰ ਰੋਕ ਕੇ ਕਹਿੰਦੇ ਉਹ ਬਾਈ ਨੀਚੇ ਉਤਰੋ ਮੈਂ ਕਿਹਾ ਕਿਆ ਹੋਆ ਬਾਈ ਉਹ ਯੇ ਇਸਨੇ ਕਹਾ ਤੁਮਕੋ ਯੇ ਗਾੜੀ ਲੈ ਕੇ ਤੁਮ ਇਧਰ ਘੁੰਮ ਰਹੇ ਮੈਂ ਕਿਹਾ ਭਾਈ ਯੇ ਵੋ ਮੇਰੇ ਬੌਸ ਨੇ ਦੀ ਮੁਝੇ ਉਹ ਤੁਮੇ ਕਹਾ ਨੀਚੇ ਉਤਰੋ ਮੈਂ ਕਿਹਾ ਯਾਰ ਬਾਤ ਤੋਂ ਸੁਣੋ ਮੈਂ ਆਪ ਡਕੇ ਤੋ ਕੌਣ ਹੋ ਪਠਾਣਾ ਮੈਨੂੰ ਇਧਰਲੇ ਪਠਾਣ ਨੇ ਇੰਜ ਫੜ ਕੇ ਨਾ ਇੰਜ ਕੀਤਾ ਉਸਤਾਦ ਜੀ ਉਹਦੇ ਨਾਲ ਉੱਚਾ ਮੈਂ ਕਿਹਾ ਉਹ ਪਠਾਣ ਬਾਈ ਕਿਆ ਮਸਲਾ ਕਿਆ ਕਹਿੰਦਾ ਕਿਸ ਤੋਂ ਕੀ ਗਾੜੀ ਹੈ ਤੂੰ ਇਧਰ ਲੈ ਕੇ ਕੈਸੇ ਘੁੰਮ ਰਿਹਾ ਤੂੰ ਪਤਾ ਇਸਕਾ ਕਿਸ਼ਤ ਕਿਤਨਾ ਸ਼ਾਰਟ ਹੈ ਮੈਂ ਕਿਹਾ ਖਾਨ ਸਾਹਿਬ ਮੇਰੇ ਪਾਸ ਤੋਂ ਮੁਝੇ ਤਾਂ ਉਸਨੇ ਦੀ ਚਲੋ ਨੀਚੇ ਉਤਰੋ ਉਸਤਾਦ ਜੀ ਨੇ ਮੈਨੂੰ ਥੱਲੇ ਲਾ ਕੇ
ਉਹ ਇੱਕ ਜਿਹੜਾ ਤਗੜਾ ਪਠਾਨ ਸੀ ਨਾ ਉਹਨੇ ਮੈਂ ਐਂ ਕਰਕੇ ਜਿਵੇਂ ਬੋਰਾ ਨਹੀਂ ਥੱਲੇ ਲਾ ਕੇ ਰੱਖ ਦਿੱਤਾ ਲਾ ਕੇ ਨਾ ਇੱਕ ਮਰੀ ਲੈ ਗਏ ਬਾਅਦ ਦੇ ਵਿੱਚ ਉਸਤਾਦ ਜੀ ਉਹ ਬੰਦਾ ਮੇਰੇ ਆ ਸਵਾਲੇ ਮੈਂ ਕਿਹਾ ਯਾਰ ਤੂੰ ਕਿਸ ਤਰ੍ਹਾਂ ਸ਼ਾਰਟ ਸੀ ਮੇਰੀ ਫਿਰ ਉਹਦੇ ਨਾਲ ਉਸਤਾਦ ਜੀ ਆਹੀ ਧਮਕੀਆਂ ਉਹਨੇ ਮੈਨੂੰ ਫੋਨ 'ਤੇ ਧਮਕੀਆਂ ਲਾ ਰਿਹਾ ਸੁਬਹਾ ਸ਼ਾਮ ਮੈਂ ਤੇਰੇ ਕੋਲ ਲੈ ਲਵਾਂਗਾ ਮੈਂ ਉਹਨੂੰ ਕਿਹਾ ਮੈਂ ਤੈਨੂੰ ਦੇ ਦੇਵਾਂਗਾ ਸਾਡੀ ਨਾ ਗਲੀ 'ਚ ਕਵਾਲੀ ਸੀਗੀ ਅਤੇ ਉੱਥੇ ਕਵਾਲ ਬੜਾ ਅੱਛਾ ਸੁਰੀਲਾ ਗਾ ਰਿਹਾ ਮੈਂ ਕੱਲ੍ਹ ਫਰੀਦ ਦੱਸਿਆ ਬੜਾ ਨਾਮਵਰ ਉਰਦੂ 'ਚ ਉਹ ਕਵਾਲੀ ਕਰ ਰਿਹਾ ਹੁਸਨ ਵਾਲੇ ਹੁਸਨ ਪੇਤੂ ਅਤੇ ਉਸ ਤੋਂ ਬਾਅਦ ਵਾਰੀ ਸੀ ਕਿ ਬਾਬਰ ਬੀਰਦੀਨ ਸਾਹਿਬ ਦੀ ਇੱਕ ਪੇਂਡੂ ਬਾਬਾ ਐਡਾ ਉਹਦਾ ਕੱਦ ਮੈਂ ਜੇਕਰ ਗੇਟ 'ਚੋਂ ਨਿਕਲਿਆ ਜਿਹੜਾ ਕਵਾਲੀ ਕਹਿੰਦਾ ਹੁਸਨ ਵਾਲ ਨੂੰ ਓਏ ਉਹ ਚੱਲ ਉੱਠ ਬਾਬਰ ਨੂੰ ਬੁਲਾ ਚੱਲ ਉਹ ਚੱਲ ਕਿਤੇ ਬਾਬਰ ਨੂੰ ਬੁਲਾ ਕਵਾਲ ਨਾ ਹੁਣ ਕਵਾਲੀ ਉਹਨਾਂ ਕੋਲ ਬੋਲ ਬੰਨ ਲੈਂਦੇ ਨਾ ਜਦੋਂ ਮਤਲਬ ਤੇਰੇ ਇਸ਼ਕ ਨੇ ਡੇਰਾ ਤੇਰੇ ਇਸ਼ਕ ਨੇ ਡੇਰਾ ਤੇ ਉਹ ਨਾ ਪਿੱਛੋਂ ਏਦਾਂ ਉਹ ਬਾਬਾ ਜੀ ਬੈਠੇ ਸੀ ਤੇ ਉਹ ਬਾਬਾ ਜੀ ਥੋੜੇ ਫਿੱਕੇ ਟੈਪ ਸੀ ਤੇ ਉਹਨਾਂ ਨੂੰ ਕਿਤੇ ਨਾ ਹੌਲ ਜਿਹਾ ਚੜ ਗਿਆ ਹੁਣ ਬਾਬਾ ਉਸਤਾਦ ਜੀ ਇੰਝ ਵੱਜ ਰਿਹਾ ਇੰਝ ਵੱਜ ਰਿਹਾ ਇਹ ਟੈਪ ਨਾ ਤੇ ਬਾਬਾ ਘੁੰਮੀ ਜਾ ਰਿਹਾ ਤੇ ਉਹਨੂੰ ਗਸ਼ ਟੈਪ ਪੈਣ ਲੱਗਦੀ ਤੇ ਇੱਕ ਬਾਬਾ ਨਾ ਉਹਨਾਂ ਦਾ ਮਰੀਜ਼ ਸੀ ਉੱਠ ਕੇ ਨਾ ਦੇ ਤਬਲੇ ਵਾਲਾ ਕਹਿੰਦਾ ਆ ਬੰਦ ਕਰ ਉਹ ਸਾਡਾ ਬਾਬਾ ਬੰਦ ਰੱਖੀ ਵੇ ਦੇਖਿਆ ਵਾਕਿਆ ਬਾਬਾ ਜੀ ਆ ਬੈਠੇ ਨੇ ਤੇ ਕਵਾਲ ਕਵਾਲੀ ਕਰ ਰਹੇ ਹੁਣ ਜਿੱਥੇ ਬਾਬਾ ਜੀ ਬੈਠੇ ਨਾ ਉਹ ਸਾਹਮਣੇ ਇੱਕ ਖਾਲੀ ਆ ਠੰਡਾ ਪਾਣੀ ਸਾਫ਼ ਚੜ੍ਹ ਰਿਹਾ ਵਿੱਚ ਨੇ ਇੱਕ ਫੁੱਲ ਲੰਬ ਰਿਹਾ ਤੇ ਬਾਬਾ ਜੀ ਹਲਕੇ ਜਿਹੇ ਸਾਈਕੋ ਟੈਪ ਉਹ ਬਾਬਾ ਜੀ ਨਾ ਕਵਾਲ ਕੋਈ ਮੇਨ ਬੋਲ ਕਵੇ ਨਾ ਤੇ ਉੱਧਰ ਨਾ ਵੇਖਣਾ ਫੁੱਲ ਲੱਗ ਜਾਣਾ ਉਹ ਕਵਾਲ ਕਵੇ ਯਾਰ ਚੰਗਾ ਮੈਨੂੰ ਬੰਨਿਆ ਨਾ ਕੋਈ ਪੈਸਾ ਹੋਣ ਡਿਆ ਨਾ ਕੱਖ ਵੀ ਨਹੀਂ ਤੇ ਜਦੋਂ ਇਹਨਾਂ ਤੇ ਕਵਾਲੀ ਕਬੋਲੀ ਮੁੱਕੀ ਨਾ ਤੇ ਖਲੀਫਾ ਕਹਿੰਦਾ ਜੀ ਅਗਲੇ ਸਾਲ ਵੀ ਆਉਣਾ ਕਹਿੰਦਾ ਆਵਾਂਗੇ ਜੀ ਲੇਕਿਨ ਖਾਲੀ ਬੰਦ ਕਰਾ ਦੇਣੀ ਕਹਿੰਦਾ ਬਾਬਾ ਉੱਧਰ ਹੀ ਵੇਖੀ ਜਾਂਦੇ ਜਿੱਦਾਂ ਉਹਨੇ ਜੀ ਇੱਕ ਵਾਰੀ ਕਿਹਾ ਗੱਲ ਕੀਤੀ ਉਹ ਇੱਕ ਬਾਬਾ ਹੁੰਦਾ ਤੇ ਉਹ ਸਾਰੇ ਕਵਾਲ ਆਉਂਦੇ ਤੇ ਇੱਕ ਕਵਾਲ ਵਿਚਾਰਾ ਮਾੜਾ ਜਿਹਾ ਤੇ ਉਹਨੂੰ ਪਤਾ ਕਹਿੰਦਾ ਯਾਰ ਬਾਬਾ ਜੀ ਦੇ ਕੋਲ ਜਾਓ ਤੇ ਕਵਾਲੀ ਕਰ ਉਹ ਬਾਬਾ ਜੀ ਨਾ ਉਹ ਕਹਿੰਦਾ ਕਿੰਨੇ ਪੈਸੇ ਦੇਣਗੇ ਕਹਿੰਦਾ ਪੈਸੇ ਨਹੀਂ ਦਿੰਦੇ ਉਹ ਕਵਾਲੀ ਸੁਣ ਕੇ ਨਾ ਸਿਰ ਦੇ ਵਾਲ ਪੁੱਟਦੇ ਆ ਕਰਕੇ ਆਹੋ ਤੇ ਜਿੰਨੇ ਵਾਲ ਉਹਨਾਂ ਦੇ ਹੱਥ ਆਏ ਨਾ ਉਨੇ ਹਜ਼ਾਰ ਦਾ ਨੋਟ ਦੇ ਦਿੰਦੇ ਆ ਉਹ ਕਹਿੰਦਾ ਲੈ ਵੀ ਠੀਕ ਆ ਕੰਮ ਉਹ ਰੁਪਈਆ 8-10 ਹਜ਼ਾਰ ਲਾ ਕੇ ਵਰਦੀਆਂ ਸਵਾ ਕੇ ਵੀ ਯਾਰ ਵਾਲ ਬਾਬਾ ਵਾਲ ਉਹ ਕਿੰਨੇ ਰੱਥ ਜਾਂਦੇ ਕਵਾਲੀ ਪੂਰੀ ਕਰਦੇ ਆ 6 ਘੰਟੇ ਮਰ ਗਏ ਲੋਕ ਕਹਿੰਦਾ ਲਓ ਜੀ ਬਾਬਾ ਜੀ ਕਰਮ ਕਰ ਦਿਓ ਹੁਣ ਬਾਬੇ ਹੁਣ ਇੰਜ ਕਰਕੇ ਇੰਜ ਕਰੇ ਟਮਾ ਤੇ ਇੱਕੋ ਹੀ ਵਾਲ ਇੱਕੋ ਹੀ ਤੇ ਬਾਬਾ ਨੂੰ 1000 ਰੁਪਇਆ ਦਿੰਦਾ ਤੇ ਉਹ 1000 ਫੜ ਕੇ ਉਹਨੂੰ ਹੈ ਵੀ ਪੀਰ ਸਾਹਿਬ ਕਹਿ ਕੁਛ ਨਹੀਂ ਸਕਦਾ ਤੇ ਕਹਿੰਦਾ ਪੁੱਤਰ ਬਹੁਤ ਮਜ਼ਾ ਆਇਆ ਅਗਲੇ ਸਾਲ ਤੁਸੀਂ ਫੇਰ ਆਉਣਾ ਜਦੋਂ ਕਹਾ ਤਾ 1000 ਜੇ ਪਾ ਕਹਿੰਦੇ ਜੀ ਅਗਲੇ ਸਾਲ ਅਸੀਂ ਆਵਾਂਗੇ ਲੇਕਿਨ ਅਗਲੇ ਸਾਲ ਅਸੀਂ ਵਾਲ ਆਪ ਪੁੱਟਣੇ ਇਹ ਜੀ ਅਗਲੇ ਸਾਲ ਅਸੀਂ ਆਵਾਂਗੇ ਲੇਕਿਨ ਅਗਲੇ ਸਾਲ ਤੁਹਾਡੇ ਵਾਲ ਅਸੀਂ ਆਪ ਪੁੱਟਾਂਗੇ ਰਸਤੇ ਚ ਦੇਖਦਾ ਤੇ ਉਹ ਕਿਤੇ ਫਸਲਾਂ ਚ ਵੜਦਾ ਤੇ ਉਹਨੂੰ ਕੁੱਤੇ ਪੈ ਜਾਂਦੇ ਤੇ ਉਹ ਨਾ ਦੇਖਦਾ ਸਾਹਮਣੇ ਇੱਕ ਕੁੱਤਾ ਹਾਂ ਤੇ ਉਹ ਬੜੇ ਹਿਸਾਬ ਨਾਲ ਇੰਜ ਕਰਕੇ ਥੱਲੇ ਨੂੰ ਟੋ ਟੋਕੜਾ ਉਹਦੇ ਹੱਥ ਚ ਇੱਟ ਆਉਂਦੀ ਅੱਧੀ ਤੇ ਉਹ ਇੱਟ ਜਿਹੜੀ ਇੰਜ ਕਰੇ ਨੀ ਦਿੱਤੀ ਹੁੰਦੀ ਉਹਦੀ ਵਿੱਚ ਫਸੀ ਹੁੰਦੀ ਤੇ ਉਹ ਖਿੱਚ ਰਿਹਾ ਤੇ ਉੱਪਰ ਨਿਕਲੀ ਨੀ ਤੇ ਉੱਠ ਕੇ ਨਾ ਪਿੱਛੇ ਮੂਰ ਕਹਿੰਦਾ ਆ ਜੀ ਉਹ ਕਹਿੰਦਾ ਬਾਬਾ ਜੀ ਕੈਸੀ ਮਨ ਕਰਦਾ ਕਹਿੰਦਾ ਇੱਟਾਂ ਬੰਨ ਕੇ ਰੱਖੀਆਂ ਕੁੱਤੇ ਖੁੱਲੇ ਜਾਂਦੇ ਇੱਕ ਹੋਰ ਸੀ ਨਾ ਸਾਜੀ ਉਹ ਕਿਤੇ
ਫਿੱਕਾ ਜਿਹਾ ਬਾਬਾ ਸੀ। ਖੈਰ ਉਹ ਬਾਬੇ ਜਿਹੜੇ ਜਾਲੀ ਨੇ ਉਹਨਾਂ ਦੇ ਦਰਬਾਰ ਤੇ ਉਹ ਕਿਤੇ ਉਹ ਨੱਚਣ ਡਿਆ ਉਹਨਾਂ ਦੇ ਉਹ ਮਹਿਫਲ ਤੇ ਉਹ ਨਾ ਕਵਾਲ ਗਾ ਰਿਹਾ ਤੇ ਹੁਣ ਨਾ ਉਹ ਮੁਰੀਦ ਉੱਠਣ ਤੇ ਸਾਧ ਜੀ ਉੱਠ ਕੇ ਨਾ ਤੇ ਉਹ ਐ ਘੁੰਮੀ ਜਾਣ ਤੇ ਹੁਣ ਕਵਾਲ ਕਵੇ ਵੀ ਇੱਥੇ ਤੇ ਪੈਸੇ ਹੋਣੇ ਜਿੱਥੇ ਬੋਲ ਜ਼ਿਆਦਾ ਬੰਨ ਦੇ ਤੇ ਉਹ ਕਹਿੰਦੇ ਜੀ ਬਾਬਾ ਜੀ ਇੱਧਰ ਮੁਰੀਦਾਂ ਨੂੰ ਕਿਉਂ ਬਹਿ ਜਾਓ ਹੈ ਤੇ ਉਹ ਕਹਿੰਦਾ ਉਹ ਇਹਨਾਂ ਨੂੰ ਨਹੀਂ ਛੇੜਨਾ ਤੇ ਬਾਬੇ ਹੁਣਾਂ ਦੀਆਂ ਠੀਕ ਆ ਤੇ ਹੁਣ ਫਿਰ ਉਹਨਾਂ ਬੋਲ ਕੋ ਬੰਨਿਆ ਵਾ ਮੇਰਾ ਸੋਹਣਾ ਬਾਬਾ ਮੇਰਾ ਸੋਹਣ ਤੇ ਉਹ ਫਿਰ ਉੱਠ ਕੇ ਘੁੰਮਣ ਲੱਗ ਪਏ। ਜਿੱਥੇ ਪੈਸੇ ਹੋਣੇ ਨਾ ਉੱਥੇ ਉਹ ਖਰਾਬ ਤੇ ਉਹ ਘੁੰਮਣ ਲੱਗ ਪਏ ਤੇ ਕਵਾਲਾਂ ਨੂੰ ਪੈਸੇ ਨੀ ਹੋ ਰਹੇ ਉੱਥੇ ਉਹਨਾਂ ਨੂੰ ਪੈਸੇ ਨੀ ਹੋ ਰਹੇ ਉਹ ਉੱਠ ਕੇ ਅੱਗੇ ਘੁੰਮਣ ਲੱਗ ਪੈਂਦੇ ਉੱਥੇ ਕਹਿੰਦਾ ਬਾਬਾ ਜੀ ਇਹਨਾਂ ਨੂੰ ਬਿਠਾ ਦਿੰਦੇ ਨੇ ਉਹ ਕਹਿੰਦਾ ਹਾਂ ਇਹਦੇ ਬਾਬਾ ਜੀ ਇੱਕ ਤੇ ਉਹ ਨਾ ਖਿੱਚ ਗਿਆ ਕਹਿੰਦਾ ਬਾਬਾ ਜੀ ਇੱਕ ਮਿੰਟ ਗੱਲ ਸੁਣੋ ਆਹ ਜਿਹੜੇ 14 ਮੈਂ ਲੈ ਗਿਆ ਬੜੀ ਸੋਹਣੀ ਪਤਾ ਨੀ ਜੱਕ ਤਾਂ ਬਾਬਾ ਜੀ ਨੇ ਕੀ ਹੋਇਆ ਆਪੇ ਉੱਠੇ ਨੇ ਆ ਸਾਫਾ ਲਿਆ ਵਾ ਸਰਾਣਾ ਚੁੱਕਿਆ ਖਲੀਫਾ ਕਹਿੰਦਾ ਬਾਬਾ ਜੀ ਕਿੱਧਰ ਚਲੀਏ ਕਹਿੰਦਾ ਯਾਰ ਸਵੇਰੇ ਕੰਮ ਤੋਂ ਲੇਟ ਹੋ ਜਾਣਾ ਯਾਰ ਕੰਮ ਤੋਂ ਵੱਡੀ ਹਲਾਲ ਰਿਜ਼ਕ ਤੋਂ ਵੱਡੀ ਕਿਹੜੀ ਬਾਤ ਆਈ ਪੀਰ ਸਾਹਿਬ ਤੇ ਹੁੰਦੇ ਨੇ ਫਿਰ ਰੋਬ ਸ਼ੋਪ ਨਹੀਂ ਨਹੀਂ ਲੇਕਿਨ ਉਹਦੇ ਕੰਮ ਦੇ ਉਹਨੇ ਸੁਬਾ ਜਾਣਾ ਕਿਹਾ ਸੀ ਗੱਲ ਕਈ ਬੰਦੇ ਕੰਮ ਤੇ ਹੀ ਨਹੀਂ ਜਾਂਦੇ ਕਈ ਆਉਂਦੇ ਨੇ ਤੇ ਬੋਲਦੇ ਨੀ ਕਈ ਕਈ 6-6 ਦਿਨ ਛੁੱਟੀ ਕਰ ਲੈਂਦੇ ਇਹ ਬਹਾਨਾ ਲਾ ਕੇ ਇਸੇ ਚੱਕਰ ਚ ਸਾਜੀ ਮੈਨੂੰ ਵੀ ਇੱਕ ਗੱਲ ਮੈਂ ਸੁਣੀ ਸੀ ਕਵਾਲਾਂ ਦੀ ਸਾਜੀ ਉਹ ਕਹਿੰਦੇ ਇਹਨਾਂ ਕਵਾਲ ਨਾ ਇੱਕ ਪਿੰਡ ਚ ਚਲੇ ਗਏ ਕਵਾਲੀ ਕਰ ਅੱਛਾ ਕਿਤੇ ਉੱਥੇ ਦਰਬਾਰ ਸੀ ਨਾ ਉਹਨਾਂ ਕਿਤੇ ਸਤਾਜੀ ਉਹਨਾਂ ਨੇ ਨਾ ਉਹਨਾਂ ਨੂੰ ਇੱਕ ਹਵੇਲੀ ਦੇ ਦਿੱਤੀ ਕਵਾਲਾਂ ਨੂੰ ਹਲੇ ਨਾ ਉਹ ਮੇਲੇ 'ਚ 3 ਘੰਟੇ ਰਹਿੰਦੇ ਮਤਲਬ 3 ਘੰਟੇ ਬਾਅਦ ਉਹਨਾਂ ਨੇ ਪਰਫੋਰਮ ਕਰਨਾ ਉਹ ਹਵੇਲੀ ਦੇ ਦਿੱਤੀ ਖੁੱਲ੍ਹੀ ਉਹ ਕਹਿੰਦਾ ਇੱਕ ਜਣਾ ਨਾ ਕਿਤੇ ਗਿਆ ਨਹਾਉਣ ਤਾਜੀ ਉੱਥੇ ਅੰਦਰ ਸਾਬਣ ਢੇਰ ਲੱਗਾ ਅਤੇ ਡੱਬ ਹੂਰ ਮਹਿੰਗੇ ਹੂਰ ਕਹਿੰਦਾ ਇੱਕ ਜਣਾ ਨਹਾ ਕੇ ਆਇਆ ਹਾਂਜੀ ਮਤਲਬ ਅੱਛੇ ਠੀਕ ਆ ਅੱਛੀ ਕੁਆਲਿਟੀ ਦੇ ਕਹਿੰਦਾ ਇੱਕ ਕੁਆਲ ਨਹਾ ਕੇ ਆਇਆ ਆਣ ਕੇ ਦੂਜਿਆਂ ਨੂੰ ਕਹਿੰਦਾ ਉਹ ਸਾਬਣ ਕਵਾਲੀ ਕਦੋਂ ਕਰਨੀ ਕਹਿੰਦਾ ਸਾਜੀ ਉਹ ਜਿਹੜੀ ਹਵੇਲੀ ਸੀ ਨਾ ਉਹਦਾ ਬਾਬਾ ਆ ਗਿਆ ਮਨ ਬਾਬਾ ਜੀ ਅੰਦਰ ਆਏ ਕਹਿੰਦੇ ਬਾਬਾ ਜੀ ਇੱਕ ਗੱਲ ਤੇ ਦੱਸੋ ਕਹਿੰਦਾ ਕਹਿੰਦਾ ਅਸੀਂ ਨਹਾਤੇ ਹਾਂ ਤੇ ਸਾਬਣ ਢੇਰ ਲੱਗਾ ਵਾਲੀ ਸਬੰਧ ਸਾਜੀ ਉਹ ਕਹਿੰਦੇ ਬਾਬਾ ਕਹਿੰਦਾ ਮੈਂ ਨਾ ਪੁੱਤ ਮੁੜਦੇ ਰਵਾਂਗਾ ਉਹ ਜਿਹੜਾ ਬਚਦਾ ਆ ਉਹ ਮੈਂ ਲਿਆ ਕੇ ਫਿਰ ਮੁਰਦੇ ਦੇ ਝੂਠੇ ਸਾਬਣ ਨਾਲ ਮੈਂ ਨਾ ਸਾਜੀ 9ਵੀਂ 10ਵੀਂ ਪੜ੍ਹਦਾ ਸੀ ਅੱਜਣਾ ਰੋਡ ਤੇ ਉਹਨੂੰ ਇਲਾਕਾ ਭੁੱਲ ਗਿਆ ਮੇਰੇ ਭਾਈ ਫਿਰ ਮੈਨੂੰ ਨਾਲ ਲੈ ਗਏ ਕਹਿੰਦੇ ਆਓ ਸਾਡੇ ਪੀਰਾਂ ਦਾ ਮੇਲਾ ਵਾ ਕਵਾਲੀ ਕਬੂਲੀ ਮੁੱਕੀ ਰਾਤ ਨੂੰ ਇੰਜ ਕਰਕੇ ਸਾਰੇ ਮੰਜੀਆਂ 'ਤੇ ਪਏ ਮੇਰਾ ਭਾਈ ਵੀ ਇਕੱਲਾ ਮੈਂ ਵੀ ਇਕੱਲਾ ਮੇਰਾ ਭਾਈ ਇੰਜ ਕਰਕੇ ਰਾਤ ਨੂੰ ਉੱਠਿਆ ਤੇ ਇੰਜ ਪਾਸਾ ਲਿਆ ਅਤੇ ਨਾਲ ਪੀਰ ਪਿਆ ਮੇਰੇ ਭਾਈ ਨੇ ਪਾਸਾ ਲਿਆ ਤਾਂ ਇੰਜ ਪੀਰ ਪਿਆ ਕਹਿੰਦੇ ਯਾਰ ਆ ਕੀ ਹੋਇਆ ਮੇਰਾ ਭਾਈ ਉੱਠ ਕਹਿੰਦਾ ਸਰਕਾਰ ਕੀ ਹੋਇਆ ਤੁਸੀਂ ਮੇਰੇ ਨਾਲ ਪੈ ਕੇ ਕਹਿੰਦੇ ਬਸ ਯਾਰ ਮੰਜਾ ਹੀ ਨਹੀਂ ਸੀ ਕੋਈ ਵਿਹਲਾ ਹੈਗਾ ਦੱਸ ਯਾਰ ਸਰਕਾਰ ਨੂੰ ਮੰਜਾ ਸਰਕਾਰ ਲਈ ਨਹੀਂ ਚੰਗਾ ਬਚੀ ਆਹੋ ਯਾਰ ਇੱਕ ਦੀਵਾ ਦਾਜੀ ਮੈਨੂੰ ਯਾਦ ਆਇਆ ਇਫ ਯੂ ਡੋਂਟ ਮਾਈਂਡ ਮੈਂ ਸੁਣਾ ਹਾਂਜੀ ਹਾਂਜੀ ਸੁਣਾਓ ਸੁਣਾਓ ਉਹ ਇੱਕ ਨਾ ਬਾਬਾ ਜੀ ਹੁੰਦੇ ਨੇ ਤੇ ਉਹ ਆਪਣੇ ਮਰੀਦਾਂ ਨੂੰ ਸਾਰਿਆਂ ਨੂੰ ਬੜਾ ਪਿਆਰ ਕਰਦੇ ਤੇ ਉਹ ਮਰੀਦ ਸਾਰੇ ਨਾ ਖਵਾਹਿਸ਼ ਕਰਦੇ ਕਿ ਬਾਬਾ ਜੀ ਤੁਸੀਂ ਮੇਰੇ ਵੱਲ ਲਾਣਾ ਤੇ ਮੇਰੇ ਘਰ ਤੁਸੀਂ ਰਹਿ ਕੇ ਨਾ ਤੇ ਮੇਰੇ ਵੱਲ ਦਾਵਤ ਖਾਣੀ ਉਹ ਸਾਰਿਆਂ ਨੇ ਖਵਾਹਿਸ਼ ਕੀਤੀ ਤੇ ਹੁਣ ਨਾ ਉਹਨਾਂ ਨੇ ਫਲਾਣੇ ਦੀ ਡਿਊਟੀ ਲਾਤੀ ਚੱਲ ਵੀ ਤੇਰੇ ਵੱਲ ਕੱਲ ਨੂੰ ਫਲਾਣਿਆ ਤੇਰੇ ਵੱਲ ਕੱਲ ਨੂੰ ਤੇ ਹੁਣ ਇੱਕ ਨਾ ਢਾੜੀ ਸਾਜ ਜੀ ਤੇ ਹੁਣ ਨਾ ਉਹਦੀ ਵਾਰੀ ਆ ਗਈ ਕਹਿੰਦੇ ਬਾਬਾ ਜੀ ਕਹਿੰਦੇ ਉਹ ਮੇਰੀ ਗੱਲ ਸੁਣ ਛੀਕੇ ਖਾਂ ਕੱਲ ਨੂੰ ਤੇਰੇ ਵੱਲ ਨੂੰ ਵਾਰੀ ਹੈ ਹੁਣ ਉਹ ਕਹਿੰਦਾ ਉਹ ਨਾ ਅੰਦਰੋਂ ਘੱਟ ਗਿਆ ਕਹਿੰਦਾ ਜੀ ਸਰਕਾਰ ਠੀਕ ਤੇ ਹੁਣ ਨਾ
ਉਹ ਗਿਆ ਘਰ ਤੇ ਉਹ ਪਤਾ ਕਿ ਬਾਬਾ ਜੀ ਦਾ ਇੱਕ ਤਰੀਕਾ ਸੀ ਵੀ ਉਹਨੇ ਜਿਹੜੀ ਸ਼ਾਇਦ ਜਿਹਦੇ ਘਰ ਮਰੀਜ਼ ਦੇ ਘਰ ਹੋਣੀ ਨਾ ਤੇ ਉਹਨੇ ਕਹਿਣਾ ਵੀ ਓਏ ਆ ਫਰਿੱਜ ਤੇਰੀ ਆ, ਉਹਨੇ ਕਹਿਣਾ ਹਾਂਜੀ ਬਾਬਾ ਜੀ, ਉਹ ਚੱਲ ਡੇਰ ਛੱਡਿਆ ਉੱਥੇ ਜਾ ਕੇ ਮਰੀਜ਼ ਪਾਣੀ ਪੂਣੀ ਪੀਣ ਗਏ, ਠੀਕ ਆ। ਉਹਨੇ ਇੱਕ ਨੂੰ ਵੇਖਿਆ ਕਿਸੇ ਦੇ ਘਰ ਵਾਸ਼ਿੰਗ ਮਸ਼ੀਨ, ਉਹ ਵੀ ਡੇਰੇ ਛੱਡਿਆ ਉੱਥੇ ਮਰੀਜ਼ ਕੱਪੜੇ ਕੁਪੜੇ ਧੋਣਗੇ। ਹੁਣ ਉਹ ਖਾਨ ਸਾਹਿਬ ਨੂੰ ਪਹਿਲੋਂ ਹੀ ਜ਼ਿਹਨ 'ਚ ਆ ਗਿਆ ਵੀ ਮੇਰੇ ਘਰ ਦੀਆਂ ਛਾਵਾਂ ਬਾਬੇ ਹੋਣਾਂ ਨੇ ਕਿਤੇ ਨਾ ਜ਼ਮ ਕਰਨੀਆਂ। ਤਾਂ ਜੀ ਉਹ ਗਿਆ, ਉਹਨੇ ਜਾ ਕੇ ਬੁੱਢੀ ਨੂੰ ਕਿਹਾ ਕਿ ਫੌਰਨ ਰੜਾ ਵਧਾ ਕਰ ਦਿਓ, ਹਰ ਸ਼ਹਿ ਇੱਧਰ ਉੱਧਰ ਕਰ ਦਿਓ। ਤੇ ਸਾਹ ਜੀ ਉਹ ਅਗਲੇ ਦਿਨ ਬਾਬਾ ਜੀ ਨੇ ਆਉਣਾ ਸੀ ਤੇ ਖਾਲੀ ਘਰ, ਘਰ ਕੁਛ ਵੀ ਨਹੀਂ, ਸਾਰਾ ਕੁਛ ਇੱਦਾਂ ਦੇ ਉਹ ਨਾ। ਹੁਣ ਬਾਬਾ ਜੀ ਆ ਕੇ ਬੈਠੇ ਤੇ ਉਹਨਾਂ ਨੇ ਨਾ ਕਿਹਾ ਕਿ ਸੁਭਾਨ ਅੱਲਾ ਜੀ ਵਾਹ ਵਾਹ। ਉਹਨੇ ਕਿਹਾ ਬਾਬਾ ਜੀ ਐ ਖਾਣਾ ਪੀਣਾ ਕਿ? ਉਹਨੇ ਕਿਹਾ ਬਸ ਜੋ ਵੀ ਆ। ਤੇ ਬਾਬਾ ਜੀ ਨੇ ਉਹਨਾਂ ਦਾਲ ਰੋਟੀ ਜੋ ਵੀ ਖਵਾਈ ਤੇ ਉਹਨਾਂ ਹੁਣ ਕਹਿੰਦੇ ਬਾਬਾ ਜੀ ਕਹਿੰਦੇ ਵੀ ਘਰ ਕੁਛ ਨਹੀਂ ਹੈਗਾ? ਕਹਿੰਦੇ ਨਹੀਂ ਕੁਛ ਨਹੀਂ ਬਾਬਾ ਜੀ, ਏਦਾਂ ਹੀ ਮਸਕੀਨ ਆਦਮੀ। ਕਹਿੰਦੇ ਉਹ ਬੋਸਕੀ ਦਾ ਕਮੀਜ਼ ਕਿਹਦਾ ਟੰਗ ਗਿਆ? ਕਹਿੰਦਾ ਬਾਬਾ ਜੀ ਉਹ ਮੇਰਾ ਪਾ ਕੇ ਤੁਹਾਡੇ ਨਾਲ ਜਾਣਾ। ਹਾਂਜੀ ਕਵਾਲ ਨਾ ਕਵਾਲੀ ਕਰ ਰਹੇ ਤੇ ਬਾਬਾ ਜੀ ਨੇ ਫਰਮਾਇਸ਼ ਕੀਤੀ, ਕਹਿੰਦਾ ਜੀ ਬਾਹੂ ਦਾ ਸੁਣਾਓ। ਉਹਨੇ ਸ਼ੁਰੂ ਕਰਤਾ ਬਾਹੂ ਦਾ ਕਲਾਮ ਸੁਣਾਓ, ਫਿਰ ਇੰਜ ਕਰਕੇ ਕਵਾਲੀ ਚੱਲ ਰਹੀ ਤੇ ਬਾਬਾ ਜੀ ਕਹਿੰਦੇ ਮੀਆਂ ਮੁਹੰਮਦ ਬਖਸ਼ ਸਾਹਿਬ ਦਾ ਸੁਣਾਓ ਜੀ। ਤੇ ਪੈਸਾ ਕੋਈ ਨੀ ਦੇ ਰਹੇ, ਕਵਾਲ ਪੂਰਾ ਖਿੱਚਿਆ ਇੰਜ ਕਰਕੇ ਆ ਕੇ ਕਹਿੰਦੇ ਬੁੱਲੇ ਦਾ ਸੁਣਾਓ। ਕਹਿੰਦੇ ਠੀਕ ਆ ਜੀ ਤੁਸੀਂ ਆਪਣਾ ਸੁਣਾਓ। ਕੁਛ ਪੜ ਰਿਹਾ ਹੁੰਦਾ ਤੇ ਬੋਲ ਭੁੱਲ ਜਾਂਦਾ। ਅੱਛਾ ਉਹ ਚ ਸੁਣਾਉਣਾ ਲੜੀ ਮਜ਼ਾਕ ਨੀ ਗਾ, ਮਜ਼ਾਕ ਨੀ ਗਾ, ਹੋਇਆ ਏਦਾਂ ਹੀ ਆ। ਕਿਉਂਕਿ ਅਕਸਰ ਸਾਡੇ ਜਿਹੜੇ ਸਿੰਗਰ ਕਵਾਲ ਨੇ ਨਾ ਇਹ ਇੰਨੇ ਮਤਲਬ ਇਹਨਾਂ ਦਾ ਹਾਫਜ਼ਾ ਔਰ ਦਿਮਾਗ ਔਰ ਇਹਨਾਂ ਦਾ ਤੇਜ਼ ਹੁੰਦੇ ਨੇ ਕਿ ਇਹਨਾਂ ਨੂੰ ਗਾਣਾ ਨਹੀਂ ਵੀ ਯਾਦ ਤੇ ਕਿਸੇ ਨੇ ਫਰਮਾਇਸ਼ ਕਰਤੀ ਨਾ ਤੇ ਹੁਣ ਫਰਮਾਇਸ਼ ਵੀ ਉਹਨੇ ਕਰਤੀ ਜਿਹੜਾ ਪੈਸੇ ਸਿੱਟ ਰਿਹਾ ਤੇ ਉਹਨੂੰ ਹੁਣ ਕਹਿਣਾ ਜੀ ਇਹ ਮੈਨੂੰ ਨੀ ਯਾਦ ਤੇ ਮਾੜੀ ਗੱਲ ਆ। ਇਹਨਾਂ ਨੇ ਸੁਣਾਉਣਾ ਵਾ ਭਾਵੇਂ ਸ਼ਾਇਰੀ ਇੱਧਰ ਉੱਧਰ ਕਰ ਦੇਣ, ਤਰਜ਼ ਇੱਧਰ ਉੱਧਰ ਕਰ ਦੇਣ, ਲਫ਼ਜ਼ ਗਲਤ ਮਲਤ ਕਹਿ ਦੇ, ਇਹਨਾਂ ਨੇ ਸੁਣਾਉਣਾ ਉਹਦੇ ਵਿੱਚ ਫਿਰ ਕੁਛ ਨਾ ਕੁਛ ਹੋ ਜਾਂਦਾ। ਬੜੀ ਅੱਛੀ ਗੱਲ ਸੀ ਭਾਜੀ, ਬੈਠੇ ਤੇ ਹੁਣ ਕੁਆਲੀ ਹੋਣ ਡਈ ਤੇ ਭਾਜੀ ਹੁਣ ਕਹਿੰਦੇ ਉਸ ਤੋਂ ਬਾਅਦ ਭਾਜੀ ਨੇ ਗਾਉਣਾ ਸੀ ਤੇ ਉਹ ਕੁਆਲੀ ਹੋ ਰਹੀ ਤੇ ਇੱਕ ਬੰਦਾ ਜਣਾ ਜਵਾਨ ਸਾਜੀ ਤੇ ਘੁੰਗਰੂ ਪਾ ਕੇ ਨਾ ਤੇ ਉਹ ਨੱਚ ਰਿਹਾ ਸੀ ਤੇ ਉਹ ਕੋਈ ਮਰੀਜ਼ ਖਾਸ ਉਹਨਾਂ ਦਾ ਤੇ ਉਹ ਨੱਚੀ ਜਾ ਰਹੇ ਨੱਚੀ ਜਾ ਰਿਹਾ ਤੇ ਹੁਣ ਨਾ ਕੁਆਲੀ ਖਤਮ ਹੋਈ ਤੇ ਬਾਬਾ ਜੀ ਦੇ ਨਾਲ ਭਾਜੀ ਬੈਠੇ ਤੇ ਹੁਣ ਉਹ ਆਇਆ ਤੇ ਉਹਨੇ ਆਣ ਕੇ ਨਾ ਤੇ ਗੋਡੀ ਹੱਥ ਲਾਇਆ ਬਾਬਾ ਜੀ ਦੇ ਤੇ ਉਹਨੇ ਗੋਡੀ ਹੱਥ ਲਾ ਕੇ ਤੇ ਭਾਜੀ ਦੇ ਗੋਡਿਆਂ ਨੂੰ ਹੱਥ ਲਾਇਆ ਤੇ ਭਾਜੀ ਕਹਿੰਦੇ ਓਏ ਆ ਮਾਂ ਦੇ ਅਸੀ ਅਸੀਂ ਇੱਕ ਹੋਰ ਵਾਕਿਆ ਬੜਾ ਜਣਾ ਦਾ ਵਾਕਿਆ ਸੀ। ਉਹ ਮੇਰਾ ਯਾਰ ਦੋਸਤ ਆ ਲੇਕਿਨ ਉਹਦਾ ਨਾਂ ਨਹੀਂ ਲੈਣਾ, ਮਾਸ਼ਾਅੱਲਾ ਬੜਾ ਮਜ਼ੇਦ ਆਦਮੀ ਹੈ ਉਸਤਾਦ ਜੀ। ਬਾਬਾ ਜੀ ਦੇ ਫੁੱਲ ਸਰਦੀ ਤੇ ਦੁਆ ਕਰਾ ਰਹੇ, ਹੁਣ ਪਬਲਿਕ ਸਾਰੀ ਠੰਡ ਦੇ ਵਿੱਚ ਇੰਜ ਖਲੋਤੀ ਵਿਚਾਰੇ ਜਿਹੜੇ ਕੋਈ ਇੰਜ ਕਰਕੇ ਇਹ ਤਾਂ ਦੁਆ ਹੋਣ ਡਈ ਤੇ ਬਾਬਾ ਜੀ ਕਹਿ ਰਹੇ ਮੌਲਾ ਇਹਨਾਂ ਸਾਰਿਆਂ ਦੇ ਘਰਾਂ 'ਚ ਯੇ ਕਰ ਦੇ, ਇਹਨਾਂ ਦੇ ਕੰਮਾਂ 'ਚ ਬਰਕਤ ਪਾ ਦੇ। ਉਲਾਦਾ ਹੁਣ ਉਹ ਇੰਨੀ ਲੰਮੀ ਹੋ ਗਈ ਦੁਆ ਵੀ ਤਬੀਅਤ ਉਹਦੀ ਨਾ ਹੁਣ ਖਿੱਚ ਗਈ ਕਰੈਕਟਰ ਦੀ, ਹੁਣ ਉਹ ਸਾਰੇ ਬੰਦੇ ਵੀ ਉਹ ਭਾਜੀ ਬਸ ਇਹਨਾਂ ਨੂੰ ਕਹੋ ਯਾਰ ਕੋਈ ਤੇ ਉਹ ਬਾਬਾ ਜੀ ਨਹੀਂ ਹਟ ਰਹੇ ਤੇ ਉਹ ਕੋਲ ਜਾ ਕੇ ਨਾ ਕਹਿੰਦਾ ਬਾਬਾ ਜੀ ਬਾਰਿਸ਼ ਲਈ ਵੀ ਕਰ ਦਿਓ, ਬਾਰਿਸ਼ ਲਈ ਦੁਆ ਕਰ ਦਿਓ ਵੀ ਉਹ ਖਿੱਚ ਗਿਆ ਵੀ ਯਾਰ ਇਸ ਤੋਂ ਗਾਹ ਹੁਣ ਕੀ। ਆਹੋ ਮੇਰਾ ਦੋਸਤ ਆ ਢਾੜੀ ਆ ਫੀਮੋ ਖਾਂ, ਉਹ ਤੇ ਅਸੀਂ ਚੌਕ 'ਚ ਬੈਠੇ, ਮੁੰਡਾ ਦੋਸਤ ਕਹਿੰਦਾ ਆਹੋ ਯਾਰ ਤੁਹਾਨੂੰ ਮੈਂ ਆਪਣੇ ਪੀਰਾਂ ਕੋਲ ਲੈ ਕੇ ਜਾਵਾਂ ਵੀ ਸੁਭਾਅ ਦਿੰਦਾ ਹਟੇ ਹੀ ਨਾ ਵੀ ਯਾਰ ਕਿਆ ਬਾਤ ਆ, ਕਹਿੰਦਾ ਮੇਰੇ ਘਰ ਰਹਿਮਤਾਂ ਬਰਕਤਾਂ, ਮੈਂ ਕੱਖ ਨਹੀਂ ਸੀ, ਮੈਂ ਲੂਮਾਂ ਤੇ ਰੋਲਦਾ, ਮੈਂ ਉੱਥੇ ਰੋਲਦਾ ਤੇ ਰਕਸ਼ੇ ਪੈ ਗਏ
ਸਾਨੂੰ ਝੰਗ ਬਾਜ਼ਾਰ ਲੈ ਗਿਆ ਤੇ ਇੱਕ ਨਾ ਦੁਕਾਨ ਤੇ ਬਿਠਾਇਆ, ਦੁਕਾਨ ਤੇ ਨਾ ਬਾਹਰ ਛੋਟਾ ਕਾਊਂਟਰ ਲਾ ਕੇ ਨਾ ਉਹ ਡੇਲਾ ਜਿਹੜੀ ਹੁੰਦਾ ਇੰਜ ਕਰਕੇ ਉਹ ਲਾੜੀ ਘੜੀਆਂ ਸਹੀ ਕਰ ਰਹੇ ਕਰਕੇ ਤੇ ਇੰਜ ਕਰਕੇ ਬੈਠੇ ਗੱਲਾਂ ਕਰ ਤੇ ਹੁਣ ਅਸੀਂ ਗੱਲਾਂ ਗੁੱਲਾਂ ਕਰ ਸਕਦੇ ਯਾਰ ਸਰਕਾਰ ਲੈ ਉਹ ਚੁੱਪ ਚੁੱਪ ਅਦਬ ਇਹ ਬੈਠੇ ਨੇ ਸਰਕਾਰ ਘੜੀ ਠੀਕ ਕਰ ਰਹੀ ਘੜੀ ਸਹੀ ਕਰ ਰਹੇ ਨੇ ਉਹ ਢਾੜੀ ਖਿਜਿਆ ਹੁਣ ਭੁੱਖੇ ਭਾਣੇ ਡੇਢ ਘੰਟਾ ਸਫ਼ਰ ਕਹਿੰਦਾ ਇਹ ਕਹਿੰਦਾ ਪੀਰ ਕਿਤੇ ਰੱਡ ਹੋ ਲੈਂਦੇ ਘੜੀਆਂ ਹੀ ਸਹੀ ਨਹੀਂ ਨਹੀਂ ਬੜੇ ਬੜੇ ਅੱਲਾ ਦੇ ਨੇਕ ਬੰਦੇ ਨੇ ਜਿਹੜੇ ਆਪਣਾ ਰਿਜ਼ਕ ਉਹ ਸਾਹਮਣੇ ਬੈਠੇ ਸਾਰੇ ਤੇ ਉਹਨਾਂ ਕੁਆਲੀ ਕਰਨ ਡਿਆ ਤੇ ਉਹਨੇ ਕੁਆਲੀ ਦਾ ਬੋਲ ਸ਼ੁਰੂ ਕੀਤਾ ਕਹਿੰਦਾ ਕੰਜਰੀ ਬਣਿਆ ਮੇਰੀ ਇੱਜ਼ਤ ਨਾ ਕੱਟਦੀ ਤੇ ਪਿੱਛੇ ਕਰੈਕਟਰ ਬੇਟਾ ਕਹਿੰਦਾ ਨਹੀਂ ਨਹੀਂ ਭਾਜੀ ਕੰਜਰੀ ਬਣਿਆ ਤੁਹਾਨੂੰ ਮਿੰਟ ਨਹੀਂ ਲੱਗਣਾ ਤਾਜੀ ਉਹ ਕਿਹੜਾ ਲਤੀਫਾ ਦੇ ਜਿਹੜਾ ਕਹਿੰਦੇ ਉਹ ਬਾਬਾ ਜੀ ਕਹਿੰਦੇ ਵੀ ਜੋ ਵੀ ਉਹ ਪੱਕਾ ਹੋਇਆ ਕੋਈ ਨੀ ਯਾਰ ਜੋ ਵੀ ਪੱਕਾ ਨਹੀਂ ਉਹ ਝੂਠੇ ਯਾਨੀ ਐਸੀਆਂ ਨਾਜ਼ਰੀ ਨੇ ਗੱਲਾਂ ਨੇ ਕਿ ਇਹਨਾਂ ਨੂੰ ਵਾਰ ਵਾਰ ਵੀ ਸੁਣੋ ਨਾ ਤੇ ਇਹਨਾਂ ਦਾ ਉਹ ਫੀਲ ਨੂੰ ਪਤਾ ਯਾਨੀ ਐਸੇ ਪੱਕੇ ਕੰਮ ਨੇ ਤੇ ਉਹ ਨਾ ਇੱਕ ਬਾਬਾ ਜੀ ਕਿਤੇ ਜਾਂਦੇ ਨੇ ਦਾਵਤ ਤੇ ਤੇ ਦਾਵਤ ਬਹੁਤ ਅੱਛੀ ਹੁੰਦੀ ਹੈ ਵੀ ਲੰਗਰ ਬਹੁਤ ਅੱਛਾ ਪੱਕਿਆ ਵੀ ਹਰ ਚੀਜ਼ ਤੇ ਉੱਥੇ ਇੱਕ ਮਰੀਦ ਬਹੁਤ ਵਿਚਾਰਾ ਮਾੜਾ ਤੇ ਉਹਦੇ ਦਿਲ 'ਚ ਖਾਹਿਸ਼ ਹੁੰਦੀ ਹੈ ਕਿ ਯਾਰ ਬਾਬਾ ਜੀ ਨਾ ਮੇਰੇ ਘਰ ਆ ਜਾਣ ਯਾਰ ਮੇਰੇ ਘਰੋਂ ਖਾ ਲੈਣੀ ਆ ਹੈ ਜੋ ਵੀ ਹੈ ਤੇ ਉਹ ਜਾ ਕੇ ਬੜੇ ਤਰਸੇ ਮੂੰਹ ਨਾਲ ਉਹਨੂੰ ਕਹਿੰਦਾ ਕਹਿੰਦਾ ਬਾਬਾ ਜੀ ਤੁਹਾਡੇ ਲਈ ਤਾਂ ਇੱਥੇ ਬਹੁਤ ਨਿਜ਼ਾਮ ਆ ਹਰ ਚੀਜ਼ ਆ ਲੇਕਿਨ ਅਗਰ ਤੁਸੀਂ ਮੇਰੇ ਘਰ ਫੇਰਾ ਪਾਓ ਮੇਰੇ ਘਰ ਤੁਹਾਡੇ ਕਦਮ ਪੈ ਜਾਣ ਤੇ ਮੇਰੇ ਘਰ ਵਿੱਚ ਜੋ ਦਾਲ ਰੋਟੀ ਸੁੱਕੀ ਮਿੱਸੀ ਮੈਂ ਦੰਦ ਦੇ ਦਿਆਂਗਾ ਉਹ ਦੇਖਦਾ ਉਹਨੂੰ ਤਰਸ ਆ ਜਾਂਦਾ ਕਹਿੰਦਾ ਯਾਰ ਇਹ ਤੇ ਕਹਿੰਦਾ ਨਿਜ਼ਾਮ ਹੁੰਦਾ ਯਾਰ ਇਹਦੇ ਵਿਚਾਰੇ ਦਾ ਪਤਾ ਨੀ ਕਿੰਨੀਆਂ ਕੁ ਦੁਆਵਾਂ ਦੇਗਾ ਹੈ ਤੇ ਉਹ ਆਪਣੇ ਇੱਕ ਹੋਰ ਮਰੀਜ਼ ਨੂੰ ਕਹਿੰਦਾ ਕਹਿੰਦਾ ਇਹਨਾਂ ਨੂੰ ਪੁਰ ਕਰਾ ਯਾਰ ਉੱਧਰ ਚੱਲਦੇ ਕਹਿੰਦਾ ਬਾਬਾ ਜੀ ਤੇ ਪੁਰਾਣਾ ਲੰਗਰ ਅਸੀਂ ਇੰਨੇ ਬੰਦੇ ਹਾਂ ਤੇ ਦਾਲ ਰੋਟੀ ਜੋ ਸੁੱਕੀ ਮਿੱਸੀ ਉਹ ਕਹਿੰਦਾ ਏਦਾਂ ਹੀ ਕਹਿੰਦੇ ਹੁੰਦੇ ਨੇ ਏਦਾਂ ਹੀ ਕਹਿਣਾ ਹੁੰਦਾ ਇੱਕ ਰਵਾਇਤੀ ਗੱਲ ਆ ਇਹ ਕਹਿੰਦੇ ਕੁਛ ਨਾ ਕੁਛ ਕਰੇਗਾ ਹੀ ਨਾ ਸਾਰਿਆਂ ਦਾ ਕੋਈ ਥੋੜ੍ਹਾ ਮਾੜਾ ਮੋਟਾ ਤੇ ਉਹ ਚੱਲ ਜਾਂਦੇ ਨੇ ਉਹਦੇ ਘਰ ਜਾ ਕੇ ਨਾ ਤੇ ਰੋਟੀ ਬਾਕੀ ਆ ਕੇ ਨਹੀਂ ਲਿਆਉਂਦਾ ਓਨੀ ਕੀ ਹੁੰਦੀ ਆ ਤੇ ਛੱਡੀ ਦਾਲ ਤੇ ਪੌਣੀ ਕੁ ਰੋਟੀ ਜੋ ਉਹਨੇ ਕਿਹਾ ਸੀ ਜਿੱਦਾਂ ਉਹਨੇ ਕਿਹਾ ਸੀ ਰੁੱਖੀ ਮਿੱਸੀ ਉਹੀ ਮਤਲਬ ਤੇ ਦਾਲ ਕਿਤੇ ਪੀਰ ਸਾਹਿਬ ਹੁਣ ਬੁਰਕੀ ਨੰਘਾਰੇ ਤੇ ਨਾ ਕਣੀ ਲਈ ਉਹਨਾਂ ਨੇ ਕਿਹਾ ਵੀ ਵਾਕਈ ਹੁਣ ਉਹ ਕਹਿ ਵੀ ਕੁਛ ਨਹੀਂ ਸਕਦੇ ਵੀ ਉਹਨਾਂ ਨੇ ਪਹਿਲੇ ਕਿਹਾ ਸੀ ਠੀਕ ਆ ਜੀ ਤੇ ਰੋਟੀ ਰੋਟੀ ਖਾ ਕੇ ਇਹਨਾਂ ਦੇ ਪੀਰ ਸਾਹਿਬ ਉੱਠ ਕੇ ਕਹਿੰਦੇ ਲੈ ਬਈ ਝੂਠੇ ਤੇ ਲਾਣ ਸੁਣੀ ਸੀ ਵੀ ਐਸੇ ਸੱਚੇ ਤੇ ਵੀ ਲਾਣ ਜੀ ਖਾਨ ਸਾਹਿਬ ਨਾ ਕਵਾਲੀ ਕਰ ਰਹੇ ਆ ਤੇ ਬਾਬਾ ਜੀ ਅੱਗੇ ਬੈਠੇ ਖਾਨ ਸਾਹਿਬ ਨੂੰ ਪਹਿਲਾਂ ਕਲਾਮ ਸੁਣਾਇਆ ਦੂਜਾ ਸੁਣਾਇਆ ਖਾਨ ਸਾਹਿਬ ਨੂੰ ਪੈਸਾ ਕੋਈ ਨਹੀਂ ਉਠਿਆ ਐਂਡ 'ਚ ਨਾ ਖਾਨ ਸਾਹਿਬ ਉੱਠ ਕੇ ਖਿੱਚ ਕੇ ਕਹਿੰਦੇ ਬਾਬਾ ਜੀ ਜੇ ਹੱਥ ਇੰਨਾ ਹੀ ਤੰਗ ਸੀ ਮੇਲਾ ਠਹਿਰ ਕੇ ਕਰਾ ਲੈਣਾ ਸੀ ਹਾਂ ਉਹ ਇੱਕ ਨਾ ਗਾਇਕ ਗਾ ਰਿਹਾ ਤੇ ਕਿਸੇ ਸ਼ਾਦੀ ਦੇ ਫੰਕਸ਼ਨ ਤੇ ਉਹ ਗੁੱਜਰਾਂ ਦੀ ਸ਼ਾਦੀ ਸੀ ਤੇ ਹੁਣ ਉੱਥੇ ਉਹਨੇ ਸ਼ੁਰੂ ਕੀਤਾ ਬੋ ਸਾਵਨ ਕੇ ਝੂਲ ਮੇਰੇ ਨੈਣਾ ਬਾ ਸਾਵਨ ਬਾਲ ਤੇ ਉਹ ਹੁਣ ਗੁੱਜਰ ਓਏ ਕੋ ਗਾਣਾ ਸੁਣਾਇਆ ਕੀ ਲੱਗਿਆ ਤੂੰ ਓਏ ਟਾ ਓਏ ਨੂੰ ਠਾ ਓਏ ਤੇ ਉਹ ਹੁਣ ਖਿੱਚ ਕੇ ਸਾਰੇ ਤੂੰ ਹਟਣੇ ਡਿਆ ਤੇ ਸਾਹ ਜੀ ਇੱਕ ਬਾਬਾ ਟਾਇਪ ਨਾ ਉਹਨੇ ਲਾ ਜੁੱਤੀ ਲਈ ਤੇ ਹੁਣ ਨਾ ਉੱਧਰੋਂ ਟੁਰਿਆ ਉਹਨੇ ਤੇ ਉਹੀ ਉਹ ਕਹਿ ਰਿਹਾ ਕਹਿੰਦਾ ਉਹ ਤੈਨੂੰ ਕਹਿਣਾ ਕੋਈ ਗਾਣਾ ਸੁਣਾ ਤੇ ਹੁਣ ਉਹ ਕਹਿ ਰਿਹਾ
ਵੋ ਸਾਵਣ ਕੇ ਝੂਲੇ ਤੇ ਉਹ ਜੁੱਤੀ ਲੈ ਕੇ ਉੱਤੇ ਆ ਗਿਆ ਝੂਲੇ ਦੇ ਸਵਾਦਾ ਰਾਜਾ ਮੇਰੇ ਇੱਕ ਉਹਨਾਂ ਨੇ ਬੜੀ ਅੱਛੀ ਗੱਲ ਦੱਸੀ ਸੀ ਉਹ ਸਾਜੀ ਉਹ ਗਵਾਲੀ ਨਾ ਕਹਿੰਦਾ ਉਹ ਪੈਂਦਾ ਇਹ ਭੁਲੇਖਾ ਮੈਨੂੰ ਤੇਰੇ ਜੇ ਠੱਗਦਾ ਸਾਦਕਾ ਮੈਂ ਬਣ ਗਈਆਂ ਹਸਾ ਸਾਰੇ ਜੱਗ ਦਾ ਸੁਣ ਵੇ ਬਲੋਰੀ ਬੜੇ ਬੜੀਆਂ ਯਾਰ ਗੱਲਾਂ ਹੋਈਆਂ ਸਾਡੇ ਹਰ ਜਗ੍ਹਾ ਤੇ ਹੋਈਆਂ ਨੇ ਖਾਸ ਤੌਰ ਤੇ ਇਹ ਜਿਹੜੀ ਕਮਿਊਨਿਟੀ ਹੈ ਨਾ ਕਵਾਲ ਸਿੰਗਰ ਇਹਨਾਂ ਦੇ ਬਹੁਤ ਬਹੁਤ ਹੁੰਦੇ ਨੇ ਇਹਨਾਂ ਨਾਲ ਵਾਕਈ ਬਹੁਤ ਬਹੁਤ ਹੁੰਦੇ ਨੇ ਵੀ ਅੱਠ ਅੱਠ ਘੰਟੇ ਦਾ ਸਫ਼ਰ ਕਰਕੇ ਜਾ ਰਹੇ ਨੇ ਪਤਾ ਨਹੀਂ ਕਿਤੇ ਰਸਤੇ 'ਚ ਪਤਾ ਨਹੀਂ ਕੀ ਆਈਟਮਾਂ ਫਿਰ ਇਹਨਾਂ ਦੇ ਸਫ਼ਰ ਰਾਤ ਦੇ ਹਾਂਜੀ ਯਾਨੀ ਏਦਾਂ ਨਾ ਕਿ 3 ਵਜੇ 'ਚ ਮੁੱਕਾ ਪ੍ਰੋਗਰਾਮ ਅਤੇ ਉਹਨਾਂ ਨੇ 3 ਵਜੇ ਨਿਕਲਣਾ 4 ਵਜੇ ਨਿਕਲਣਾ ਵਾ ਅਤੇ ਉਹ 4-6 ਪਹੁੰਚਣਾ ਵੀ ਇਹਨਾਂ ਨੇ ਰਾਤ ਨੂੰ ਹੀ ਆ ਉਹ ਇਹ ਬੜੇ ਇਹਨਾਂ ਦੇ ਕੋਲ ਵਾਕਿਆ ਤੁਹਾਨੂੰ ਤੁਫੈਲ ਨਿਆਜ਼ੀ ਸਾਹਿਬ ਨੇ ਦੱਸਿਆ ਕਹਿੰਦੇ ਸਾਡੇ ਨਾਲ ਐਸੇ ਐਸੇ ਵਾਕਿਆ ਕਹਿੰਦੇ ਅਸੀਂ ਇੱਕ ਜਗ੍ਹਾ ਸਾਨੂੰ ਉਹਨਾਂ ਬੁਲਾਇਆ ਅਤੇ ਉਹ ਕਹਿੰਦੇ ਜੀ ਉਹਨਾਂ ਨੇ ਸਟੈਂਟ ਲੱਗਾ ਅੱਗੇ ਬੜੀ ਦੁਨੀਆ ਮਜਮਾ ਪੂਰਾ ਲੱਗਾ ਅਤੇ ਅਸੀਂ ਕੁਆਲੀ ਆਪਣਾ ਗਾ ਗੂ ਕੇ ਰਾਤ ਸੌ ਗਏ ਹਾਂ ਕਿਤੇ ਸੁਬਾਹ ਕਹਿੰਦਾ ਮੈਨੂੰ ਨਾਲਦੇ ਨੇ ਉਠਾਇਆ ਉਹਨੇ ਕਿਹਾ ਉੱਠਤਾ ਅਤੇ ਜਦੋਂ ਮੈਂ ਉੱਠਿਆ ਮੈਂ ਤਾਂ ਕਹਿੰਦਾ ਨਾ ਉੱਥੇ ਟੈਂਟ ਨਾ ਕੁਛ ਕੱਲਾ ਰੜਾ ਨਾਲ ਰੇਤ ਤੇ ਪਏ ਹਾਂ ਇਸ ਤਰ੍ਹਾਂ ਦੇ ਬੜੇ ਬੜੇ ਲੋਕ ਡਰਾਮੇ ਕਰਦੇ ਫੋਨ ਕਰਕੇ ਬੁਲਾ ਕੇ ਬੜਾ ਬੜਾ ਕੁਛ ਕਰ ਦੂਜੇ ਸ਼ਹਿਰ ਬੁਲਾ ਲੈਣਗੇ ਰੁਪਈਆ 3,000 ਐਡਵਾਂਸ ਭੇਜ ਕੇ ਵੀ ਉਹ 'ਚ ਕਿਹੜੀ ਗੱਲ ਹੈ ਚਲੋ 5,000 ਭੇਜ ਮਤਲਬ 5,000 ਰੁਪਈਆ ਭੇਜਤਾ ਉਹਨੂੰ ਕਹਿ ਜੇ ਤੁਹਾਨੂੰ ਭੇਜ ਕਿੰਨੇ ਪੈਸੇ ਉਹਨੇ ਕਿਹਾ ਚੱਲ ਦੇ ਦਿਓ 40,000 ਦੇ ਦਿਓ 50,000 ਦੇ ਦਿਓ ਹੁਣ 50,000 ਦੇ ਵਿੱਚ ਮਤਲਬ 5,000 ਉਹਨੇ ਭੇਜਤਾ ਉਹ ਹੁਣ ਕਈ ਇਹਨਾਂ ਚੱਕਰਾਂ 'ਚ ਕਹਿੰਦੇ ਨਹੀਂ ਭਾਈ ਹਾਫ ਪੇਮੈਂਟ ਪਹਿਲੇ ਭੇਜੋ ਪਹਿਲੇ ਇਹ ਸੀ ਕਿ ਵੀ 5,000 'ਤੇ ਵੀ ਚਲੇ ਜਾਂਦੇ ਸੀ ਉਹ 5,000 ਤੇ ਹੁਣ 14 ਜਣੇ ਵਿਚਾਰੇ ਕਿਰਾਏ ਲਾ ਕੇ ਪਤਾ ਨਹੀਂ ਕਿਹੜੇ ਸ਼ਹਿਰ 'ਚ ਅੱਗੋਂ ਬੰਦਾ ਹੀ ਕੋਈ ਨਹੀਂ ਨੰਬਰ ਵੀ ਬੰਦ ਉਹਦਾ ਤੇ ਅੱਗੋਂ ਕਈ ਨੂੰ ਘੁਮਾਉਂਦੇ ਨੇ ਕਈ ਫੋਨ ਕਰ ਕਿੱਥੇ ਉਹ ਭਾਜੀ ਇੱਥੇ ਨਹੀਂ ਆਉਣਾ ਅਸਲ 'ਚ ਇੱਥੋਂ ਲਵੋ ਕੋਈ ਗੱਡੀ ਰਿਕਸ਼ਾ ਇੱਧਰ ਆਓ 8-9 ਚੱਕਰ ਲਵਾਉਂਦੇ ਨੇ ਕਈ ਚੱਕਰ ਲਵਾ ਕੇ ਫੇਰ ਬੰਦ ਉਸਤਾਦ ਜੀ ਖੁਸਰਿਆਂ ਨਾਲ ਚੇਂਜ ਹੋਇਆ ਸੀਗਾ ਸਾਡੇ ਦੋਸਤਾਂ ਨੇ ਕੀਤਾ ਸੀ ਚੇਂਜ ਟੋਬੇ ਤੋਂ ਅੰਦਰ ਉਹਨੇ ਇੱਕ ਪਿੰਡ ਵਾ ਬੜਾ ਡੇਂਜਰਸ ਰਾਸਤਾ ਬਹੁਤ ਸਿੰਗਲ ਜਿਹਾ ਰਾਸਤਾ ਖੁਸਰੇ ਨੂੰ ਉੱਥੇ ਵੈਗਨ ਭਰੀ ਖੁਸਰੇ ਨਾਲ ਢੋਲਕਾਂ ਢੁਲਕਾਂ ਸਾਰੇ ਅੰਦਰ ਤਿਲ ਫੂ ਮੁਸਲਸਲ ਰਾਬਤੇ 'ਚ ਹਾਂਜੀ ਅੱਗੇ ਆ ਜਾਓ ਅੱਗੇ ਆ ਜਾਓ ਆ ਰਹੇ ਬਿਸਮਿਲ੍ਲਾ ਕੇ ਆ ਰਹੇ ਥੋੜ੍ਹਾ ਰਹਿ ਗਿਆ ਨਾਲ ਹਾਂਜੀ ਆ ਜਾਓ ਆ ਜਾਓ 5 ਮਿੰਟ ਬਾਅਦ ਫਿਰ ਕਾਲ ਆਏ ਕਿੱਥੇ ਕਰਨਾ ਜੀ ਆ ਰਹੇ ਬਿਸਮਿਲ੍ਲਾ ਕੇ ਆ ਜਾਓ ਹੈ ਇੱਕ ਉਜਾੜ ਬੀਆ ਬਨ ਗਰਾਊਂਡ ਦੇ ਵਿੱਚ ਬੁਲਾ ਕੇ ਕਹਿੰਦੇ ਖੁਸ਼ ਨੇ ਗੱਲ ਕੀਤੀ ਹਾਏ ਇੱਥੇ ਤੇ ਕੋਈ ਨਜ਼ਰ ਨਹੀਂ ਆ ਰਿਹਾ ਕੋਈ ਕਹਿੰਦਾ ਜਦੋਂ ਕੋਈ ਨਜ਼ਰ ਨਹੀਂ ਆ ਰਿਹਾ ਵਾਪਸ ਚਲੇ ਜਾਓ ਉਹ ਖੁਸਰੇ ਨੇ ਕਿਤੇ ਨੂੰ ਨਾ ਕੀਤੀ ਸੀ ਕਿ ਮੈਂ ਤੈਨੂੰ ਪਿਆਰ ਨਹੀਂ ਕਰਦਾ ਅੱਛਾ ਬਦਲਾ ਲਿਆ ਇੱਕ ਲਤੀਫਾ ਨਾ ਬੜਾ ਹੈ ਤੇ ਪੁਰਾਣਾ ਜਦੋਂ ਤੁਸੀਂ ਗੱਲ ਕੀਤੀ ਕੁਛ ਐਸੀਆਂ ਗੱਲਾਂ ਜਿਹੜੀਆਂ ਬਾਰ ਬਾਰ ਕਰਨ ਤੇ ਮਜ਼ਾ ਆਉਂਦਾ ਉਹ ਕੋਈ ਬਹੁਤ ਮਸ਼ਹੂਰ ਕੁਆਲ ਦਾ ਸਾਜੀ ਐਕਸੀਡੈਂਟ ਹੋ ਗਿਆ ਤੇ ਉਹਨਾਂ ਦੀ ਲੱਤ ਟੁੱਟ ਗਈ ਤੇ ਹੁਣ ਉਹ ਘਰ ਬੱਸ ਦੇ ਵਿੱਚ ਕਿਤੇ ਐਕਸੀਡੈਂਟ ਹੋਇਆ ਤੇ ਉਹ ਘਰ ਪਏ ਨੇ ਹੁਣ ਤੇ ਕੁਆਲ ਪਾਰਟੀਆਂ ਆ ਗਏ ਨਾ ਤੇ ਪਤਾ ਲੈ ਰਹੀਆਂ ਤੇ ਕਹਿੰਦੇ ਖਾਨ ਸਾਹਿਬ ਆਏ ਆ ਬਈ ਕਿੱਡੇ ਵੱਡੇ ਲੋਕ ਤੁਸੀਂ ਤੁਹਾਡੇ ਨਾਲ ਏਦਾਂ ਹੋਣਾ ਨਹੀਂ ਚਾਹੀਦਾ ਇਹ ਸੱਟ ਕਿੱਦਾਂ ਲੱਗੀ ਖਾਨ ਸਾਹਿਬ ਮੈਂ ਕਿਹਾ ਬਸ ਯਾਰ ਮੈਂ ਨਾ ਜਾਣ ਡਿਆ ਸੀ ਉਹ ਛੋਟੀ ਕੁੜੀ ਵੱਲ ਮੈਂ ਕਿਹਾ ਚੱਲ ਤੇ ਮੈਂ ਬੱਸ ਦੀ ਅਗਲੀ ਫਰੰਟ ਸੀਟ 'ਤੇ ਬੈਠਾ ਵਾ ਅਤੇ ਅੱਗੋਂ ਕੋਈ ਸ਼ੈ ਵੱਜੀ ਆ ਪਤਾ ਹੀ ਨਹੀਂ ਲੱਗਾ ਯਾਰ ਉਹ ਲੱਤ ਟੁੱਟ ਗਈ ਉਹ ਕਹਿੰਦੇ ਉਹ ਖਾਨ ਸਾਹਿਬ ਵੇਖ ਲਓ ਤੁਸੀਂ ਸਿਆਣੇ ਪੈਣੇ ਬਰੀਕ ਆਦਮੀ ਹੋ ਗਏ ਤੁਸੀਂ ਅੱਗੇ ਬਹੀਦਾ ਹੀ ਨਹੀਂ ਹੁੰਦਾ ਕਹਿੰਦਾ ਅੱਛਾ ਜੀ ਕਹਿੰਦੇ ਚਲੋ ਗਾਂਹ ਤੋਂ ਇਹਤਿਆਤ ਕਰਾਂਗੇ ਹੁਣ ਦੂਸਰੀ ਪਾਰਟੀ ਆ ਗਈ ਹੁਣ ਇਹਨਾਂ ਨੇ ਕਿਹਾ ਜੀ ਖਾਨ ਸਾਹਿਬ ਕਿੱਦਾਂ ਲੱਤ ਟੁੱਟੀਆਂ ਮੈਂ ਕਿਹਾ ਯਾਰ ਪਤਾ ਨਹੀਂ ਲੱਗਾ ਯਾਰ ਮੈਂ ਨਾ ਬੱਸ ਦੀ ਪਿਛਲੀਆਂ ਸੀਟਾਂ ਨਹੀਂ ਹੁੰਦੀਆਂ ਉਹਦੇ 'ਤੇ ਬੈਠਾ ਵਾ ਪਿੱਛੋਂ ਕੋਈ ਸ਼ੈ ਵੱਜੀ ਓਏ ਹੋਏ ਲੱਤ ਟੁੱਟ ਗਈ ਉਹਨੇ ਕਿਹਾ ਖਾਨ ਸਾਹਿਬ ਬੇਵਕੂਫੀ ਕੀਤੀ ਤੁਸੀਂ ਪਿੱਛੇ ਬਹਿਣਾ ਹੀ ਨਹੀਂ ਸੀ ਕਹਿੰਦੇ ਅੱਛਾ ਜੀ ਚਲੋ ਗਾਂਹ ਤੋਂ ਇਹਤਿਆਤ ਕਰਾਂਗਾ ਹੁਣ ਤੀਸਰੀ ਪਾਰਟੀ ਉਹਨੇ ਕਿਹਾ ਜੀ ਖਾਨ ਸਾਹਿਬ ਕਿੱਦਾਂ ਲੱਤ ਟੁੱਟੀ ਕਹਿੰਦੇ ਯਾਰ ਮੈਂ ਵਿਚਕਾਰ ਪਿਆ ਸੀ
ਕੋਈ ਵਿਚਕਾਰ ਕੋਈ ਸ਼ਹਿ ਵੱਜੀ ਪਤਾ ਨਹੀਂ ਯਾਰ, ਲੱਤ ਟੁੱਟ ਗਈ। ਕਹਿੰਦੇ ਖਾਨ ਸਾਹਿਬ ਇਹ ਤੁਹਾਨੂੰ ਉਹੀ ਬੁੱਢੇ ਬੰਦੇ ਅਕਲ ਨਹੀਂ ਆਇਆ ਕਿ ਵਿਚਕਾਰ ਬਹੀਦਾ ਜਾਂ ਪਿੱਛੇ ਜਾਂ ਪਿੱਛੇ ਬਹੀਦਾ। ਹੁਣ ਖਾਨ ਸਾਹਿਬ ਤਿੰਨੇ ਪਾਸੇ ਬੰਦ ਹੋ ਗਏ, ਹੁਣ ਅਗਲੀ ਪਾਰਟੀ ਆਈ ਹੈ ਅਤੇ ਹੁਣ ਖਾਨ ਸਾਹਿਬ ਵੀ ਖਿਜੇ ਬੈਠੇ ਨੇ। ਉਹ ਆ ਕੇ ਕਹਿੰਦੇ ਖਾਨ ਸਾਹਿਬ ਕਿੰਨੇ ਸੱਟ ਕਿੱਦਾਂ ਲੱਗੀ? ਕਹਿੰਦੇ ਕੁਛ ਨਹੀਂ, ਮੈਂ ਘਰ ਪਿਆ ਸੀ ਬੱਸ ਉੱਤੇ ਆ ਗਈ। ਆਪਣੇ ਘਰ ਦੇ ਵਿੱਚ ਮਤਲਬ ਸਾਊਂਡ ਸਿਸਟਮ ਮਿਕਸਰ ਚਲਾ ਕੇ, ਉਹ ਮੈਨੂੰ ਪਤਾ ਸਾਰਾ। ਅੱਛਾ, ਤੇ ਇਹ ਯਾਨੀ ਉਹ ਜਾ ਕੇ ਲਾਈਵ ਇਵੈਂਟ ਨਹੀਂ ਕੀਤਾ? ਆਪਣਾ ਹੀ ਅਗਰ ਸਾਊਂਡ ਕਿਤੇ ਆਪਣੇ ਦੋਸਤ ਦੀ ਸ਼ਾਦੀ ਤੇ ਲਾਇਆ ਨਾ, ਤੇ ਉੱਥੇ ਕੀਤਾ ਵਾ। ਯਾਨੀ ਤੇਰਾ ਵਿਆਹ ਹੋਇਆ ਤੇ ਮੈਂ ਆਪਣੇ ਵਾਲਾ ਲੈ ਗਿਆ ਤੇ ਉੱਥੇ ਡੱਬੇ ਲਾ ਕੇ ਤੇ ਉਹ ਕੀਤਾ। ਯਾਨੀ ਪ੍ਰੋਫੈਸ਼ਨਲ ਪੈਸੇ ਕਮਾਉਣ ਵਾਸਤੇ ਬਾਹਰ ਸਾਊਂਡ ਦਾ ਕੰਮ ਨਹੀਂ ਮੈਂ ਕੀਤਾ, ਕਿ ਐਵੇਂ ਮੈਂ 3,000 ਰੁਪਏ ਦਾ ਸਾਊਂਡ ਲੈ ਕੇ ਗਿਆ, ਇੰਝ ਨਹੀਂ ਕੀਤਾ। ਅੱਛਾ, ਤੁਹਾਨੂੰ ਜਿਵੇਂ ਪੂਰਾ ਉਹਦਾ ਇਹ ਵੀ ਪ੍ਰੋਪਰ ਇੱਕ ਕੰਮ ਹੈ, ਹਾਂ ਸਾਰਾ ਆਪਰੇਟਿੰਗ ਜਿਹੜੀ ਆ ਸਾਊਂਡ ਦੀ। ਮੈਂ ਨਾ ਰਾਜੇ ਫਰੀਸਾ ਨੂੰ ਅੱਜ ਕੱਲ੍ਹ 3-4 ਦਿਨ ਹੋ ਗਏ ਨੇ ਫੁੱਲ ਭੂਤ ਸਵਾਰ ਆ, ਕਿ ਮੈਂ ਸਪੀਕਰ ਡੱਬੇ ਮਿਕਸਰ ਤੇ ਮੈਂ ਸਿੰਗਰ ਤੇ ਮੈਂ ਘਰ ਹੀ ਤੇ ਮੈਂ ਉਹ ਤੇ ਫਰੀਦ ਸਾਹਿਬ ਕੋਲੋਂ ਬਜਟ ਜਿਹੜਾ ਨਾ ਉਹ ਹੈਗਾ ਦੇਸੀ ਸਾਊਂਡ ਵਾਲਾ, ਦੇਸੀ ਵੀ ਨਹੀਂ ਹੈਗਾ ਜਿਹੜਾ ਨਹੀਂ ਹੁੰਦਾ ਬਿਸਮਿਲਾ ਜੀ ਇਹ ਖਾਨੋ ਮਾਲ ਤੋਂ ਖੱਬਿਆ ਥੋ ਕੇ 1.5 ਕਿਲੋਮੀਟਰ ਤੋਂ ਬਾਅਦ ਇੱਕ ਮਦਰਸਾ ਤਿਆਰ ਹੋ ਰਿਹਾ ਜੀ, ਉਹਦੀਆਂ ਟੂਟੀਆਂ ਵਾਸਤੇ ਪੈ ਚਾਹੀਦੇ ਉਹ ਰਿਜ਼ਲਟ ਵਾਲਾ ਨਹੀਂ ਉਹ ਲੈ ਲਵੇ ਜਿਹੜੇ ਜ਼ੇਨ 'ਚ ਹੈਗਾ ਵਾ ਤਬਾਹੀ ਵਾਲਾ ਸਿਸਟਮ, ਅਤੇ ਫਰੀਦ ਸਾਹਿਬ ਇਸ ਹੁਣ 6-5 ਨੇ ਕਿ ਲੈਣਾ ਵੀ ਅੱਛਾ ਵਾ ਅਤੇ ਲੈਣਾ ਵੀ ਮਤਲਬ ਗੇਮ 'ਚ ਗੇਮ 'ਚ ਆ। ਲੇਕਿਨ ਸਾਹ ਜੀ ਰੱਬ ਨੇ ਦੇ ਹੀ ਦੇਣਾ ਵਾ, ਮੇਰਾ ਕਸਮ ਹੈ ਕਿਤੇ ਮੈਂ ਧਿਆਨ ਕੋਈ ਡੱਬਾ ਪਿਆ ਵੇਖਣਾ ਨਾ, ਮੈਂ ਕਹਿੰਦਾ ਇਹਦੇ ਸਪੀਕਰ ਲੱਗਾ ਹੋਇਆ। ਫਰੀਦ ਨੂੰ ਮੈਂ ਇੱਕੋ ਸਪੀਕਰ ਸੁਣਾਇਆ 10 ਇੰਚ ਦਾ ਸਿਰ, ਇੱਕੋ ਹੀ, ਉਹ ਮੈਨੂੰ ਗਿਫਟ ਹੋਇਆ ਸੀ। ਮੇਰੇ ਬੜੇ ਪਿਆਰੇ ਦੋਸਤ ਨੇ ਇੱਕ ਮੇਜਰ ਸਾਹਿਬ ਪਿੰਡੀ, ਉਹਨਾਂ ਦੇ ਭਾਈ ਨੇ ਜਪਾਨ, ਉਹ ਜਪਾਨ 'ਚੋਂ ਸਪੀਕਰ ਆਏ ਸੀ 2-10 ਇੰਚ ਦੇ, ਲਾਊਡ ਯਾਰ 10 ਇੰਚ ਦੇ ਸਪੀਕਰ ਆ, 100-150 ਬੰਦੇ ਦੀ ਗੈਦਰਿੰਗ ਦੇ ਵਿੱਚ 2 ਲਾ ਦੇ ਤੈਨੂੰ ਲੋੜ ਨਹੀਂ ਪਊ, 10 ਇੰਚ ਦੇ ਸਿਰਫ, ਇੰਨੇ ਪਾਵਰਫੁਲ। ਉਹ ਮੈਂ ਕੱਲ ਫਰੀਦ ਸਾਹਿਬ ਨੂੰ ਇੱਕੋ ਹੀ ਡੱਬਾ ਸੁਣਾਇਆ, ਇੱਕ ਦੀ ਤਾਰ ਨਹੀਂ ਸੀ ਸਹੀ, ਇੱਕੋ ਡੱਬਾ ਲਾ ਕੇ ਮੈਂ ਆਵਾਜ਼ ਖੋਲੀ ਹੈ, ਸਾਡੇ ਐਮ ਪੰਪ ਸਾਰਿਆਂ ਦੇ ਵਾਲੀਅਮ ਫੁੱਲ ਹੋ ਗਏ ਸੀ, ਤੇ ਉਹਨੂੰ ਪਤਾ ਹੀ ਨਹੀਂ ਸਪੀਕਰ ਨੂੰ ਵੀ ਮੈਂ ਪੂਰੇ ਰੂਮ 'ਚ ਨਾ ਇਹ ਆਲਮ ਸੀ। ਰੂਮ ਨਹੀਂ, ਉਹ ਜਿੰਨਾ ਜਿੰਨਾ ਤੁਸੀਂ ਬਾਹਰ ਜਾਈ ਨਾ ਇੰਝ ਲੱਗਦਾ ਸੀ ਕਿ ਪਤਾ ਨਹੀਂ ਕੀ ਹੋ ਰਿਹਾ ਅੰਦਰ, ਕੀ ਚੱਲਣ ਰਿਹਾ, ਇੱਕ ਸਪੀਕਰ ਜੀ ਨਹੀਂ ਫਰੀਦ ਸਾਹਿਬ ਉਹਨਾਂ ਨੇ ਉਹ ਹੁਣ ਮੈਨੂੰ ਜਿਹੜੀ ਚੀਜ਼ ਵੇਖਦਾ ਨਾ ਕਹਿੰਦਾ ਸਾਹ ਜੀ ਆਹ ਮੈਨੂੰ ਦੇ ਦਿਓ, ਆਹ ਮੈਨੂੰ ਦੇ ਦਿਓ, ਹੁਣ ਮੈਂ ਤੈਨੂੰ ਸਪੀਕਰ ਦੇ ਦੇਵਾਂ 300 ਵਾਟ 400 ਵਾਟ ਦੂਰ ਦਾ, ਤੂੰ ਐਂਪਲੀਫਾਇਰ ਨਾਲ ਲੈਣਾ ਉਹ ਹੋਣਾ 25,000 ਦਾ, ਫਿਰ ਨਾਲ ਤੂੰ ਮਿਕਸਰ ਲਾਉਣਾ, ਤੇਰੀ ਗੇਮ ਚੱਲਣੀ ਹੈ, 1,00,000 ਰੁਪਈਆ ਫਰੀ ਤੈਨੂੰ ਚਾਹੀਦਾ। ਸਾਹ ਜੀ ਲੱਖ ਹੌਲੀ ਹੌਲੀ ਲੈ ਲਾਂਗਾ ਮੈਂ, 25,000 ਦਾ ਮਿਕਸਰ ਲੈ ਲਿਆ ਡੱਬੇ ਤੁਸੀਂ ਦੇ ਦਿੱਤੇ, ਹੌਲੀ ਹੌਲੀ ਨਹੀਂ ਸੁੱਟਣਾ ਨਾ ਲਈ ਹੈ, ਹੌਲੀ ਹੌਲੀ ਲੈ ਕੇ ਰਹੀ ਆ, ਤੇਰੀ ਸਾਸਰ ਪੈ ਗਈ ਇਹਨਾਂ ਤੇ, ਉਹ ਤੇਰੀ ਆ ਯਾਰ, ਉਹ ਇੱਕ ਵੀ ਲੱਭ ਜੇ ਨਾ ਤੇ ਫਾਈਨਲ ਲੱਗ, ਨਹੀਂ ਇੱਕ ਨਹੀਂ ਲੱਭਦਾ ਉਹ, ਮੈਂ ਆਪਣੇ ਵਾਸਤੇ ਰੱਖਿਆ, ਉਹ ਮੈਂ ਰਾਤੀ ਸਫਾਈ ਕਰਨੀ ਸੀ, ਮੈਂ ਰਾਤੀ ਲੱਗਾ ਰਿਹਾ ਉਹ ਕੰਮ ਕਰਨ, ਉਹ ਜਿਹੜਾ ਬੰਦੇ ਬੰਦਿਆਂ ਦੇ ਸਾਰਾ ਨੰਬਰ ਸ਼ੰਬਰ, ਨਹੀਂ ਤੇ ਮੈਂ ਰਾਤੀ ਉਹਨੂੰ ਸੋਚਿਆ ਸੀ, ਮੈਂ ਕਿਹਾ ਮੈਂ ਤਾਂ ਕੱਲ੍ਹ ਦੇਖਿਆ, ਮੈਂ ਕਿਹਾ ਯਾਰ ਇਹ 'ਚ ਇੰਨਾ ਮਿੱਟੀ ਘੱਟਾ, ਜਦੋਂ ਚਲਾਇਆ ਵੇਖਿਆ ਉਹਦੇ ਜਿੱਥੋਂ ਹਵਾ ਨਿਕਲਦੀ ਉਦੋਂ ਮਿੱਟੀ ਨਿਕਲਦੀ ਸੀ, ਉਹਨੂੰ ਮੈਂ ਸਾਫ਼ ਕਰਾਂਗਾ ਖੋਲ ਕੇ ਪੂਰਾ, ਮੈਂ ਤਾਂ ਕਾਲੂ। ਨਹੀਂ ਤੁਹਾਡੇ ਕੋਲ ਵੱਡੇ ਵੀ ਨੇ, ਘਰ ਵੀ ਉਹ ਵੱਡੇ, ਉਹ ਮੈਂ ਰੀਜਨ ਨਾਲ ਬਣਵਾਏ ਨੇ ਨਾ, ਉਹ ਲੋਕਲ ਨਹੀਂ ਹੈਗੇ ਵੀ ਮੈਂ ਇੱਥੋਂ ਲਏ ਸੀ ਚੱਲ ਤੈਨੂੰ ਵੇਚ ਕੇ ਉੱਥੋਂ ਹੋਰ ਲੈ ਲਵਾਂ, ਉਹ ਸਪੈਸ਼ਲ ਨਯਾਬ ਚੀਜ਼ਾਂ ਨੇ। ਸ਼ੌਕ ਹੈ ਨਾ ਉਸਤਾਦ ਜੀ ਨੂੰ ਜੀ, ਹੁਣ ਤੁਹਾਨੂੰ 1,00,000 ਰੁਪਈਆ ਲੱਖ ਲਾ ਲਓ ਕਿਤੇ ਨਹੀਂ ਮਰ ਲੱਗੇ, ਪਤਾ ਨਹੀਂ ਕਿੰਨੇ ਰਾਹਾਂ ਤੋਂ ਆਉਂਦੇ ਆ,
ਅੱਜ ਕੱਲ੍ਹ ਲੱਖ ਰੁਪਏ 'ਚ ਤੁਸੀਂ ਅੱਛਾ ਗਾਣਾ ਸਾਊਂਡ ਸਿਸਟਮ ਬਣਾਉਣਾ ਪਾਇਆ, ਹੁਣ ਤੂੰ 25-30-40 ਹਜ਼ਾਰ ਦੇ ਵਿੱਚ ਤਾਂ ਨਹੀਂ ਨਾ ਗੇਮ ਪੈਣੀ ਪਾਏਗਾ, ਨਹੀਂ ਤਾਂ ਚੁੱਪ ਕਰਕੇ ਉਹ ਲੈ ਲਓ ਸਪੀਕਰ ਜਿਹਨੂੰ ਹੱਥ 'ਚ ਫੜਿਆ ਹੁੰਦਾ, ਹਾਂ ਬਾਹਰ ਆ ਜਾਂਦਾ ਚੈਨਲ ਆ ਉਹਦੇ ਵਿੱਚ ਹੀ ਸਪੀਕਰ ਹੁੰਦਾ, ਵਿੱਚ ਹੀ ਉੱਤੇ ਮਾਈਕ ਲਗਾ, ਉਹਦੇ ਵਿੱਚੋਂ ਹੀ ਆਵਾਜ਼ ਹਲਕੀ ਜਿਹੀ ਆਉਂਦੀ ਹੈ, ਉਹ ਇਹਦੇ ਤੋਂ ਵੀ ਘਟੀਆ ਕਹਿ ਰਹੇ ਹੋ ਭਲਾ ਕਿਹੜਾ, ਜਿਹੜਾ ਉਸਤਾਦ ਜੀ ਪੁਲਿਸ ਨੇ ਕਹਿੰਦੇ ਚਾਰੋਂ ਤਰਫ ਸੇ ਗੇਟ ਰੱਖਾ ਹੈ, ਬਾਹਰ ਆ ਜਾਓ ਸੀਮਾ ਵਿੱਚ, ਆਹੋ ਉਹ ਲੈ ਲਾ, ਕਿਤੇ ਇਹਦੇ ਤੋਂ ਵੀ ਘਟੀਆ, ਜ਼ਿਆਦਾ ਆਵਾਜ਼ ਚਾਹੀਦੀ ਹੈ ਤੇ ਉਹ ਸਾਈਕਲ ਚੈਂਪੀਅਨ ਵਾਲਾ ਕੁੱਪਾ ਲੈ ਲਾ ਫਿਰ, ਵੈਸੇ ਉਹ ਜਿਹੜੀਆਂ ਪੀਕਾਂ ਜੀ ਹੁੰਦੀਆਂ ਸੀ ਸਾਈਕਲ ਚੈਂਪੀਅਨ, ਪ੍ਰੀ ਉਹਨੂੰ ਕਹਿੰਦੇ ਪ੍ਰੀ ਕਹਿੰਦੇ ਸੀ, ਹੈਨਾ ਤਾਂ ਜੀ, ਪ੍ਰੀ ਪ੍ਰੀ, ਆਹੋ ਜੇਬੀਐਲ ਜਾਂ ਇੱਕ ਸਪੀਕਰ ਹੁੰਦਾ ਕਿਊਐਸਸੀ ਦਾ, ਕਿਊਐਸਸੀ ਕੰਪਨੀ ਹੈ, ਕਿਊਐਸਸੀ ਉਹਦਾ ਇੱਕੋ ਹੀ ਡੱਬਾ ਤੇਰੇ ਪੂਰੇ ਮੁਹੱਲੇ ਲਈ ਕਾਫੀ, 10 ਇੰਚ ਦਾ, ਪਾਕਿਸਤਾਨ 'ਚ ਨਹੀਂ ਨਾ, ਪਾਕਿਸਤਾਨ 'ਚ ਵੀ ਲੱਭ ਜਾਂਦੇ, ਤੂੰ ਪੈਸੇ ਦੇ ਮੈਂ ਤੈਨੂੰ ਦੁਬਈ ਹੋ ਲਿਆ ਦੂੰਗਾ, ਹਾਂ ਦੁਬਈ 2000 ਵਾਟ ਦਾ 10 ਇੰਚ ਦਾ ਸਪੀਕਰ, ਉਹਦੀ ਐਂਪ 2000 ਵਾਟ, 2000 ਵਾਟ ਨਿਹਾਰਾ, ਪਤਾ ਕਿੰਨੇ ਹੁੰਦੇ ਆ, ਹਾਂਜੀ ਬੇਸਿਕਲੀ ਮੈਂ ਤੁਹਾਨੂੰ 2000 ਵਾਟ 10 ਇੰਚ ਦਾ ਸਪੀਕਰ, 10 ਇੰਚ ਦਾ 150 ਵਾਟ ਦਾ ਸਪੀਕਰ ਹੋਵੇ ਤੇ ਬੰਦਾ ਕਹਿੰਦਾ ਸੁਭਾਨ ਅੱਲਾ, ਤੇ ਉਹ 2000 ਵਾਟ ਦਾ ਇੱਕੋ ਹੀ ਡੱਬਾ ਤੇ ਕੰਡ ਛਿੱਲੀ ਗਈ ਸਜਣਾ, ਹਾਂ ਐਂਪ ਵੀ ਉਹਦੇ ਵਿੱਚ ਹੀ ਇਹ ਉਹਦਾ ਰੌਲਾ, ਸਿਰਫ ਉਹਦਾ ਮਿਕਸਰ ਲਾਉਣਾ ਬਸ ਛੋਟਾ ਜਿਹਾ ਕੋਈ, ਪਾਵਰ ਵੀ ਉਹਦੇ ਵਿੱਚ ਔਰ ਮੈਚਿੰਗ ਪਾਵਰ ਔਰ ਸਪੀਕਰ ਵੀ ਤੋਹਫਾ ਦਾ ਮੁਕਾਮ, ਸ਼ੌਕ ਵੈਸੇ ਮੈਂ ਹਿਸਾਬ ਲਾਇਆ ਇਹ ਨਹੀਂ ਪੈਣਾ ਚਾਹੀਦਾ, ਨਹੀਂ ਤੇ ਤੁਹਾਡੇ ਡੱਬਿਆਂ ਦਾ ਹੀ ਆ, ਨਹੀਂ 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 ਯਾਰ ਮੈਂ ਸੁਣਿਆ ਪਤਾ ਕੀ, ਮੈਨੂੰ ਕਿਸੇ ਬੰਦੇ ਨੇ ਆਈਟਮ ਸੁਣਾ ਚੁੱਕਿਆ, ਉਹ ਉਸਤਾਦ ਜੀ ਸਪੀਕਰ ਐਸੇ ਲੜੇ ਨੇ ਨਾ, ਮੈਂ ਕਿਹਾ ਯਾਰ ਮੈਂ ਵੀ ਗਾ ਸਕਦਾ ਵਾ ਤੇ ਮੈਂ ਕਿਉਂ ਨਾ ਇਹਦੇ 'ਤੇ ਰਿਆਸਤ ਕਰਾਂ, ਹੁਣ ਉਹ ਈਵੈਂਟਸ ਜਿਹੜੇ ਨੇ ਨਾ ਲੋਕ ਕਰੋਕੇ 'ਤੇ ਜ਼ਿਆਦਾ ਗਾਉਂਦੇ ਨੇ, ਕਰੋਕੇ 'ਤੇ ਪਿੱਛੇ ਕਰੋਕੇ ਲਾ ਦਿੰਦੇ ਨੇ ਤੇ ਉਹ ਗਾਉਂਦੇ, ਮੈਂ ਕਿਹਾ ਯਾਰ ਮੈਂ ਵੀ ਰੈਸਲ ਕਰਾਂ, ਮੈਨੂੰ ਵੀ ਬੁਲਾਇਆ ਕਰਨਗੇ ਈਵੈਂਟ 'ਤੇ, ਮੈਂ ਵੀ ਗਾਇਆ ਕਰਾਂ, ਓਏ ਤੈਨੂੰ ਮੈਂ ਦੱਸਦਾ ਤਰੀਕ, ਵੱਡੇ ਚਾਟੀਆਂ ਲੈ, ਚਾਟੀਆਂ ਹਾਂ ਖੁੱਲੇ ਮੂੰਹ ਵਾਲੇ, ਉਹਨਾਂ ਦੇ ਉੱਤੇ 8-8 ਇੰਚ ਦੇ ਸਪੀਕਰ ਆ, ਹੈ ਚਾਟੀਆਂ ਦੇ, ਮੈਂ ਆਪ ਇੱਕ ਦੌਰ ਹੁੰਦਾ ਸੀ ਘੜਿਆਂ ਦੇ ਉੱਤੇ ਸਪੀਕਰ ਰੱਖੇ ਹੁੰਦੇ ਸੀ, ਪੁੱਠੇ ਕਿੰਨੇ ਕਿੰਨੇ ਘੜਿਆਂ ਦੇ ਉੱਤੇ ਸਪੀਕਰ ਰੱਖ ਕੇ ਗਾਣੇ ਸੁਣੇ, ਤੇਰਾ ਥੱਲੇ ਰਿਪਲਾਈ ਕਰ ਦੇਣਾ ਮੈਨੂੰ, ਆਹ ਜੈਨੂਇਨ ਗੱਲ ਆ ਭਾਈ ਜਾਨ, ਸਪੀਕਰ ਛੋਟਾ ਉਹਦੀ ਸਾਈਡਾਂ 'ਤੇ ਨਾ ਮੈਂ ਛੁਰੀ ਦੇ ਨਾਲ ਮੋਰੀਆਂ ਕਰਨੀਆਂ, ਛੁਰੀ ਨਾਲ ਮੋਰੀ ਕਰਕੇ 5-5 ਮੋਰੀਆਂ ਬਣਾ ਲੈਣੀਆਂ, ਇੱਧਰ ਵੀ ਇੱਧਰ ਵੀ ਇੱਧਰ ਵਿੱਚ ਹਵਾ ਵਾਸਤੇ, ਉੱਤੇ ਰੱਖ ਦੇਣਾ ਸਪੀਕਰ, ਨਾਲ ਟਿਊਟਰ ਕਿਤੇ ਲਹਿਰਾ ਬਾਰੀ ਦੇ ਨਾਲ ਇੰਜ ਲਾ ਲੈਣਾ, ਘੜੇ ਦੇ ਵਿੱਚ ਉਹਦੀ ਬੇਸ ਬਣਨੀ, ਉਹਦੇ ਟਿਊਟਰ ਲਈ ਵੀ ਬਣਦਾ ਸੁਰਾਖ ਕਰ, ਨਹੀਂ ਨਹੀਂ ਉਹ ਟਿਊਟਰ ਲਈ ਨਹੀਂ ਨਾ, ਫਿਰ ਉਹ ਟਿਊਟਰ ਲੈ ਤਾਂ ਲੱਗ ਰਿਹਾ ਵੀ ਇੱਧਰੋਂ ਝਰਕਾਰ ਇੱਧਰੋਂ ਆ ਰਹੀ ਹੈ, ਉਹ ਅਤੇ ਕਾਰ ਡੈੱਕ ਮੈਂ ਰੱਖਿਆ ਹੁੰਦਾ ਸੀ, ਕਾਰ ਡੈੱਕ 'ਚ ਕੇਸਟ ਪੈਣ ਪੈਂਦੀ, ਅਤੇ ਉਹਦੇ 'ਚ ਮੈਂ ਉਹ ਗਾਣੇ ਸੁਣੇ, ਟੜਨ ਟਨ 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 ਟੜਨ ਟਨ 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 ਟਨੀਆਂ ਲੱਗੀਆਂ ਨੇ ਕੌਣ ਜਾਣ, ਦਿਲ ਕੋ ਬੇਵਜ੍ਹਾ ਧੜਕਨੇ ਕੀ ਆਦਤ ਹੋ ਜਾਤੀ ਹੈ, ਇਹ ਜਿਹੜਾ ਨਹੀਂ ਸਪੀਕਰ ਘੜੇ 'ਚ ਪੁੱਠੇ ਪਾ ਦੇਣੇ, ਸਜਣੀ ਵਾਲੀਆਂ ਮੌਤਾਂ ਹੁੰਦਾ ਸੀ, ਮਧੂਰੀ ਦੀ ਤਸਵੀਰ ਲੱਗੀ ਹੁੰਦੀ ਸੀ ਉੱਤੇ, ਉਹਦਾ ਨਾਮ ਹੁੰਦਾ ਸੀ ਸਜਣੀ ਵਾਲੀਅਮ ਦਾ, ਤੇ ਉਹਦੇ 'ਚ ਨਵਾਂ ਜਿਹੜੇ ਗਾਣੇ ਹੁੰਦੇ ਸੀ ਕੇਸਟ ਉਹਦੇ ਹੁੰਦੇ ਸੀ,
ਇੱਕ ਸਤਾਰ ਜੀ ਦੁਖੀ ਗਾਣਿਆਂ ਦਾ ਆਉਂਦਾ ਹੁੰਦਾ ਸੀ ਗਮੋ ਕੇ ਸਾਏ। ਹਾਂ ਬਹੁਤ ਬਹੁਤ ਗਮੋ ਕੇ ਸਾਏ ਪੱਥਰ ਕੇ ਸਮ ਵੀ ਲਿਖਿਆ ਹੁੰਦਾ ਸੀ ਉੱਪਰ। ਯਾਰ ਤੂੰ ਇੰਨਾ ਪੁਰਾਣਾ ਯਾਰ ਮਿਊਜ਼ਿਕ ਦੋਵਾਂ ਸੈਟਾਂ ਤੇ ਹੁੰਦਾ ਸੀ, ਸਿੰਗਰ ਦੀ ਇੱਕ ਦੀ ਇੱਕ ਦੀ ਇੱਧਰ ਹੁੰਦੀ ਸੀ ਮੇਲ, ਉਹ ਸੀ ਡੂਇਟ ਕਹਿੰਦੇ ਨੂੰ, ਡੂਇਟ ਡੂਇਟ ਸੀ, ਲਤਾ ਰਫੀ, ਲਤਾ ਕਿਸ਼ੋਰ, ਲਤਾ ਮੁਕੇਸ਼, ਆਸ਼ਾ ਕਿਸ਼ੋਰ, ਆਸ਼ਾ ਰਫੀ, ਇੰਜ ਦੇ ਸੀ। ਯਾਨੀ ਉਹ ਸਿੰਗਲ ਨਹੀਂ ਸੀ। ਇੱਧਰਲੀ ਸਾਈਡ ਤੇ ਰਫੀ ਸਾਹਿਬ ਦੀ ਆਵਾਜ਼ ਆ, ਰਫੀ ਸਾਹਿਬ ਦੇ ਮੇਲ ਦੀ ਆਵਾਜ਼ ਆ, ਇੱਧਰਲੀ ਸਾਈਡ ਤੇ ਫੀਮੇਲ ਦੀ ਆਵਾਜ਼ ਆ। ਹੁਣ ਤੁਸੀਂ ਅਗਰ ਫੀਮੇਲ ਲਗਾਉਣਾ ਉਹਨੇ ਸਾਈਡ ਬੰਦ ਕਰਨੀ ਹੈ, ਕੁੜੀ ਵਾਲੀ ਤੋਂ ਉਹਨੇ ਗਾਉਣ ਲੱਗ ਪੈਣਾ ਮੁੰਡੇ ਦੇ ਨਾਲ, ਯਾਨੀ ਮੁੰਡਾ ਉਹ ਗਾ ਰਿਹਾ ਨਾਲ, ਇੰਝ ਕਰਨਾ ਵਾ ਤੇ ਮੁੰਡੇ ਦੀ ਆਵਾਜ਼ ਬੰਦ ਹੋ ਗਈ ਤੇ ਮੈਂ ਨਾਲ ਗਾਉਂਦੇ ਰਹਿਣਾ ਤੇ ਲੜਕੀ ਦੇ ਬੋਲ ਆਈ ਜਾਣੇ ਵਿੱਚ। ਉਹ ਹਾਲੇ ਵੀ ਕਈ ਐਲਬਮ ਸੁਹਾਨੇ ਪਾਲ ਤੁਸੀਂ ਲਿਖੋਗੇ ਨਾ, ਜਿਹੜੇ ਜਿਹਨਾਂ ਨੂੰ ਗਾਣੇ ਦਾ ਸ਼ੌਕ ਆ, ਯੂਟਿਊਬ 'ਤੇ ਪਏ ਸੁਹਾਨੇ ਪਾਲ ਐਲਬਮ ਵਨ, ਐਲਬਮ ਵਨ ਟੂ ਥ੍ਰੀ ਫੋਰ, ਬੜੇ ਐਲਬਮ ਆਏ ਸੀ, ਬੜੀਆਂ ਕੇਸਟਾਂ ਮੈਂ ਲਈਆਂ ਸੀ ਭਾਅ ਜੀ, ਹਾਲੇ ਵੀ ਕਿਤੇ ਪਈਆਂ ਨਹੀਂ। ਅੱਛਾ ਉਸਤਾਦ ਜੀ, ਪਹਿਲੇ ਸਿੱਧਾ ਗਾਣਾ ਨਹੀਂ ਚੱਲ ਹੁੰਦਾ, ਪਹਿਲੇ ਸ਼ੇਰ ਆਖਦੇ ਰਾਤ ਕਾ ਤੁਮਨੇ ਦੇਖਾ ਹੈ ਤੋ ਫਿਰ ਚੱਲ। ਨਹੀਂ ਉਹ ਕੇਸਟਾਂ ਹੁੰਦੀਆਂ ਸੀ, ਉਹ ਰਜ਼ਾ ਰਜ਼ਾ ਸੀ ਇੱਕ ਬੰਦਾ, ਉਹ ਉਹਦੀ ਆਵਾਜ਼ ਹੁੰਦੀ ਸੀ ਬੈਨੁਰ ਭਾਈ, ਆਹੋ ਆਹੋ, ਬਿਨਾਂ ਕਾ ਗੀਤ ਮੈਂ ਲੈ ਕੇ ਝੂਠੀ ਕੇ ਫਾਇਦਾ, ਉਹ ਥੋੜੀ ਗੱਲ ਵੀ ਕਰਦਾ ਸੀ, ਆਵਾਜ਼ ਹੈ ਕੁਮਾਰ ਸ਼ਾਹ ਨੂੰ ਔਰ ਅਲਕਾ ਯਾਦਨੇ। ਮੈਨੂੰ ਸਭ ਤੋਂ ਜਿਹੜਾ ਯਾਦ ਹੈ ਨਾ, ਉਹ ਨੀ ਕਿਸ਼ੋਰ ਸਾਹਿਬ ਦਾ ਗਾਣਾ ਸੀ, ਕਿਸੀ ਬਾਤ ਪਰ ਮੈਂ ਕਿਸੀ ਸੇ ਖਫਾ ਹੂੰ, ਮੈਂ ਜ਼ਿੰਦਾ ਹੂੰ ਪਰ ਜ਼ਿੰਦਗੀ ਸੇ ਖਫਾ ਹੂੰ। ਇਹ ਗਾਣਾ ਮੁੱਕਾ ਕਹਿੰਦਾ ਕਿਸ਼ੋਰ ਜੀ ਆਪ ਖਫਾ ਨਾ ਹੋਈਏ, ਹਮ ਉਹ ਵਿੱਚ ਕਿਸ਼ੋਰ ਸਾਹਿਬ ਨਾਲ ਵੀ ਗੱਲਾਂ ਕਰ ਲੈਂਦਾ ਸੀ, ਕਿਸ਼ੋਰ ਜੀ ਮਾੜਿਆਂ ਚੋ ਚੰਗੇ, ਚੰਗਿਆਂ ਚੋ ਮਾੜੇ ਜੰਮ ਪੈਂਦੇ ਨੇ, ਸਮਝ ਆ ਰਹੀ? ਏਦਾਂ ਹੀ ਭਾਜਨ ਨਵੀਂ ਨਵੀਂ ਨਸਲ ਚੋ ਪੁਰਾਣੇ ਜ਼ਿਹਨ ਵਾਲੇ ਵੀ ਜੰਮ ਪੈਂਦੇ ਨੇ, ਤੇ ਪੁਰਾਣੇ ਨਸਲ ਜਿਹੜੀ ਉਹਨਾਂ ਦੇ ਵਿੱਚੋਂ ਕਿ ਨਵੇਂ ਜਿਹਨਾਂ ਵਾਲੇ ਵੀ ਜੰਮੇ ਸੀ, ਜਿਹਨਾਂ ਨੇ ਕੰਮ ਐਸੇ ਪਾਏ ਨੇ ਜਿਹੜੇ ਅੱਜ ਲੋਕੀ ਕਹਿ ਰਹੇ ਨੇ। ਹਾਂਜੀ ਹਾਂਜੀ, ਇਹ ਸਾਰਾ ਇਹਦਾ ਕੋਈ ਚੱਕਰ ਨਹੀਂ ਹੈਗਾ, ਇੱਕੋ ਮਾਂ ਦੇ ਬੱਚਿਆਂ ਦੇ ਵਿੱਚੋਂ ਕਈ ਪੇਟ ਜੰਮਦੇ ਆ। ਚਲੋ ਉਹ ਯਾਰ, ਕਈ ਬੱਚਿਆਂ ਦੇ ਪੇਟਾਂ ਚੋਂ ਕਈ ਮਾਂ ਮਾਵਾਂ ਜੰਮ ਰਹੀਆਂ ਦੇ ਮਿਲਣ ਵਧਾਈਆਂ, ਤੇ ਵੱਡਾ ਹੋਇਆ ਪੇਟ ਚੋਂ ਬੱਚਾ ਜੰਮਦਾ। ਹਾਂਜੀ ਮੈਂ ਨਾ ਤਨਕ ਦੀ ਮੇਰੀ ਗੱਲ ਸੁਣ, ਇੱਕੋ ਮਾਂ ਦੇ ਪੇਟ ਚੋਂ ਪੰਜ ਪੁੱਤਰ ਜੰਮਦੇ, ਇੱਕੋ ਬਾਪ ਦੀ ਤੁਖਮ ਚੋਂ ਪੰਜਾਂ ਦੀ ਨੇਚਰ ਲੈਦਾ ਲੈਦਾ, ਪੰਜ ਕੀ ਦਸ ਬਾਰਾਂ ਸਾਰੇ ਦੇ ਲੈਦਾ, ਇੱਕ ਲੜਾਈ ਤੋਂ ਡਰਦਾ ਵਾ, ਇੱਕ ਵਿੱਚ ਹੀ ਵੜ ਜਾਂਦਾ, ਉਸੇ ਮਾਂ ਦਾ ਉਸੇ ਪਿਓ ਦਾ ਪੁੱਤਰ, ਇੱਕ ਝੱਕ ਜਾਂਦਾ ਕਿਸੇ ਗੱਲ ਕਰਨ ਤੋਂ, ਦੂਜਾ ਝੱਕਦਾ ਨਹੀਂ, ਇੱਕ ਫੁੱਲ ਤਮੀਜ਼ਾਂ ਨਾਲ ਨਿਕਲਿਆ, ਦੂਜੇ ਨੂੰ ਬੋਲਣ ਦੀ ਤਮੀਜ਼ ਨਹੀਂ। ਸਾਹ ਜੀ ਇਹ ਬਹੁਤ ਕੁਦਰਤ ਦੀ ਵੰਡ ਆ, ਕੁਦਰਤ ਦੀ ਵੰਡ ਆ ਜੀ, ਇਹਦੇ ਤੁਸੀਂ ਕੁਛ ਨਹੀਂ ਕਹਿ, ਹਰ ਚੀਜ਼ ਤੁਹਾਨੂੰ ਮਾਂ ਪਿਓ ਦੀ ਵਿਰਾਸਤ ਚੋਂ ਨਹੀਂ ਮਿਲਦੀ, ਆਪ ਵੀ ਤੁਸੀਂ ਵਿੱਚੋਂ ਗੰਦੀ ਨਸਲ ਦੇ ਨਿਕਲ ਆਉਂਦੇ ਆ। ਸੂਟ ਪਾ ਕੇ ਫਿਰਦੇ, ਮੈਂ ਕਿਹਾ ਕੀ ਹੈ, ਛਾਣ ਬੂਰਾ ਵੇਚਿਆ, ਬੜਾ ਕੰਮ ਹੁੰਦਾ ਸੀ ਯਾਰ ਸਾਡੇ ਹਿਸਾਬ ਦਾ, ਸਾਡੇ ਬੜਾ ਕੰਮ ਹੁੰਦਾ ਸੀ ਕਿ ਦਿਹਾੜੀ ਲੱਗਣੀ, ਛਾਣ ਬੁਰਾ ਰੋਟੀਆਂ ਹਿਸਾਬ ਨਾਲ ਵੇਚ ਦੇਣੀਆਂ, ਠੀਕ ਹੈ ਨਾ, ਕੱਪੜੇ ਬੂਟਾਂ ਦੇ ਭਾਂਡੇ ਲੱਗਦੇ ਸੀ ਹਿਸਾਬ ਨਾਲ, ਕਿਉਂਕਿ ਉਹ ਅੰਮੀਆਂ ਭਾਂਡੇ ਲੈ ਲੈਂਦੀਆਂ ਸੀ, ਉਹ ਸਾਡੇ ਬੇਕਾਰ ਹੁੰਦਾ ਸੀ, ਸਾਡੀ ਦਿਹਾੜੀ ਲੱਗਦੀ ਸੀ ਬਾਬਾ ਜੀ ਉਹਦੇ ਚੋਂ ਸੂਹਣੇ ਟੋਕਰੇ ਚੋਂ,
ਸੂੜੇ ਟੁਕੜੇ ਚੋਂ ਰੁਪਈਏ ਦਾ ਬਾਰਾਂ ਆਨੇ ਦਾ, ਫਿਰ ਸੂੜੇ ਟੁਕੜੇ ਵਾਲੇ ਜਿਹੜੇ ਹੁੰਦੇ ਸੀ ਨਾ ਸੁੱਕੀਆਂ ਰੋਟੀਆਂ ਲੈਣ ਵਾਲੇ, ਉਹਨਾਂ ਨੇ ਪੈਸੇ ਵੀ ਦੇਣੇ ਤੇ ਨਾਲ ਉਹਨਾਂ ਨੇ 500 ਐਟਮਾਂ ਵੀ ਰੱਖੀਆਂ ਹੁੰਦੀਆਂ ਵੀ ਹਾਂ ਵੀ ਪੈਸੇ ਲੈਣੇ ਆ ਕਿ ਵੀ ਆਪਾਂ ਮਰੂੰਡਾ ਦੇ ਦਵਾਂ ਜਾਂ ਸੁਣਾ ਦੇ ਦਵਾਂ, ਇਹ ਵੀ ਐਟਮ ਹੁੰਦੀ ਸੀ ਖੁੱਲੀਆਂ ਚੀਜ਼ਾਂ ਜਿਹੜੀਆਂ ਬਹੁਤੀਆਂ ਸਿਆਣੀਆਂ ਮਾਈਆਂ ਹੁੰਦੀਆਂ ਸੀ ਨਾ ਉਸਤਾਦ ਜੀ, ਉਹ ਛਾਣ ਪੂਰਾ ਦੇ ਕੇ ਪਿਆਲੀਆਂ ਲੈ ਲੈਂਦੀਆਂ ਸੀ, ਪਿਆਲੀਆਂ ਚੀਜ਼ਾਂ ਨਹੀਂ ਸੀ ਬੱਚਿਆਂ ਨੂੰ ਲੈਣ ਦੇ, ਇਹ ਇਨਡਾਇਰੈਕਟਲੀ ਇੱਕ ਜੰਗ ਚੱਲ ਰਹੀ ਹੁੰਦੀ ਸੀ ਮਾਂ ਚ ਤੇ ਔਲਾਦ, ਮਾਂ ਪੁੱਤ ਚ ਤੇ ਔਲਾਦ, ਲੈ ਦਾ ਛਾਪਟ ਲੁਕੋ ਰਹੇ ਆਪਣੇ। ਅੱਜ ਮੈਂ ਇੱਕ ਸ਼ਰਮਿੰਦਗੀ ਵਾਲੀ ਗੱਲ ਦੱਸਣ ਲੱਗਾ। ਵੈਸੇ ਉਸਤਾਦ ਜੀ ਮੈਂ ਮਰੀ ਜਾਣਾ ਸੀ ਆਪਣੇ ਯਾਰਾਂ ਨਾਲ ਤੇ ਉਸਤਾਦ ਜੀ ਪੈਸੇ ਕੋਈ ਨਹੀਂ ਸੀ, ਮੈਂ ਪਤਾ ਕੀ ਕੀਤਾ ਸੀ, ਘਰ ਇੱਕ ਟੁੱਟੀ ਮੰਜੀ ਸੀ ਤੇ ਮੈਂ ਜਾ ਕੇ ਕਬਾੜੀਏ ਨੂੰ ਧੋਲਦੀ, ਸਵੇਦ ਪੈਂਦਾ ਸਵੇਦ, ਉਹ ਮੈਨੂੰ ਬਾਅਦ ਦੇ ਵਿੱਚ ਮੈਂ ਨਿਕਲ ਗਿਆ, ਪਤਾ ਤੇ ਲੱਗ ਹੀ ਗਿਆ ਸਾਰਿਆਂ ਨੂੰ ਵੀ ਲੈ ਗਏ ਮੰਜੀ, ਹੋ ਗਿਆ ਉਸਤਾਦ ਜੀ ਮਾਂ ਮੇਰੇ ਨੇ ਆਉਂਦੇ ਮੈਨੂੰ ਉਹ ਵਿਛਾਇਆ, ਨਹੀਂ ਹੁੰਦੇ ਏਦਾਂ ਦੀ, ਦੋ ਦਿਨ ਰੁਪਏ ਤੋੜਨੇ, ਚਾਰ ਦਿਨ ਰੁਪਏ ਤੋੜਨੇ ਆ, ਨਹੀਂ ਇੱਕ ਵਾਰੀ ਇਹ ਤੇ ਉਹ ਵਾਕਿਆ ਨਾ ਜਿਹੜਾ ਤੂੰ ਆਪਣੇ ਘਰੋਂ ਮੰਜੀ ਚੁੱਕੀ, ਜਿਹੜੀ ਬਾਕੀਆਂ ਲਾਹੌਰਾਂ ਦੇ ਅੰਦਰ ਵੜ ਕੇ ਘਰਾਂ ਚ, ਉਹ ਵੀ ਤੇ ਦੱਸ ਨਾ ਕੋਈ ਗੱਲ, ਕੀ ਗੱਲ, ਮੈਂ ਮੰਜੀਆਂ ਦਾ ਲੋਡਰ ਸਾਂ, ਕੀ ਸੀ ਮੈਨੂੰ ਕੀ ਫਰੀਦ ਬਚਪਨ ਚ ਅੱਕ ਗਏ ਸੀ ਆਵਾਜ਼ ਸੁਣ ਸੁਣ ਕੇ, ਚੋਰ ਚੋਰ ਚੋਰ, ਮੈਂ ਪਾਗਲ ਹੋ ਜਾਣਾ, ਵਜਾ ਤੋਂ ਕਹਿੰਦਾ ਮੈਂ ਪਾਗਲ ਹੋ ਜਾ ਕੇ ਵਾਪਸ, ਇਹਦੀ ਵਜ੍ਹਾ ਤੋਂ ਸੰਗਲ ਗਲਾਸ ਵਾਲਾ ਰੋਲਾ ਬਣਿਆ, ਇਹਦੀ ਵਜ੍ਹਾ ਤੋਂ ਗਲਾਸ ਚੁੱਕਦਾ, ਟੂਟੀਆਂ ਨੂੰ ਤਾਲੇ ਲੱਗਣ ਲੱਗ ਪਏ, ਇਹਦੀ ਭਾਜੀ ਤੁਸੀਂ ਕਦੀ ਵੇਖਿਆ ਬਲਬ ਦੇ ਉੱਤੇ ਛਿੱਕੂ ਲੱਗਾ ਹੁੰਦਾ, ਲੱਗਾ ਹੁੰਦਾ ਸੀ ਇਹਨਾਂ ਦੇ ਮੱਲਿਓ ਜਾਗ ਰਿਹਾ, ਹਾਂਜੀ, ਔਰ ਇਹ ਐਸਾ ਨਹਿਸ਼ ਆ ਜਦੋਂ ਇਹਨੂੰ ਛਿੱਕੂ ਲਾ ਦਿੰਦੇ ਸੀ ਨਾ ਗੁੱਸੇ ਨਾਲ ਅੰਦਰੋਂ ਸੂਆ ਰੱਖ ਕੇ ਤੋੜ ਆਉਂਦਾ ਸੀ, ਵੀ ਜੇ ਏਦਾਂ ਤੇ ਫਿਰ ਏਦਾਂ ਹੀ ਸੀ, ਉਸਤਾਦ ਜੀ ਪੰਪਾਂ ਤੇ ਜਿਹੜੀਆਂ ਬੁਰਕੇ ਜੇ ਪਾਉਣ ਲੱਗ ਗਏ ਲੋਹੇ ਦੇ, ਇਹਦੇ ਵੀ ਤਾਂ ਚੱਲੇ ਆ, ਇਹ ਪੰਪ ਖੋਲ ਦਿੰਦਾ ਰਾਤ ਨੂੰ ਰਕਸ਼ੇ ਦਾ ਟਾਇਰ ਲਾ ਕੇ ਨਾ ਡਰਾਈਵਰ ਅੰਦਰ ਰੱਖ ਲੈਂਦਾ, ਆਹੋ ਆਹੋ, ਐਸ ਭਾਈ ਤੋਂ ਡਰ ਤੋਂ, ਇਹ ਕੈਸੀ ਗੱਲ ਤੇ ਨਾ ਕਦੀ ਹੋਇਆ ਤਾਂ, ਤੇ ਤੂੰ ਮੋਟਰਸਾਈਕਲ ਘਰ ਕੇ ਅੰਦਰ ਗਿਆ ਬਾਹਰ ਗਿਆ ਉੱਤੇ ਬਹਿ ਕੇ ਤੂੰ ਇੰਜ ਕੀਤਾ ਤੇ ਮੋਟਰਸਾਈਕਲ ਕੋਲ ਸਿੱਧੀ ਥੱਲੇ ਡਿੱਗ ਗਿਆ ਟਾਇਰ, ਜੀ ਨਹੀਂ ਆਣੀ ਓਏ, ਹਾਂਜੀ ਇਦਾਂ ਵੀ ਕਰ ਲੈ ਜੀ, ਅਗਲਾ ਟਾਇਰ ਹੀ ਆਣੀ ਔਰ ਤੂੰ ਵੇਖਿਆ ਹੀ ਨਹੀਂ, ਤੂੰ ਸਟੈਂਡ ਤੋਂ ਲਾਈ ਆ ਤੇ ਸਿੱਧੇ ਸ਼ਾਖ ਵੱਜੇ ਜ਼ਮੀਨ ਚ ਆਪਾ, ਤੇ ਤੂੰ ਕਿਹਾ ਕੀ ਤੇ ਵਿੱਚ ਬਿਜਲੀ ਆਣੀ, ਕਾਰਾਂ ਦੇ ਕਾਰਾਂ ਦੇ ਪੂਰਾ ਲਾਉਣ, ਕਾਰ ਦੀ ਜਿਹੜੀ ਉਹ ਹੁੰਦੀ ਆ ਟਾਇਰ ਉਹਦਾ, ਉਹ ਤਾਂ ਤੂੰ ਲਿਆ ਉੱਥੋਂ ਪਾਨਾ ਪਾਨਾ ਲਿਆ ਉਹ ਲਿਆ ਤੇ ਜਿਹੜੀ ਮਰਜ਼ੀ ਖਲੋਤੀ ਦਾ ਕੋਲ ਲਾ ਕੇ ਲੈ ਜਾ, ਉਹ ਕਿੱਡਾ ਈਜ਼ੀ ਹੈ ਸਾਹਿਬ, ਸ਼ੀਸ਼ੇ ਬਹੁਤ ਖੋਲਦੇ ਗੱਡੀਆਂ ਦੇ ਸਾਜ, ਸਾਈਡ ਸ਼ੀਸ਼ੇ, ਹਾਂਜੀ ਸਾਈਡ ਸ਼ੀਸ਼ਾ ਪਾ ਜਾਣ, 25-25 ਹਜ਼ਾਰ ਰੁਪਏ ਦਾ ਸ਼ੀਸ਼ਾ ਵੱਡੀ ਗੱਡੀ ਦਾ, ਕਈ ਵਾਰੀ ਏਦਾਂ ਵੀ ਹੋਇਆ ਕਿ ਮਲਿਦਾ ਨੇ ਕਾਰ ਸਟਾਰਟ ਕੀਤੀ ਕਿ ਉਹ ਹੋਣੀ ਡਿਆ ਧੱਕੇ ਲਏ ਮਰ ਗਏ, ਬਾਅਦ ਪਤਾ ਲੱਗਾ ਬੈਟਰੀਆਂ ਚੋਰੀ ਹੋ ਗਈਆਂ, ਬੈਟਰੀ ਕੱਢ ਕੇ ਵਿੱਚ ਬੈਟਰੀ ਹੈ ਨਹੀਂ, ਸਾਥ ਦਾ ਇੱਕ ਬੰਦਾ ਸ਼ੀਸ਼ਾ ਲਾਉਂਦਾ ਸਾਥ ਗੱਡੀ 'ਚ ਬੈਠਾ, ਉਹਨੂੰ ਉਹ ਸ਼ੀਸ਼ਾ ਲਾਉਂਦਾ ਤੈਨੂੰ ਕਹਿੰਦਾ ਯਾਰ ਇੱਕ ਮਿੰਟ ਲਾ ਲਾ ਦਾ, ਇੱਕ ਮਿੰਟ ਤੁਹਾਨੂੰ ਸਿਰ ਪਾ, ਤਾਂ ਜੀ ਜ਼ਿੰਦਗੀ ਚੋਰੀ ਨਹੀਂ ਕੀਤੀ, ਸਿਰਫ ਇੱਕ ਦੋ ਵਾਰੀ ਇੱਦਾਂ ਦਾ ਵਾਕਿਆ, ਮੇਰੇ ਚਾਚੇ ਦਾ ਨਾ ਸਟੈਂਡ ਟੁੱਟ ਗਿਆ ਪਿਛਲਾ ਕੈਰੀਅਰ, ਉਹ ਨਹੀਂ ਹੁੰਦਾ ਸਟੈਂਡ ਸੱਚ ਜਿਹਦੇ 'ਤੇ ਵੱਡੇ ਸਟੈਂਡ 'ਤੇ ਖਿਲਾਰਦੇ ਹੋ ਮੋਟਰਸਾਈਕਲ, ਹਾਂਜੀ ਸਤਾਰ ਜੀ ਉਹ ਟੁੱਟ ਗਿਆ ਲਮਕਣ ਡਿਆ, ਉਹ ਮੈਂ ਜਾ ਕੇ ਤੇ ਚੁੱਕ ਕੇ ਵੇਚ ਆਇਆ, ਮੈਂ ਸਿੱਕੇ ਲੈ ਕੇ ਟੋਕਨ ਲੈ ਕੇ ਤੇ ਉਹ ਖੇਡਦਾ ਹੁੰਦਾ ਸੀ ਗੇਮ, ਉਹ ਕਹਿੰਦੇ ਸੀ ਚੱਲ ਆਹੋ ਆਹੋ ਉਹ ਵਾਲੀ ਗੇਮ ਖੇਡ ਆਇਆ, ਤੇ ਉਸਤਾਦ ਜੀ ਬਾਅਦ ਚਾਚਾ ਚਾਚਾ ਕਦੀ ਗਟਰ ਨਾਲ ਲਾਉਂਦਾ ਕਦੀ ਕੰਧ ਨਾਲ ਲਾਉਂਦਾ ਸੀ, ਬੜੀਆਂ ਗਾਲਾਂ ਮੈਨੂੰ ਕਹਿੰਦਾ ਕਿੰਨੇ ਵੇਚਿਆ ਉਹਦੀ, ਮੈਂ ਫਿਰ ਸੁਣਦਾ ਮੈਂ ਕਿਹਾ ਅੱਛਾ ਇੱਕ ਐਸੀ ਗੱਲ ਆ ਵੀ ਜੈਸੀ ਕਰਨੀ ਵੈਸੀ ਭਰਨੀ, ਜਦੋਂ ਤੁਸੀਂ ਇੱਦਾਂ ਕਰਦੇ ਹੋ ਫਿਰ ਇੱਕ ਏਜ ਤੁਹਾਡੀ ਆ ਜਾਂਦੀ ਹੈ ਕਿ ਤੁਹਾਡੇ ਨਾਲ ਬੱਚੇ ਦਾ, ਹਾਂ ਸਾਰਾ ਹਿਸਾਬ ਚੱਲਦਾ ਚੱਕਰ ਸਾਹ ਜੀ ਇਸੇ ਦੁਨੀਆਂ, ਨਹੀਂ ਨਹੀਂ ਤੁਸੀਂ ਇਹ ਗਲਤ ਗੱਲ ਕੀਤੀ, ਮੇਰੇ ਬੱਚੇ ਐਸੇ ਨਹੀਂ ਹੈਗੇ, ਮੈਂ ਤਾਂ ਦੁਨੀਆਂ ਦੀ ਹਰ ਚੀਜ਼ ਦੇਖੋ, ਮੈਂ ਘਰ ਮੈਂ ਉਹਨਾਂ ਨੂੰ ਚੀਜ਼ ਬਾਹਰ ਲੈਣ ਨਹੀਂ ਜਾਣ ਦਿੰਦਾ, ਜੀ ਘਰ ਲੇਸ ਦੇ ਪੈਕਟ ਪੂਰਾ ਡੱਬਾ ਲਿਆ ਕੇ ਕਾਟਨ ਰੱਖ ਦੇਣ, ਮੈਂ ਸਹੀ ਕਹਿ ਰਿਹਾ ਵਾਂ, ਬੱਚਾ ਸੇਲਮੈਨ ਬਣਾਉਣ ਡਿਆ ਵਾ, ਕਾਟਨ ਦੇ ਡੱਬੇ ਬੱਚਾ ਸੇਲਮੈਨ ਬਣਾਉਣ ਡਿਆ ਵੀ ਮੇਰੇ ਆਉਣ ਤੱਕ ਵਿਕੇ ਹੋਣੇ, ਟਾਈਮ ਬਦਲਿਆ ਜੇ ਪੂਰੀ ਦੁਨੀਆ ਚੀਜ਼ਾਂ ਆ ਜਾਂਦੀਆਂ ਵਾ, ਦੱਸ ਦੇ ਮੈਨੂੰ ਗੱਲ ਯਾਰ, ਆਹ ਮਸਾਲ ਨਾ ਦੇ ਕੇ ਪੂਰੀ ਦੁਨੀਆ ਦੇ ਬੈਰੀ ਚਾਂਸ ਵੀ ਹੁੰਦਾ ਦੁਨੀਆ ਚ, ਨਹੀਂ 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 ਮਤਲਬ ਬੱਚੇ ਦੀ ਜਿਹੜੀ ਚੀਜ਼ ਮੰਗਦੇ ਨਾ, ਮਤਲਬ ਇਹਦੀ ਦੁਨੀਆ ਭਾਜੀ ਉਹੀ ਆ ਬਾਹਰ ਕਰਿਆਨੇ ਵਾਲਾ ਨੀ, ਉਹ ਜੋਤ ਕੋ ਪਿਆਣ ਦੁਨੀਆਂ ਦੀ ਹਰ ਚੀਜ਼ ਉਹਨੇ ਉਹ ਲਿਆ ਕੇ, ਤੁਸੀਂ ਮੇਰਾ ਡਰਾ ਇੰਜ ਖੋਲਣਾ ਵੱਡਾ, ਉਹ ਇੰਜ
ਚਾਰ ਫੁੱਟ ਦੋ ਫੁੱਟ ਦਾ ਉਹਦੇ ਚ ਹਾਥੀ ਫਿਰ ਰਹੇ ਹੁੰਦੇ ਨੇ, ਪੂਰੀ ਦੁਨੀਆਂ ਦੀਆਂ ਚੀਜ਼ਾਂ ਕਰ ਰਹੇ, ਚਿੜੀਆ ਘਰ ਬਣਾਇਆ ਜੀ ਜੀ ਢਾਈ ਮਰਲੇ ਦੇ ਵਿੱਚ ਇਹਨੇ ਪੂਰੀ ਇਹ ਨੀ ਗੱਲ ਕਰੀ ਦੀ, ਪੂਰੀ ਦੁਨੀਆਂ ਜਹਾਨ ਦੀਆਂ ਚੀਜ਼ਾਂ, ਦੁਨੀਆਂ ਜਹਾਨ ਦੀਆਂ ਚੀਜ਼ਾਂ ਕਦੀ ਵੀ ਨਹੀਂ ਬੱਚੇ ਬੜਾ ਚੋਰ ਆ, ਇਹਨੇ ਬੜੀ ਸੈਟਿੰਗ ਹੋਰ ਹਿਸਾਬ ਦੀ ਕੀਤੀ, ਆਪਣਾ ਦਰਾਜ ਖਿੱਚੇ ਨਾ ਨਾਲ ਦੇ ਹਮਸਾਇਆ ਦਰਾਜ ਵੀ ਨਾਲ ਆਉਣ ਲੱਗ ਜਾਂਦਾ ਕਰਕੇ। ਹਾਂਜੀ ਹਾਂਜੀ ਮੈਂ ਚੋਰ ਹਾਂ, ਮੈਨੂੰ ਮਹੱਲੇ 'ਚ ਵੀ ਚੋਰ ਪਰਵੇਸ ਕਹਿੰਦੇ। ਫਰੀਦ ਨਾਲੇ ਦੇ ਥੱਲੇ ਕੀਸਾ ਦਿੰਦੇ ਨਾ, ਤੇਰੀ ਮੈਂ ਤਾਂ ਸ਼ੁਰੂ ਹੋਇਆ ਸੀ ਕੰਮ ਵੀ ਨਾਲੇ ਵਿੱਚ ਕੀਸਾ ਦੇ। ਮੈਂ ਇੱਕ ਮਸ਼ਵਰਾ ਦੇਣ ਡਿਆ ਕਿ ਬੱਚਿਆਂ ਨੂੰ ਜਿਹੜੇ ਲੋਕ ਬਾਹਰ ਚੀਜ਼ ਬੱਚੇ ਲੈਣ ਜਾਂਦੇ ਅਕਸਰ ਹਾਦਸੇ ਹੋ ਜਾਂਦੇ, ਮੈਂ ਇੱਕ ਤਰੀਕਾ ਅਪਣਾਇਆ ਵਾ ਕਿ ਮੈਂ ਆਪਣਾ ਡਰਾ ਜਿਹੜਾ ਖੋਲੋ ਨਾ ਮੇਰੇ ਵਾਲਾ, ਬਲੌਗ ਲਾਇਆ ਵੈਸੇ ਮੇਰੀ ਮਿਸਿਜ ਨੇ ਤਾਜੀ, ਜਦੋਂ ਖੋਲਣਾ ਨਾ ਉਹਦੇ ਵਿੱਚ ਉਹਨਾਂ ਦੀਆਂ ਸਲੰਟੀਆਂ ਟਾਫੀਆਂ ਚੋਕਲੇਟਸ ਦੋ ਤਿੰਨ ਪੈਕਟ ਹੋਣਗੇ, ਦੋ ਤਿੰਨ ਪੈਕਟ ਮਤਲਬ 150 ਰੁਪਏ ਦਾ ਸਮਾਨ ਪਿਆ, ਦੁਨੀਆਂ ਜਹਾਨ ਦੀਆਂ ਚੀਜ਼ਾਂ। ਤੂੰ ਉਸੇ ਮਹੱਲੇ 'ਚ ਤੂੰ ਵੀ ਰਿਹਾ ਵਾ ਬਚਪਨ, ਬਸ ਇਹ ਉਹ ਡਰਿਆ ਵਾ, ਇਹਨੂੰ ਪਤਾ ਸੀ ਚੀਜ਼ ਲੈਣ ਜਾਓ ਤਾਂ ਕੀ ਹੁੰਦਾ, ਹੁਣ ਮੁੰਡੇ ਨੂੰ ਬਾਹਰ ਨਹੀਂ ਕੱਢਦਾ, ਉਹ ਚੀਜ਼ਾਂ ਬੱਚਿਆਂ ਨੂੰ ਖਾਣ ਦੀ ਇਜਾਜ਼ਤ ਨਹੀਂ ਹੈ, ਚੋਰ ਪੈ ਜਾਂਦੇ ਨੇ ਅਗਲੇ ਚੁੱਕ ਕੇ ਲੈ ਜਾਂਦੇ ਨੇ ਸਾਬ, ਉਹ ਚੀਜ਼ਾਂ ਆਪਣਾ ਡਰਿਆ, ਮੈਂ ਸਾਹ ਲਿਆ ਸਾਬ ਉਹਦਾ, ਉਹ ਚੀਜ਼ਾਂ ਬੱਚੇ ਨੂੰ ਖਾਣ ਦੀ ਇਜਾਜ਼ਤ ਨਹੀਂ ਹੈ, ਸਵੇਰੇ ਕਹਿ ਕੇ ਚੀਜ਼ਾਂ ਖਾਣਾ ਨਾ ਦਾਦੂ ਨੇ ਦੁਕਾਨ ਲਗਾਉਣੀ ਹੈ, ਇੰਨੇ ਉਹ ਦਰਾਜ ਦੁਕਾਨ ਹੀ ਬਣਾਈ ਹੈ, ਪੰਜ ਪੰਜ ਰੁਪਏ ਦੇ ਕੇ ਪਾਪਾ ਕੋਲੋਂ ਚੀਜ਼ਾਂ ਲੈ ਰਹੇ ਨੇ, ਉਹ ਜੀ ਜੀ ਨਹੀਂ ਮਨਸਾ ਘਰ ਗੱਲ ਕਰਦਾ ਵਾਜੀ ਦਰਾਜ ਡੋਟ ਕੋਮ ਤੇ ਮੇਰੇ ਕਮਰੇ ਚ, ਹਾਂਜੀ ਭਰਜਾਈ ਨੀ ਭਰਜਾਈ ਕਹਿਣ ਦੇ ਸੀ ਮੈਂ ਬਿਸਕੁਟ ਲਿਆ ਸੀ ਪੈਸੇ ਰੱਖਦੇ ਸੀ ਮੈਂ ਵਿੱਚ, ਆਹੋ ਯਾਨੀ ਉਹਦੇ ਵਿੱਚ ਛੋਟਾ ਜਿਹਾ ਗੱਲਾਂ ਵੀ ਰੱਖਿਆ ਵੀ ਉਹਦੇ ਚ ਪੈਸੇ, ਰਾਤ ਨੂੰ ਆ ਕੇ ਚੀਕਮਾਂ ਵੀ ਗਿਣਦਾ ਵਾ, ਸੱਤ ਸੀ ਛੇ ਕਿੱਦਾਂ ਰਹਿ ਗਈਆਂ, ਦੁਨੀਆਂ ਜਹਾਨ ਦੀ ਚੀਜ਼ ਇੱਕ ਦਰਾਜ ਚ ਕਿੱਦਾਂ ਆ ਗਈ। ਉਸਤਾਦ ਜੀ ਪਤਾ ਕੀ ਕਰਨਾ, ਮੇਰਾ ਇੱਕ ਤਰੀਕਾ ਜਿਹੜੇ ਲੋਕਾਂ ਨੂੰ ਮੈਂ ਦੱਸਣਾ ਵਾ ਕਿ ਇੱਦਾਂ ਕਰ ਲਿਆ ਕਰੋ, ਇੱਕ ਆਪਣੇ ਘਰ ਚ ਰਾਸ਼ਨ ਜਿਹੜਾ ਲਿਆਉਂਦੇ ਨਾ ਉਸਤਾਦ ਜੀ, ਰਾਸ਼ਨ ਦਾ ਵੀ ਇੱਕ ਪ੍ਰੋਪਰ ਮੈਂ ਰੈਕ ਬਣਾਇਆ ਵਾ, ਉਹਦੇ ਚ ਹਰ ਚੀਜ਼ ਆਟਾ ਦਾਲਾ ਸਟਿੱਕਰ ਲੱਗੀ ਹੈ ਕਿ ਅਕਰਮ ਸਾਹਿਬ ਵੱਲੋਂ ਆਇਆ ਸੀ, ਸ਼ਫੀਕ ਸਾਹਿਬ ਨੇ ਦਿੱਤਾ ਹੈ ਉਹ ਸਾਰਾ। ਨਹੀਂ ਉਸਤਾਦ ਜੀ ਨੇ 42 ਇੰਚ ਦੀ ਐਲਸੀਡੀ ਲਾਈ ਬੈਠਕ ਚ, ਉਹ ਅੱਧੀ ਬੈਠਕ ਦੇ ਵਿੱਚ ਅੱਧੀ ਗਲੀ ਜਾਣ ਗਈ ਗਲੀ ਚ ਪੀਰੇ ਯਾਰ, ਭਲਾ ਉਹ ਪ੍ਰੋਗਰਾਮ ਚੱਲ ਗਿਆ ਜਿਸ ਚ ਮੈਂ ਕਿਹਾ ਸੀ ਕਿ ਯਾਰ ਹਜ਼ਾਰ ਬੰਦੇ ਨੇ ਇੰਨੇ ਪੈਸੇ ਦੇਣੇ, ਮੈਨੂੰ ਰਾਤੀ ਮੈਸੇਜ ਆਇਆ ਕਹਿੰਦੇ ਹਜ਼ਾਰ ਹਜ਼ਾਰ ਵਾਲੀ ਕੀ ਗੇਮ 10,000 ਵਾਲੀ, ਮੈਂ ਕਿਹਾ ਹਾਂਜੀ ਹਾਂਜੀ ਉਹ ਜਾਨੀ ਭਾਈ ਨੇ ਗੱਡੀ ਲੈਣੀ ਸੀ ਨਵੀਂ, ਮੈਂ ਕਿਹਾ ਉਹ ਵਾਲਾ ਚੱਪਲ, ਮੈਨੂੰ ਕਿਸੇ ਨੇ ਮੇਲ ਹੀ ਨੀ ਕੀਤੀ ਇੱਕ ਵੀ, ਮੇਲ ਇੱਧਰ ਜਾ ਰਹੀਆਂ ਤਾਜੀ, ਇੱਕ ਬੰਦੇ ਨੇ ਮੈਨੂੰ ਕਿਹਾ ਕਹਿੰਦਾ 5,000 ਰੁਪਇਆ ਫਰੀਦ ਨੂੰ ਸੈਂਡ ਕਰਤਾ, ਉਹ ਤੁਹਾਨੂੰ ਕੋਈ ਆਈਡੀ ਕਾਰਡ ਵੀ ਨਹੀਂ ਲਿਆ ਕੋ ਖਾਤਾ ਵੀ, ਓਏ ਯਾਰ ਮੈਨੂੰ ਤੇ ਬੜੇ ਸੰਡ ਕੀਤੇ ਆ। ਆ ਦੇਖੋ ਜਿਹੜਾ ਫਰੀ ਐਂਟਰੀ ਸੀਗੀ ਮਾਸ਼ਾਅੱਲਾ ਲੋਕ ਯੋਗਤਰ ਚੋਕ ਆਏ ਆ, ਐਹੋ ਪੈਸੇ ਕੈਸ਼ ਵੀ ਤੁਹਾਨੂੰ ਕੋਈ ਵੀ ਨਹੀਂ ਸੈਂਡ ਕਰਨ ਦਿਆ। ਨਹੀਂ ਨਹੀਂ ਯਾਰ ਲੋਕਾਂ ਨੇ ਪਿਆਰ ਵੀ ਬੜਾ ਕੀਤਾ ਵਾ, ਬੜੇ ਲੋਕਾਂ ਨੇ ਗਿਫਟ। ਉਸਤਾਦ ਜੀ ਗੱਲ ਪਤਾ ਕੀ ਆ, ਉਹ ਜਿਹੜਾ 10,000 ਵਾਲੀ ਗੇਮ ਆ ਨਾ, ਉਹ ਤੁਸੀਂ ਵਾਜਿਆ ਇੱਕ ਵਾਰੀ ਲੋਕਾਂ ਨੂੰ ਖੋਲ ਦਿਓ ਗੱਲ, ਤਾਂ ਕਿ ਉਹ ਤੁਸੀਂ ਪਿੱਛੇ ਕਿਤੇ ਗੱਲ ਕੀਤੀ ਹੈ, ਲੋਕ ਕਹਿੰਦੇ ਸਾਨੂੰ ਯਾਦ ਨਹੀਂ ਹੈਗਾ, ਫਿਰ ਕਾਹਦਾ ਪਿਆਰ ਮੁਹੱਬਤ ਆ ਜੇ ਮੈਂ ਦੱਸਣਾ। ਮੈਂ ਅੰਨਾ ਤਮਾਦ ਕਰੋ ਤੁਸੀਂ ਮੇਰੇ ਤੇ, ਨਹੀਂ ਨਹੀਂ ਅੰਨਾ ਤਮਾਦ ਤੇ ਉਹਨਾਂ ਡਬਲ ਸ਼ਾਹ ਤੇ ਵੀ ਕੀਤਾ, ਉਹਨੂੰ 1,00,000 ਦਿੰਦੇ ਸੀ ਕਹਿੰਦਾ ਮੈਂ 2,00,000 ਭਾਜੀ ਮੈਂ ਸਿੰਗਲ ਵੀ ਨਹੀਂ ਗਾ ਸ਼ਾਹ ਯਾਰ, ਮਤਲਬ ਕਿ 10-10 ਰੁਪਏ ਚਾਰਾਂ ਨੇ ਮੈਨੂੰ ਦੇ ਤੇ, ਮੇਰੇ ਕੋਲ 40 ਹੋਵੇ, 20 ਮੈਂ ਤੈਨੂੰ ਦੇ ਤੇ, 20 ਮੈਂ ਤੈਨੂੰ ਦੇ ਤੇ, ਹੁਣ ਇਹਨਾਂ ਦੇ 20-20 ਦੇਣੇ ਆ, ਹੋਰ ਚਾਰ ਜਦੋਂ ਤੈਨੂੰ 20-20 ਮਿਲੇ, ਇੱਕ ਇੱਕ ਬੰਦਾ ਤੂੰ 10 ਦਾਣਿਆਂ ਨੂੰ ਹੋਰ ਭੇਜਣਾ, ਠੀਕ ਆ, ਮੇਰੇ ਕੋਲ 200 ਹੋ ਗਿਆ, ਮੈਂ ਇਹਨਾਂ ਨੂੰ 20 ਦਿੱਤੇ, ਮੁੜ ਕੇ ਮੈਂ ਉਹਨਾਂ ਨੂੰ ਦਿੱਤੇ ਅੱਗੋਂ ਕਰਦੇ ਕਰਦੇ, ਹੁਣ ਤੈਨੂੰ 10-20 ਦਿੱਤੇ, ਅਗਲੀ ਵਾਰੀ ਤੂੰ ਮੈਨੂੰ 50 ਦੇਣੇ ਆ, ਤੈਨੂੰ ਮੈਂ 100 ਵਾਪਸ ਕਰਨਾ, ਅਗਲੀ ਵਾਰੀ ਤੂੰ ਮੈਨੂੰ 500 ਦੇਣਾ, ਮੈਂ ਤੈਨੂੰ 1,000 ਵਾਪਸ ਕਰਨਾ, ਅਗਲੀ ਵਾਰੀ ਤੂੰ ਮੈਨੂੰ 5,000 ਦੇਣਾ, ਮੈਂ ਤੈਨੂੰ 10,000 ਵਾਪਸ ਕਰਨਾ, ਅਗਲੀ ਵਾਰੀ ਤੂੰ ਮੈਨੂੰ 1,00,000 ਦੇਣਾ ਵਾ, ਤਾਂ ਸਾਰਾ ਮੋੜ ਮੁਹਾਰਾ ਹੋਈਆਂ ਹੋਣੀਆਂ।
ਤਾਂ ਠੀਕ ਹੈ ਮੈਂ ਚਲਤਾ ਹੂੰ। ਆਹੋ ਇਸ ਕੌਮ ਨੂੰ ਲੁੱਟਣਾ ਕਿਹੜੀ ਕੋਈ ਮੁਸ਼ਕਿਲ ਗੱਲ ਆ। ਅਬਾਸ ਨੂੰ ਇਹਨਾਂ ਨੂੰ ਥੋੜਾ ਜਿਹਾ ਫੈਂਕੋ ਤੁਸੀਂ ਪੈਸਾ, ਉਹ ਥੋੜਾ ਜਿਹਾ ਇਹਨਾਂ ਨੂੰ ਦੱਸੋ, ਇਹ ਸਾਰਾ ਕਰ ਲੈਂਦੇ। ਇਹ ਨੀ ਸੋਚਦੇ ਵੀ ਕਿੱਦਾਂ ਦੇਂਦੇ ਆ, ਡਬਲ ਕਿੱਦਾਂ ਦੇਈ ਜਾ ਰਿਹਾ ਇਹ, ਨਹੀਂ ਬਸ ਆਈ ਜਾ ਰਹੇ ਨੇ ਆਈ ਜਾ ਰਹੇ। ਬੜੀਆਂ ਗੇਮਾਂ, ਇੱਕ ਹੋਰ ਚੱਲੀ ਸੀ ਗੇਮ ਆ ਜਿਹੜੀ ਚਾਈਨੀਜ਼ ਕੰਪਨੀਆਂ ਨੇ ਕੀਤਾ ਸੀ, ਦਰਖਤ ਬਣਾਓ ਤੇ ਤੁਹਾਨੂੰ ਏਦਾਂ ਬਣਗਾ ਤੇ ਇੰਨੇ ਬੰਦੇ ਹੋਰ ਲੈ ਕੇ ਆਓ ਤੇ ਇੰਨੇ ਵਿੱਚ ਉਹ ਪਾਓ ਤੇ ਇੰਨੇ ਆਹ ਕਰੋ ਤੇ ਫਿਰ ਤੁਹਾਨੂੰ ਮੋਟਰਸਾਈਕਲ ਮਿਲੇਗੀ ਤੇ ਤੁਹਾਡਾ ਰੈਂਕ ਵੱਧ ਜਾਏਗਾ। ਉਹਦੇ ਦਫ਼ਤਰ ਬਣੇ ਸੀ। ਹਾਂਜੀ ਹਾਂਜੀ, ਮੁੰਡੇ ਪੇਂਡੂ ਟਾਈਆਂ ਲਾ ਕੇ ਜਾ ਰਹੇ ਕਿ ਹਮੇ ਕਾਰ ਲੈਣੀ ਹੈ ਟਾਈਮਸ ਕੀ ਤਰਫ ਸੇ ਮੈਂ ਫਲਾਂ, ਤਿੰਨ ਬੰਦੇ ਹੋਰ ਲੈ ਕੇ ਆਓ। ਹਾਂ ਉਹ ਤਿੰਨ ਫਿਰ ਅੱਗੋ ਤਿੰਨ ਤਿੰਨ ਹੋਰ ਲੈ ਕੇ ਆਉਣ, ਫਿਰ ਅੱਗੋ ਉਹ ਤਿੰਨ ਤਿੰਨ ਲੈ ਕੇ ਆਉਣ, ਫਿਰ ਤੁਹਾਡਾ ਇੱਕ ਟ੍ਰੀ ਬਣਦਾ ਸ਼ਜਰ ਜਿਹਾ, ਉਹਦੇ ਵਿੱਚ ਮੈਂ ਇੱਥੇ ਪਹੁੰਚ ਗਿਆ, ਮੈਂ ਇੱਥੇ ਪਹੁੰਚ। ਉਹਦੇ 'ਚ ਬੜਿਆਂ ਨੇ ਲਈਆਂ ਵੀ ਨਹੀਂ ਚੀਜ਼ਾਂ, ਲੇਕਿਨ ਉਹ ਲਈਆਂ ਇੱਦਾਂ ਹੀ ਆ ਵੀ ਤੇਰੇ ਮੇਰੇ ਪੈਸੇ ਸੀ ਸਾਰੇ। ਉਸਤਾਦ ਜੀ ਮੈਂ ਆਪਣੇ ਦੋਸਤ ਕੋ ਕਿਹਾ ਨਾ, ਉਹਨੂੰ ਘੰਟਾ ਲਾ ਕੇ ਸਮਝਾਇਆ, ਤਿੰਨ ਵਜੇ ਕਰਕੇ ਬੈਲ ਵਜੀ, ਚਲੋ ਕਹਿੰਦਾ ਉਰਦੂ 'ਚ, ਸਾਹਿਦ ਭਾਈ ਖਾਣਾ ਖਾਤੇ ਹੈ, ਖਾਣੇ ਕਾ ਟਾਈਮ ਹੋ ਗਿਆ। ਤਿੰਨ ਵਜੇ ਕਰਕੇ ਦਫ਼ਤਰੋਂ ਬਾਹਰ ਨਿਕਲਿਆ, ਟਾਈ ਟੂ ਲਾਈ, ਸਾਰੇ ਆਫੀਸ਼ੀਅਲ ਕੱਪੜੇ ਪਾਏ, ਉਹ ਸਾਹਮਣੇ ਸੈਲਾਨੀ ਦੀ ਬ੍ਰਾਂਚ ਸੀ, ਉੱਥੇ ਲੈ ਕੇ ਨਹੀਂ ਪਿਆ ਗਿਆ ਮੈਨੂੰ ਚੇਅਰਮੈਨ ਖਰੀਦ। ਨਹੀਂ ਨਹੀਂ, ਇੱਕ ਹੋਰ ਵੀ ਤਰੀਕਾ, ਅੱਲਾਹ ਤਾਲਾ ਮਾਫ਼ ਫਰਮਾਏ, ਇੱਕ ਬੰਦੇ ਦਾ ਬੜਾ ਵਾਇਰਲ ਹੋਇਆ, ਉਹਨਾਂ ਦਾ ਨਾਮ ਪਤਾ ਨਹੀਂ ਦੱਸਣਾ ਚਾਹੀਦਾ ਜਾਂ ਨਹੀਂ, ਲੇਕਿਨ ਉਹ ਬੰਦਾ ਵਾਇਰਲ ਹੋਇਆ, ਪਾਕਿਸਤਾਨੀ ਹੈ, ਉਹਨੇ ਜਨਾਬ ਗੁਲਾਫੇ ਕਾਬਾ ਦਾ ਕਹਿ ਕੇ ਨਾ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਕਿ ਮੇਰੇ ਕੋਲ ਗੁਲਾਫੇ ਕਾਬਾ। ਔਰ ਈਵਨ ਇੱਥੋਂ ਤੀਕਰ ਕੇ ਉਸਤਾਦ ਜੀ ਉਹਨੇ ਇੱਕ ਵੀਡੀਓ ਬਣਾਈ, ਉਹਨੇ ਕਿਹਾ ਜੀ ਮੈਂ ਇਸ ਵਕਤ ਮੌਜੂਦ ਹੂੰ ਮੱਕਾ ਮੁਕਰਮਾ ਮੈਂ, ਮੱਕਾ ਮੁਕਰਮਾ ਕੀ ਪਹਾੜੀਓ ਮੈਂ, ਪਿੱਛੇ ਪਹਾੜ ਸਾਰੇ ਨਜ਼ਰ ਆ ਰਹੇ, ਮੱਕਾ ਮੁਕਰਮਾ ਕੀ ਪਹਾੜੀਓ ਮੈਂ ਮੌਜੂਦ ਹੂੰ, ਔਰ ਇਹ ਜੋ ਮਿੱਟੀ ਹੈ ਯਹਾਂ ਪੇ, ਉਹਨੇ ਇੱਕ ਕਰਾਮਤ ਦੱਸੀ ਬੜੀ, ਉਹਨੇ ਕਿਹਾ ਜੀ ਇਹ ਮਿੱਟੀ ਵੋ ਪੱਥਰ ਹੈ ਜਹਾਂ ਪੇ ਮੈਂ ਖੜਾ ਹੂੰ। ਤੇ ਉਸਤਾਦ ਜੀ ਪਿੱਛੋਂ ਮੋਟਰਸਾਈਕਲ ਲੰਘਣ ਡੇ, 70 ਵਾਲਾ ਬੰਦਾ ਲੰਘਣ ਡਿਆ, ਬਾਅਦ ਚ ਪਤਾ ਲੱਗਾ ਬਹਾਵਲਪੁਰ ਵਾਲੀ ਸਾਈਡ ਤੇ ਕਿਤੇ ਖੜਾ ਸੀ। ਉਹਨੇ ਫਿਰ ਜਿਹੜਾ ਨਾ ਉਸ ਕੱਪੜਾ ਉਸ ਹਿਸਾਬ ਦਾ ਲੈ ਕੇ ਨਾ ਤੇ ਗੁਲਾਫੇ ਕਾਬਾ ਕਰਕੇ ਲੋਕਾਂ ਨੂੰ ਇਹਦੇ ਤੇ ਟਿਕਟੋਕ ਤੇ ਪੁਰਾਣੇ ਵੈਬਸਾਈਟ ਤੇ ਲੋਕੀ ਕਰਦੇ ਨੇ। ਮੈਂ ਨਾਰਕਲੀ ਮੇਰਾ ਆਫਿਸ ਇਹਨਾਂ ਦੇ ਇੱਕ ਨਾਥ ਖਾਇਆ ਮੇਰੇ ਕੋਲ ਅੰਦਰੋਂ ਨੇ, ਚਾਹ ਬਾਈ ਹੋਰ ਤੇ ਨੀ ਕੋਈ ਹੈ, ਮੈਂ ਕਿਹਾ ਜੀ ਨਹੀਂ। ਓਕੇ ਮੁੰਡਾ ਕਿੱਥੇ ਗਿਆ? ਹਾਂਜੀ ਉਹ RDB, ਮੈਂ ਕਿਹਾ ਉਹ ਪਤਾ ਨੀ ਕਿੱਥੇ ਗਿਆ। ਅੱਛਾ ਓਕੇ, ਉਹਨੇ ਆਪੇ ਹੀ ਦਰਵਾਜ਼ਾ, ਮੈਂ ਕਿਹਾ ਖੈਰ ਹੋਵੇ ਸਹੀ, ਦੌੜੀ ਮਾਸ਼ਾਅੱਲਾ ਕੀ ਕਰਨ ਲੱਗਾ। ਉਹਨੇ ਦਰਵਾਜ਼ਾ ਕੁੰਡੀ ਲਾਈ, ਉਹਨੇ ਕਿਹਾ ਕਹਿੰਦਾ ਇਹ ਲਾਈਟਾਂ ਇਹ ਵੀ ਚੱਲਦੀਆਂ ਨੇ, ਲਾਈਟਾਂ ਜਿਹੜੀਆਂ ਬੰਦ ਨੇ, ਮੈਂ ਕਿਹਾ ਹਾਂਜੀ ਉਹ ਤੋਂ ਚਲਾ ਲਓ। ਉਹਨੇ ਚਲਾਈਆਂ, ਰੋਸ਼ਨੀ ਕਰਕੇ ਕਹਿੰਦਾ ਇੱਧਰ ਆਏ, ਮੈਂ ਘਬਰਾ ਗਿਆ। ਭਾਅ ਜੀ ਉਹਨੂੰ ਸੋਫਾ ਹੁੰਦਾ ਸੀ ਸਾਹਮਣੇ ਮੇਰੇ, ਉਹ ਸੋਫੇ 'ਤੇ ਬਹਿ ਗਏ ਆ ਨਾਲ ਬੈਠਾ, ਅਤੇ ਉਹਨੇ ਕਿਹਾ ਗੁੱਥਲੀ ਉਹਦੇ ਵਿੱਚੋਂ ਇੱਕ ਕਾਗਜ਼ ਉਹਦੇ ਵਿੱਚੋਂ ਇੰਝ ਕਰਕੇ ਇਹਨੇ ਕਰਕੇ ਨਾ ਕਹਿੰਦਾ ਹੱਥ ਕਰੋ, ਅਤੇ ਮੈਂ ਇੰਝ ਕੀਤਾ ਅਤੇ ਉਹਨੇ ਇੱਕ ਧਾਗਾ ਫੜਿਆ ਕਾਲਾ ਕੱਲਾ, ਇੰਝ ਧਾਗਾ ਕਰਕੇ ਨਾ ਕਹਿੰਦਾ ਗੁਲਾਫੇ ਕਾਬਾ ਦਾ ਧਾਗਾ ਸਪੈਸ਼ਲ ਤੁਹਾਡੇ ਲਈ ਲੈ ਗਏ। ਮੈਂ ਭਾਅ ਜੀ ਇੰਝ ਕਰਕੇ ਅਤੇ ਮੈਂ ਰੱਖ ਦਿੱਤਾ। ਜਿਹੜੀ ਤੂੰ ਤਾਂ ਹਿਸਾਬ ਕਿਤਾਬ ਚੈੱਕ ਕਰ, ਐਂਟਰੀ ਕੈਸੀ, ਐਂਟਰੀ ਕੈਸੀ ਸੀ ਉਹਦੀ, ਯਾਨੀ ਇੰਨਾ ਲੋਕ ਮੁਹੱਬਤ ਕਰਦੇ, ਇੰਨਾ ਲੋਕ। ਸਾਡੇ ਅਸਲ ਚ ਨਾ ਸਾਡੇ ਜਿਹੜੀ ਕੌਮ ਪਾਕਿਸਤਾਨੀ ਉਹ ਮਾਸੂਮ ਵੀ ਨੇ ਔਰ ਅਕੀਦਤ ਵੀ ਬੇਬਹਾਰ ਰੱਖਦੇ ਨੇ, ਔਰ ਇਹਦੇ ਬੁਰਾਈ ਨਹੀਂ ਹੈਗੀ, ਲੇਕਿਨ ਇਹ ਵਾ ਕਿ ਇਹ ਬੁਰਾਈ ਆ ਕਿ ਇਹ ਲੋਕ ਜਿਹੜੇ ਕਰਦੇ ਨੇ ਨਾ ਅਸੀਂ ਉਹਨਾਂ ਨੂੰ ਪਛਾਣ। ਉਸਤਾਦ ਜੀ ਇੱਕ ਮੈਂ ਹੈਰਾਨ ਹੋ ਗਿਆ, ਵੀਡੀਓ ਵੇਖੀ, ਬਜ਼ੁਰਗ ਬੰਦਾ, ਉਹਨਾਂ ਨੇ ਕਿਹਾ ਜੀ ਉਹ ਮਸਜਿਦ 'ਚ ਆਇਆ ਅਤੇ ਉਹਨਾਂ ਕਿਹਾ ਜੀ ਇੱਕ ਮਦਰਸੇ ਲਈ ਮੈਂ ਆਇਆ ਵਾਂ ਅਤੇ ਉਹ ਮਦਰਸੇ ਲਈ ਤੁਸੀਂ ਹੈਲਪ ਕਰਨੀ ਹੈ ਵੋ। ਉਸਤਾਦ ਜੀ ਉਹ ਬੰਦਾ ਜਦੋਂ ਸਾਰਿਆਂ ਕੋਲੋਂ ਪੈਸੇ ਪੂਸੇ ਇਕੱਠੇ ਕਰਕੇ ਗਿਆ ਵਾ ਅਤੇ ਬਾਅਦ 'ਚ ਪਤਾ ਲੱਗਾ ਬਾਬੇ ਹੋਣਾ ਨੇ 3 ਮੰਜ਼ਿਲਾ ਮੁਕਾਮ ਸੋਹਣੀ ਵਿੱਚ LCD ਲੱਗੀ ਅਤੇ ਬਾਬਾ ਜਦੋਂ ਫੜਿਆ ਗਿਆ ਨਾ ਤਾਂ ਤਾਜੀ ਉਹ ਸੋਹਣਾ ਫੁੱਟਬਾਲ ਦਾ ਮੈਚ ਵੇਖਣ ਤੇ ਉਹਨਾਂ ਨੇ ਬਾਬੇ ਹੋਣਾ ਦੇ ਕਿਤੇ ਕਮਰਿਆਂ ਕਮਰਿਆਂ 'ਚ ਫੋਲਿਆ ਅਤੇ 1.5-2 ਕਰੋੜ ਰੁਪਈਆ ਇੰਝ ਢੇਰੀ ਲਾ ਕੇ 5-5-10-10
ਹਜ਼ਾਰ ਵਾਲੇ ਪੰਜ ਪੰਜ ਹਜ਼ਾਰ ਵਾਲੇ ਤੇ ਉਹ ਥੱਦੀਆਂ ਜਿਹੜੀਆਂ ਲੱਗੀਆਂ ਤੇ ਉਹ ਵਿਖਾਈਆਂ ਉਹਨਾਂ ਕਿਹਾ ਜੀ ਇਹ ਸੀ ਲੋਕ ਫਿਰ ਇਸੇ ਗੱਲੋਂ ਹੁਣ ਸਤਾਜੀ ਡਰ ਗਏ ਉੱਥੇ ਹੁਣ ਸੈਂਡ ਨਹੀਂ ਕਰਦੇ ਤੁਸੀਂ ਥੋੜ੍ਹੀ ਗੱਲ ਓਪਨ ਕਰੋ ਤਾਂ ਕਿ ਉਹਨੂੰ ਪਤਾ ਲੱਗੇ ਨਾਲੇ ਸਤਾਜੀ ਨੇ ਕੀ ਕਰਨਾ ਯਾਰ ਕੁਛ ਵੀ ਨਹੀਂ ਕਰਨਾ ਯਾਰ ਨਹੀਂ ਨਹੀਂ ਮੈਨੂੰ ਪਤਾ ਵਾ ਉਸਤਾਦ ਜੀ ਹਮੇਸ਼ਾ ਕੁਛ ਨਾ ਕੁਛ ਸੋਚਦੇ ਮਿਲਦਾ ਵੀ ਮਸ਼ਵਰਾ ਉਸਤਾਦ ਜੀ ਲੇਕਿਨ ਇਹ ਵਾ ਜਿਹੜੀ ਗੱਲ ਨਾ ਹੁਣ ਇਸ ਟਾਈਮ ਪੁੱਛਿਆ ਮੈਨੂੰ ਬਹੁਤ ਸਾਰੇ ਲੋਕਾਂ ਨੇ ਤੇ ਸਪੈਸ਼ਲੀ ਜਿਹੜੇ ਲੋਕ ਓਵਰਸੀਜ਼ ਦੇ ਪੁੱਛ ਰਹੇ ਨੇ ਤੁਸੀਂ ਗੱਲ ਖੋਲ ਕੇ ਉਹਨਾਂ ਨੂੰ ਦੱਸੋ ਕਿ ਇਹ ਅਸਲ ਕਹਾਣੀ ਸੀ ਠੀਕ ਹੈ ਯਾਰ ਉਹ ਸਰਪ੍ਰਾਈਜ਼ ਦੇਣਾ ਚਾਹ ਰਹੇ ਨੇ ਉਸਤਾਦ ਜੀ ਕਹਿੰਦੇ ਮੈਂ ਗੱਲ ਓਪਨ ਨਹੀਂ ਕਰੀ ਤੁਸੀਂ ਬੇਫਿਕਰ ਹੋ ਕੇ ਪੈਸੇ ਭੇਜੋ ਦੇਣ ਯਾਰ ਲੋਕ ਇਹਨਾਂ ਦੇ ਇਦਾਂ ਵੀ ਕਹਿਣ ਤੇ ਦਿੰਦੇ ਨਹੀਂ ਯਾਰ ਇਹਨਾਂ ਦਾ ਨਾ ਭੇਜੋ ਯਾਰ ਨਹੀਂ ਭੇਜਣਗੇ ਉਸਤਾਦ ਜੀ ਨਹੀਂ ਯਾਰ ਤੁਸੀਂ ਆਪਣੇ ਮਿਸ਼ਨ ਤੇ ਕਾਕਾ ਨਹੀਂ ਫਿਰ ਨਹੀਂ ਫਿਰ ਤਾਂ ਕਰੀ ਦਾ ਹੁੰਦਾ ਯਾਰ ਗੁੱਸੇ ਹੋ ਗਏ ਉਸਤਾਦ ਜੀ ਹੁਣ ਦੱਸ ਦੇ ਕਾਕਾ ਨਹੀਂ ਵੇ ਨਾ ਭੇਜੋ ਯਾਰ ਕਾਕਾ ਦੱਸ ਦੇ ਨਹੀਂ ਰਹਿਣ ਦੇ ਉਸਤਾਦ ਜੀ ਰਹਿਣ ਦੇ ਤੁਸੀਂ ਮਿਸ਼ਨ ਤੇ ਚੜੋ ਆਪਣੇ ਤੇ ਹਾਂ ਛੱਡੋ ਮੇਰੀ ਸੈਲਰੀ ਜੋ ਤੁਸੀਂ 200 ਰੁਪਏ ਕੱਟ ਸਕਦੇ ਤੂੰ ਵੀ ਪੁੱਛ ਕੇ ਹੀ ਕਰਨ ਦੇ ਨਾ ਫਿਰ ਫਾਇਦਾ ਕੀ ਬਲਾਇੰਡ ਤੇ ਮੈਂ ਕਹਿੰਦਾ ਉਸਤਾਦ ਜੀ ਮੇਰੀ ਸੈਲਰੀ ਜੋ ਤੁਸੀਂ ਬਗੈਰ ਮੇਰੇ ਪੁੱਛਿਓ ਹਰ ਵਾਰੀ 10 ਰੱਖੀ ਜਾਓ ਮੈਂ ਤੁਹਾਡੇ ਮਿਸ਼ਨ ਚ ਸ਼ਾਮਲ ਹਾਂ ਅੱਗੇ ਤੋਂ ਢਿੱਲਾ ਮੱਠਾ ਰਹਿਣ ਦੇ ਮਾਲਕਾ ਤੇ ਨਾ ਪੈ ਜੀ ਯਾਰ ਮੈਂ ਸੋਚਿਆ ਸੀ ਕਿ ਤੁਸੀਂ 1,000 ਬੰਦਾ 5,000 ਰੁਪਇਆ ਮਹੀਨਾ ਦੇਵੇ ਨਾ 50 ਲੱਖ ਰੁਪਇਆ ਬਣ ਜਾਂਦਾ ਠੀਕ ਹੈ ਜੀ ਤੇ 35 ਦਾ 40 ਦਾ 45 ਦਾ ਐਵਰੀ ਮੰਥ ਤੁਸੀਂ ਇੱਕ ਕਿਰਾਏਦਾਰ ਨੂੰ ਆਪਣਾ ਕਰ ਲਿਆ ਰੱਗ ਜਾਣਾ ਕਿੰਨਾ ਮਹੀਨੇ ਦਾ 5,000 ਉਸ ਜਿਸ ਔਰਤ ਨੂੰ ਘਰ ਮਿਲਣਾ ਉਹਦੀ ਹਰ ਨਮਾਜ਼ ਚ ਤੂੰ ਦੁਆ ਚ ਤੂੰ ਹੋਣਾ ਫਰੀ ਜ਼ਿੰਦਗੀ ਭਰ ਜਿੰਨੀ ਦੇਰ ਉਹ ਔਰਤ ਜ਼ਿੰਦਾ ਜਾਂ ਉਸ ਘਰ ਚ ਨਮਾਜ਼ ਪੜੀ ਜਾ ਰਹੀ ਉਹ ਤੈਨੂੰ ਭੁੱਲ ਨਹੀਂ ਸਕਦੀ ਹਾਏ 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 ਬੜੀ ਵੱਡੀ ਗੱਲ ਮੈਂ ਸਭ ਤੋਂ ਪਹਿਲਾਂ ਨਹੀਂ ਮੈਂ ਇੱਕ ਗੱਲ ਕਰ ਰਿਹਾ ਤੂੰ ਤਰੀਕਾ ਦੇ ਤੁਸੀਂ ਹੁਣ ਗੱਲ ਉਹ ਪੜ ਗਈ ਆ ਗੱਲ ਇਹ 5,000 ਰੁਪਏ ਉਸਤਾਦ ਜੀ ਤੁਸੀਂ ਮੇਰੇ ਕੋਲੋਂ ਮੈਨੂੰ ਸੈਲਰੀ ਦੇ ਕੇ ਦੋ ਤਰੀਕੇ ਸੀ ਨਾ 500 ਬੰਦਾ 10,000 ਰੁਪਏ ਮਹੀਨਾ ਅਗਰ ਦੇਵੇ ਤਾਂ ਵੀ ਇੰਨਾ ਬਣਦਾ 1,000 ਬੰਦਾ 5,000 ਰੁਪਏ ਮਹੀਨਾ ਦੇਵੇ ਤੇ 1,000 ਬੰਦਾ ਕੀ ਆ ਐਵਰੀ ਮੰਥ ਫਰੀ ਸਾਹਿਬ ਐਵਰੀ ਮੰਥ ਇੱਕ ਬੰਦਾ ਆਪਣਾ ਘਰ ਮਿਲੇਗਾ ਐਵਰੀ ਮੰਥ ਅਗਰ ਹਰ ਯੂਟਿਊਬਰ ਆਪਣੇ ਆਪਣੇ ਸ਼ਹਿਰ ਚ ਇੱਦਾਂ ਸ਼ੁਰੂ ਕਰ ਦੇਵੇ ਕਰਨਾ ਜਿਹਦੇ ਕੋਲ 2-4-5 ਲੱਖ ਫਾਲੋਅਰਸ ਨੇ ਐਵਰੀ ਮੰਥ ਕਮਾਲ ਗੱਲ ਮਤਲਬ ਕਰੋੜਾਂ ਰੁਪਇਆ ਯੂਟਿਊਬਰਸ ਕਮਾ ਰਹੇ ਨੇ ਠੀਕ ਹੈ ਨਾ ਸਹੀ ਗੱਲ ਤੁਹਾਡੇ ਕੋਲ ਆਪਣਾ ਘਰ ਬਣ ਵੀ ਗਿਆ ਤੁਸੀਂ ਉੱਤੇ ਡਬਲ ਸਟੋਰੀ ਕਰਨੀ ਹੋਵੇ ਨਾ ਤੁਸੀਂ ਤੇ ਤੁਹਾਨੂੰ ਦਿਲ ਕਰੇ ਕਿੰਨੇ ਸਾਲ ਲੱਗ ਜਾ ਉਹ ਵੱਡਾ ਹੀ ਜੈਕ ਲੱਗੇ ਤੇ ਜਿਹੜੇ ਬੰਦੇ ਦਾ ਘਰ ਕਿਰਾਏ ਤੇ ਆ ਤਨਖਾਹ 35-40 ਹਜ਼ਾਰ ਆ ਜੁੜਦਾ ਵੀ ਕੁਛ ਨਹੀਂ ਇੱਕ ਮਿਸਾਲ ਆ 45,000 ਰੁਪਏ ਤਨਖਾਹ ਵਾ 35,000 ਤਨਖਾਹ ਵਾ 30,000 ਰੁਪਇਆ ਮਜ਼ਦੂਰੀ ਕਰਦਾ 1,000-1,500 ਰੋਜ਼ ਦਿੰਦਾ ਘਰ ਉਹਦਾ ਕਿਰਾਏ ਤੇ ਆ ਤੂੰ ਉਹਨੂੰ ਕਹਿ ਇੱਕ ਮਿਸਾਲ ਬਹਿ ਕੇ ਨਾਲ ਕਿ ਉਸਤਾਦ ਜੀ ਘਰ ਨਹੀਂ ਲੈ ਰਿਹਾ ਆਪਣਾ ਉਹ ਜਾਣਦਾ ਹੀ ਆ ਕਿ ਉਹ ਮਜ਼ਾਕ ਕਰਨ ਨੇ ਆਪਣਾ ਘਰ ਦਊ ਕਰ ਲਾ ਠੀਕ ਆ ਤੇ ਜਦੋਂ ਕਹੇ ਅੱਛਾ ਸ਼ਰਤ ਲਾ ਪਰਸੋਂ ਤੂੰ ਆਪਣੇ ਜ਼ਾਤੀ ਘਰ ਦੇ ਵਿੱਚ ਹੋਵੇ ਰਜਿਸਟਰੀ ਵੀ ਤੇਰੇ ਬੱਚਿਆਂ ਦੇ ਨਾਂ ਹੋਵੇ ਉਹਦਾ ਕੀ ਜਵਾਬ ਹੋਏਗਾ ਚਲੋ ਤੁਸੀਂ ਦੱਸੋ ਮਤਲਬ ਤੁਸੀਂ ਸੋਚੋ ਉਹਦਾ ਕੀ ਰਿਐਕਟ ਹੋਏਗਾ ਕਿ 100% ਏਦਾਂ ਹੋ ਹੀ ਨਹੀਂ ਸਕਦਾ ਠੀਕ ਹੈ ਫਰੀਦ ਸਾਹਿਬ ਹੋ ਹੀ ਨਹੀਂ ਸਕਦਾ ਤੇ ਜਦੋਂ ਪਰਸੋਂ ਰਜਿਸਟਰੀ ਉਹਦੇ ਨਾਂ ਹੋ ਜਾਏ ਉਹਦੇ ਉਹਨੇ ਹੱਥ ਚ ਫੜੀ ਹੋਵੇ ਰਜਿਸਟਰੀ ਉਹਦੇ ਬੱਚੇ ਉਹਦੀ ਬੁੱਢੀ ਨੇ ਫੜੀ ਹੋਵੇ ਉਹਨਾਂ ਦਾ ਆਲਮ ਦੱਸ ਦੇ ਕੀ ਹੋਏਗਾ
ਕਿੰਨੇ ਕੁ ਦਿਨ ਤੈਨੂੰ ਲੱਗੇਗਾ ਕਿ ਉਹਨਾਂ ਨੂੰ ਯਕੀਨ ਹੀ ਨਹੀਂ ਆਉਣਾ, ਉਹ ਕੰਧਾਂ ਨੂੰ ਹੱਥ ਲਾ ਲਾ ਕੇ ਆਪਣਾ ਘਰ ਵੇਖਣਗੇ ਕਿ ਵਾਕਈ ਸਾਡਾ ਵਾ, ਮਹੀਨੇ ਬਾਅਦ ਹੁਣ ਬੂਹਾ ਨਹੀਂ ਖੜਕਣਾ, ਹੁਣ ਮਾਲਕ ਦਾ ਫੋਨ ਨਹੀਂ ਆਉਣਾ। ਘਟੀਆ ਤੋਂ ਘਟੀਆ ਵੀ ਕੋਈ ਬੰਦਾ ਹੋਵੇ ਨਾ ਫਰੀਦ ਸਾਹਿਬ, ਮੇਰਾ ਨਹੀਂ ਖਿਆਲ ਕਿ ਉਹ ਬੱਚੀ, ਉਹ ਔਰਤ, ਉਹ ਬੰਦਾ ਤੁਹਾਨੂੰ ਦੁਆ ਨਹੀਂ ਦੇਗਾ, ਕਦੇ ਵੀ ਨਹੀਂ ਹੋ ਸਕਦਾ। ਸਹੀ ਵਾ, ਜਿੰਨੀ ਦੇਰ ਉਹਦੀ ਜ਼ਿੰਦਗੀ ਹੈ ਨਾ, ਜਿੰਨੀ ਦੇਰ ਉਸ ਘਰ 'ਚ ਰਹੇਗਾ ਉਨੀ ਦੇਰ ਉਹ ਤੁਹਾਨੂੰ ਦੁਆਵਾਂ ਦੇਗਾ। ਇਸ ਤਰ੍ਹਾਂ ਸਰ, ਅਤੇ ਤੁਹਾਡਾ ਜਾਣਾ ਕਿੰਨਾ, ਸਿੰਗਲ ਪਰਸਨ ਆ ਤੂੰ, ਕਿੰਨਾ ਜਾਣੇ ਤੇਰਾ ਮਹੀਨੇ ਬਾਅਦ? 5,000। ਇਹ ਮੈਂ ਸੋਚਿਆ ਸੀ ਕਿ ਯਾਰ ਚਲੋ ਆਪਣੇ ਆਪ ਨੂੰ ਉਸ ਜਗ੍ਹਾ ਤੇ ਰੱਖ ਤੇ ਸਹੀ। ਕਿਰਾਏਦਾਰਾਂ ਦਾ 15 ਦਿਨਾਂ ਬਾਅਦ ਮਹੀਨਾ ਹੁੰਦਾ, ਇਹੋ ਜਿਹੀ ਤੂੰ ਉਹਨੂੰ 2,00,000 ਰੁਪਇਆ ਦੇ ਦੇ ਕਾਰੋਬਾਰ ਸਰ, ਵੀ ਮੈਂ ਕਹਿੰਦਾ ਚਲੋ ਯਾਰ ਏਦਾਂ ਕਰੋ 5-5 ਲੱਖ ਰੁਪਇਆ ਦੇ ਕੇ ਨਾ ਇਹਨਾਂ ਨੂੰ ਕਾਰੋਬਾਰ ਕਰਾ ਦਿਓ, ਕਾਰੋਬਾਰ ਕੋਈ ਚੱਕਰ ਨਹੀਂ, ਮਕਾਨ ਨਹੀਂ ਬਣੇਗਾ, 100 ਚੋਂ 5% ਚਾਂਸ ਆ ਕਿ ਤੂੰ ਕਾਰੋਬਾਰ ਲੈ ਕੇ ਤੋਰ ਪਵੇ। ਅਗਰ ਤੂੰ ਇੰਨੇ ਜੋਗਾ ਹੁੰਦਾ ਨਾ ਤੇ ਤੂੰ 40 ਸਾਲ ਤੇਰੀ ਜ਼ਿੰਦਗੀ ਹੋ ਗਈ ਹੈ, ਅਗਰ ਤੂੰ ਕਾਰੋਬਾਰ ਕਰਨ ਵਾਲਾ ਹੁੰਦਾ ਤੂੰ ਹੁਣ ਨੂੰ ਕਿਤੇ ਪਹੁੰਚੀ ਹੋਣਾ ਸੀ, 40 ਸਾਲ ਤੱਕ ਵੀ ਤੂੰ ਅਗਰ ਨਹੀਂ ਨਾ ਹੈਗਾ ਤੇ ਅੱਗੇ ਵੀ ਰਿਸਕੀ ਆ ਜੋ ਮੁਲਕ ਦੇ ਹਾਲਾਤ ਨੇ ਭਾਈ ਜਾਨ, ਇਸ ਤਰ੍ਹਾਂ ਹੀ ਠੀਕ ਆ। ਮੈਂ ਇਹਨਾਂ ਨੂੰ ਇਸ ਤੋਂ ਕਿਹਾ ਸੀ ਵੀ ਇਹ ਸਾਰੇ ਕਰਦੇ ਹੀ ਨਾ, ਹਰ ਬੰਦਾ, ਇੱਕ ਬੰਦਾ ਅਗਰ 2,00,000-4,00,000 ਮਹੀਨੇ ਦਾ ਕਮਾ ਰਿਹਾ ਉਹ ਕਿਤੇ ਨਾ ਕਿਤੇ ਹਰ ਬੰਦਾ ਕਰਦਾ ਵਾ, ਤੇ ਇਹ ਕੈਸਾ ਤਰੀਕਾ ਵਾ? ਬੜਾ ਬਿਹਤਰੀਨ, ਸ਼ਾਨਦਾਰ। ਫਿਰ ਅਸੀਂ ਉਹਦੀ ਵੀਡੀਓ ਬਣਾਈਏ, ਅਸੀਂ ਉਹਨਾਂ ਦੇ ਐਕਸਪ੍ਰੈਸ਼ਨ ਕੈਦ ਕਰੀਏ, ਅਸੀਂ ਉਹਨਾਂ ਨੂੰ ਮਤਲਬ ਆਵਾਜ਼ ਜਿਹੜੇ ਯਾਰ ਤੂੰ ਜੋ 5,000 ਰੁਪਏ ਦਿੱਤਾ ਉਹ ਦਿਲ ਕਰੇ ਬੁੱਢੀ ਰੋਣ ਹੀ ਲੱਗ ਪਈ ਹੈ, ਦੁਆਵਾਂ ਤੈਨੂੰ ਦੇ ਰਹੀ, ਤੇਰੇ ਪਹੁੰਚੀਆਂ ਕਿ ਨਹੀਂ ਸਿੱਧੀਆਂ ਦੁਆਵਾਂ ਤੈਨੂੰ? 3-4 ਤੁਸੀਂ ਬੰਦੇ ਰੱਖ ਲਓ, ਮੁਲਾਜ਼ਮ, ਅਕਾਊਂਟੈਂਟ ਰੱਖ ਲਓ, ਜਿਹਨੇ ਪ੍ਰੋਪਰਟੀ ਦੇਖਣੀ ਜਾਣੀ ਉਹ ਰੱਖ ਲਓ, ਰਜਿਸਟਰੀ ਬੱਚਿਆਂ ਦੇ ਨਾਂ ਕਰਾਉਣੀ ਹੈ, ਜਿੰਨੀ ਦੇਰ ਬੱਚੇ ਤਾਂ ਹੋਣਗੇ ਬੰਦਾ ਮਕਾਨ ਨਹੀਂ ਵੇਚ ਸਕਦਾ, ਇਹ ਕੈਸੀ ਗੱਲ ਆ? ਯਾਨੀ ਇਹ ਨਹੀਂ ਕਿ ਵੀ ਮਹੀਨੇ ਬਾਅਦ ਬੰਦੇ ਨੂੰ ਕਿਹਾ ਵੀ ਵੇਚ ਕੇ ਤੇ ਅਸੀਂ ਕਰਨਾ, ਉਹ ਵੇਚ ਨਹੀਂ ਸਕਦਾ ਬੱਚਿਆਂ ਦੇ ਨਾਮ, ਉਹ ਬੱਚਿਆਂ ਦੇ ਨਾਮ ਕਮ ਅਜ਼ ਕਮ ਉਹਦੇ ਬੱਚੇ ਅਗਰ ਹੈਗੇ ਨੇ ਨਾ ਮਤਲਬ 5-7 ਸਾਲ ਦਾ, ਤੇ ਕਮ ਅਜ਼ ਕਮ 15 ਸਾਲ ਉਹ ਮਕਾਨ ਨਹੀਂ ਵੇਚ ਸਕਦਾ। ਬਿਲਕੁਲ ਜੀ, ਅੱਲਾਹ ਤਾਲਾ ਤੁਹਾਡੀ ਸਾਫ਼ ਨੀਅਤ ਨੂੰ। ਹੁਣ ਤੁਸੀਂ 3 ਜਣੇ ਬੈਠੇ ਹੋ, ਤੁਸੀਂ ਇਹਦੇ 'ਚ ਮੈਨੂੰ ਨੈਗੇਟਿਵ ਪਹਿਲੂ ਦੱਸੋ, ਫਿਰ ਤੁਹਾਨੂੰ ਮੈਂ ਦੱਸਦਾ। ਮੇਰਾ ਖਿਆਲ ਤਾਂ ਕੋਈ ਵੀ ਨਹੀਂ ਹੈ। ਨੈਗੇਟਿਵ ਪਹਿਲੂ ਇਹ ਆ, ਇਹਦੇ 'ਚ ਜਿਹੜਾ ਕੌਣ ਹੈ, ਜਿਹਨੇ ਮੈਨੂੰ ਸਿਫਾਰਿਸ਼ ਕਰਾਈ ਉਹਨੂੰ ਬਲੈਕਲਿਸਟ, ਉਹਦੇ ਕੋਲ ਮੰਗਣਾ ਵਾ, ਅਗਰ ਮੇਰੇ ਥਰੂ ਤੁਹਾਨੂੰ ਮਿਲਣਾ ਹੋਇਆ, ਉਹਨੇ ਦੇਣਾ ਹੋਇਆ, ਕੋਈ ਇਹਨੂੰ ਕੋਈ ਵਸੀਲਾ ਬਣ ਜਾਏ, ਸ਼ੋਖੀ ਹੁਸ਼ਿਆਰੀ ਚਲਾਕੀ ਨਹੀਂ ਕਰਨੀ, ਸਿਫਾਰਿਸ਼ਾਂ ਫਲਾਣੀਆਂ ਟੀਂਗੜੀਆਂ ਇਹ ਨਹੀਂ ਕਰਨੀਆਂ, ਇਹ ਚੱਕਰ ਹੀ ਕੋਈ ਨਹੀਂ, ਜਿਹਨੇ ਕੀਤਾ ਪਾਇਨ ਉਹ ਸਿੱਧੀ ਨਾ ਵਾ ਕਿ ਪਾਇਨ ਹੁਣ ਲਾਈਫ ਟਾਈਮ ਲਈ ਕੋਈ ਚੱਕਰ ਨਹੀਂ ਗਾ। ਹਾਂ ਰੱਬ ਅੱਗੇ ਦੁਆ ਕਰੋ ਕਿ ਯਾਰ ਸਰ ਸਾਨੂੰ ਦੇ ਦੇ, ਉਹਨੇ ਹੀ ਦੇਣਾ, ਨਾ ਇਹਨਾਂ ਨੇ ਦੇਣਾ ਜਿਹਨਾਂ ਨੇ 5-5,000 ਦੇਣਾ, ਨਾ ਮੈਂ ਦੇਣਾ ਨਾ ਕਿਸੇ ਨੇ, ਉਹਨੇ ਹੀ ਦੇਣਾ ਜੇ ਉਹਨੇ ਦੇਣਾ ਨਾ ਤੇ ਸਾਹ ਜੀ ਐਵੇਂ ਮੇਰੇ ਸਾਡੇ ਜੇਨ 'ਚ ਸਾਡੀ ਜਿਹੜੀ ਇੱਕ ਕਬੀਨਾ ਹੈ ਉਹਦੇ ਗੱਲ, ਇਹ ਨਹੀਂ ਕਿ ਭਾਈ ਜਾਣਾ ਇੱਕ ਬੰਦੇ ਨੇ ਜੇ ਇੱਕ ਮਿਸਾਲ ਆ 6 ਮਹੀਨੇ 5-5,000 ਦਿੱਤਾ ਤੇ 7ਵੇਂ ਮਹੀਨੇ ਕਹੇ ਯਾਰ ਮੇਰੇ ਮਹੱਲੇ 'ਚ ਇੱਕ ਬੰਦਾ ਜ਼ਰਾ ਜਾਨੀ ਉਹਦਾ ਵੀ ਕੋਈ ਹਿਸਾਬ ਲਵਾ ਦੇ, ਯਾਰ ਇੰਜ ਨਹੀਂ ਹੋਣਾ। ਤੁਸੀਂ ਸਿਰਫ ਪੈਸੇ ਦੇਣੇ ਨੇ ਤੇ ਵੇਖਣਾ ਕਿ ਵੀ ਇਸ ਵਾਰੀ ਇਹਨੂੰ ਮਿਲ ਗਿਆ, ਇਸ ਵਾਰੀ ਇਹਨੂੰ ਮਿਲ ਗਿਆ, ਇਸ ਵਾਰੀ ਇਹਨੂੰ ਮਿਲ ਗਿਆ। ਤੁਹਾਨੂੰ ਕੋਈ ਕਹੇ ਕਿ ਭਾਅ ਜੀ ਤੁਸੀਂ ਦਿੰਦੇ ਹੋ ਪੈਸੇ, ਜਾਨੀ ਨੂੰ ਕਹੋ ਸਾਡਾ ਵੀ ਆ ਦੇਖੋ ਔਲਾਦ, ਕਿਉਂਕਿ ਭਾਅ ਜੀ ਅਸੀਂ ਸਿਰਫ ਪੈਸੇ ਦੇਣੇ, ਉਸ ਤੋਂ ਅੱਗੇ ਸਾਡਾ ਕੋਈ ਚੱਕਰ ਨਹੀਂ। ਵਾਹ ਵਾਹ, ਅਸਲ ਤਰੀਕਾਕਾਰ ਵੀ ਇਹੀ ਹੈ। ਹਾਂਜੀ, ਕਿਉਂਕਿ ਉਹ ਅਸੀਂ ਪੂਰੀ ਉਹਦੀ ਤਹਿਕੀਕ ਗੱਲਬਾਤ, ਕੁਛ 2-4-5 ਐਸੇ ਪੁਆਇੰਟ ਨੇ ਜਿਹੜੇ ਇੱਥੇ ਮੈਂ ਦੱਸ ਦੇਵਾਂ ਦਿਲ ਕਰੇ ਤੁਸੀਂ ਪਹਿਲੇ ਹੀ ਸਿੱਧੇ ਕੀਤੇ ਹੋਣ, ਉਹ ਅਸੀਂ ਆਪ ਚੈੱਕ ਕਰਨੇ। ਬੜੀ ਜ਼ਿੰਮੇਦਾਰੀ ਲਗਾਉਂ,
ਪੰਜ ਤੋਂ ਸੱਤ ਇਹਦੇ ਇੰਪਲੋਏ ਹੋਣੇ ਨੇ ਇਸ ਕੰਮ ਦੇ, ਜਿਨ੍ਹਾਂ ਨੇ ਕਾਊਂਟ ਕਰਨਾ, ਜਿਨ੍ਹਾਂ ਨੇ ਰਿਮਾਈਂਡਰ ਦੇਣਾ, ਜਿਨ੍ਹਾਂ ਨੇ ਦੱਸਣਾ, ਜਿਨ੍ਹਾਂ ਨੇ ਹਿਸਾਬ ਰੱਖਣਾ ਇੱਕ ਇੱਕ ਰੁਪਈਏ ਦਾ ਜੀ। ਠੀਕ ਹੈ ਜੀ। ਇਹ ਮੈਂ ਇਸ ਤੋਂ ਮੈਂ ਕਿਹਾ ਸੀ ਕਿ ਯਾਰ ਮੈਂ ਇਹ ਨਹੀਂ ਸੀ ਕਿ ਮੈਨੂੰ ਭੇਜੋ ਪੈਸੇ, ਮੈਂ ਕਿਹਾ ਸੀ ਮੈਨੂੰ ਮਤਲਬ ਜਿਹਨੇ ਜੁਆਇਨ ਕਰਨਾ ਉਹ ਮੈਨੂੰ ਮੇਲ ਕਰੇ ਕਿ ਜੀ ਮੈਂ ਰੈਡੀ ਹਾਂ, ਮੈਂ ਉਹਨਾਂ ਦੀ ਇੱਕ ਲਿਸਟ ਬਣਾ ਲਵਾਂ ਨਾ, ਉਹ 100 ਬੰਦਾ ਆਵੇ, 200 ਆਵੇ, ਆਹਿਸਤਾ ਆਹਿਸਤਾ ਜਦੋਂ 500 ਹੋ ਜੇ ਪੂਰਾ ਜਾਂ 1000 ਹੋ ਜੇ ਉਦੋਂ ਫਿਰ ਉਹਨੂੰ ਸ਼ੁਰੂ ਕਰ ਲਾਂਗੇ। ਮੈਂ ਕਿਹੜਾ ਕਹਿ ਰਿਹਾ ਵੀ ਇੱਕ ਬੰਦਾ ਹੀ ਸਵੇਰੇ ਭੇਜ ਦੇਵੇ ਪੈਸੇ, ਨਹੀਂ ਸਿਰਫ ਆਪਣੇ ਆਪ ਨੂੰ ਇੰਦਰਾਜ ਕਰਾ ਦੇਵੇ ਕਿ ਭਾਜੀ ਮੈਂ ਇਹਦੇ ਚ ਸ਼ਾਮਲ, ਮੈਂ ਸ਼ਾਮਲ ਉਸਤਾਦ ਜੀ ਮੇਰਾ, ਮੈਂ ਗੱਲ ਕਰ ਰਿਹਾ ਨਾ ਹਰ ਬੰਦੇ ਨੂੰ ਪਤਾ ਵਾ ਖੁੱਲੀ ਡਰ, ਮੈਂ ਕਿਹੜਾ ਵੀ ਕਿਤੇ ਲੁੱਕ ਛੁਪ ਕੇ ਕਰਨਾ, ਹਰ ਬੰਦੇ ਤੁਸੀਂ ਕਰ ਲਓ ਭੈਣ, ਤੁਸੀਂ ਆ ਜਾਓ, ਤੁਹਾਡੇ ਚ ਕੋਈ ਆ ਕੇ ਨਾਲ ਰਲ ਜਾਵੇ ਤੁਸੀਂ ਕਰ ਲਓ, ਮੈਂ ਇੱਕ ਮਸ਼ਵਰਾ ਦਿੱਤਾ ਨਾ ਤੁਸੀਂ ਨਾ ਮੈਂ ਕਿਹੜਾ ਵੀ ਮੈਂ ਕਹਿ ਰਿਹਾ ਮੈਨੂੰ ਦੇ ਦਿਓ, ਮੈਂ ਜਾਣਾ ਮੇਰਾ ਕੰਮ ਜਾਣਾ, ਤੁਹਾਨੂੰ ਪਤਾ ਹੀ ਕੁਛ ਨੀ, ਹਰ ਚੀਜ਼ ਸਾਹਮਣੇ ਹੋਣੀ ਤੁਹਾਡੀ, ਹਰ ਚੀਜ਼ ਗੱਲਬਾਤ। ਔਰ ਮੇਰੇ ਹਿਸਾਬ ਦੇ ਨਾਲ ਨਾ ਇਹ ਜਿੰਨੇ ਸੋਸ਼ਲ ਮੀਡੀਆ ਤੋਂ ਜਿਹੜਾ ਬੰਦਾ ਇਸ ਟਾਈਮ ਬੜੇ ਬੜੇ ਯੂਟਿਊਬਰ ਨੇ ਸਾਡੇ ਸੈਂਕੜਿਆਂ ਦੇ ਹਿਸਾਬ ਨਾਲ ਆਪਣਾ ਗੱਡੀਆਂ ਕੋਠੀਆਂ ਕਾਰਾਂ ਸਾਰਾ ਇੰਤਜ਼ਾਮ ਕਰੀ ਜਾ ਰਹੇ ਨੇ, ਯਾਰ ਤੁਸੀਂ ਪੱਲਿਓ ਨਹੀਂ, ਹੁਣ ਮੈਂ ਪੱਲਿਓ ਦੇਣਾ, ਇੱਕ ਮਿਸਾਲ ਮੈਂ ਅਗਰ ਦੇਣਾ ਮੈਂ ਪੱਲਿਓ ਦੇਣਾ, ਮੈਂ ਜ਼ਿਆਦਾ ਜ਼ਿਆਦਾ ਕੀ ਹੈ 5000 ਮੈਂ ਪਾ ਲਾਂਗਾ, ਇੱਦਾਂ ਦੇ ਸਾਰੇ ਕਰ ਸਕਦੇ ਨਾ ਤੁਸੀਂ ਹਿਸਾਬ ਲਾ, 10-12-15-20 ਅਗਰ ਯੂਟਿਊਬਰ ਦੇ ਸ਼ੁਰੂ ਕਰ ਲੈਣ ਗੇਮ, ਹਰ ਮਹੀਨੇ 15 ਮਕਾਨ ਆਪਣੇ ਚਾਈ ਜਾ ਰਹੇ ਨੇ ਬੰਦਿਆਂ ਮਾੜਿਆਂ ਨੂੰ, ਤੈਨੂੰ ਪਤਾ ਕੀ ਕੀ ਹਾਲਾਤ ਹੋਏ ਪਏ ਨੇ ਕਿਰਾਏਦਾਰ, ਤੇ ਉਹਨੂੰ ਨੀ ਕਿ ਜਿਹੜਾ ਬੰਦਾ ਕਿਰਾਏ ਤੇ ਰਹਿ ਰਿਹਾ ਔਰ ਕਿਰਾਇਆ ਈਜ਼ੀ ਦੇਈ ਜਾ ਰਿਹਾ ਔਰ 1 ਲੱਖ ਰੁਪਏ ਕਮਾ ਰਿਹਾ ਉਹ 15,000 ਕਿਰਾਇਆ, ਉਹ ਨਹੀਂ ਜਿਹੜੇ ਅਫਾਜ਼ਾਰ ਹੋਏ ਪਏ ਨੇ ਜ਼ਿੰਦਗੀ ਚੋਂ, ਜਿਹਨਾਂ ਕੋਲ ਦੋ ਹੀ ਆਪਸ਼ਨ ਨੇ, ਜਾਂ ਕਿਰਾਇਆ ਦੇ ਲੈਣ, ਜੇ ਕਿਰਾਇਆ ਦਿੰਦੇ ਨੇ ਪਿੱਛੇ ਰੋਟੀ ਕੁਛ ਨੀ ਬਚਦਾ, ਜੇ ਉਹ ਕਰ ਲੈਣ ਤੇ ਉਹਨੂੰ ਕੁਛ ਨੀ ਬਚਦਾ, ਮਜਬੂਰ ਹੋਏ ਪਏ ਨੇ, ਬਹੁਤ ਘੱਟ ਰੇਸ਼ੋ ਹੋਏਗੀ, ਲੇਕਿਨ ਹੋ ਸਕਦਾ ਕਿਸੇ ਹੱਦ ਤੱਕ ਅਸੀਂ ਜਿਹੜਾ ਕ੍ਰਾਈਮ ਜਿਹੜਾ ਬੰਦਾ ਸੋਚਦਾ ਯਾਰ ਮੈਂ ਕੀ ਕਰਾਂ ਮੈਂ ਉਹਦੇ ਪੈਸੇ ਲੈ ਲਵਾਂ ਉਹਦੇ 'ਚ ਵੀ ਕੋਈ ਕਮੀ ਆ ਜਾਏ। ਹਾਂਜੀ ਸਾਜੀ, ਜਦੋਂ ਹੈ ਹੀ ਕੁਛ ਨੀ ਉਹ ਫਿਰ ਕ੍ਰਾਈਮ ਕਰਨ ਲੱਗਾ ਵੀ ਨਹੀਂ, ਬੰਦਾ ਡਰਦਾ ਨਹੀਂ ਦੇਖਦਾ, ਉਹਦੇ ਲਈ ਕ੍ਰਾਈਮ ਨਹੀਂ ਹੁੰਦਾ, ਉਹਦੇ ਲਈ ਬੱਚੇ ਹੁੰਦੇ ਨੇ, ਬੱਚੇ ਨੇ ਉਹਨੂੰ ਰੋਟੀ ਨਜ਼ਰ। ਪਹੁੰਚ ਗਿਆ ਤੁਹਾਡਾ ਜੀ, ਹੁਣ ਅਗਰ ਇਹਦੇ 'ਚ ਤੁਸੀਂ ਮੈਨੂੰ ਮਸ਼ਵਰਾ ਦਵੋ, ਕੋਈ ਗੱਲਬਾਤ ਕਰਨੀ ਚਾਹੋ, ਕੁਛ ਕਰਨਾ ਚਾਹੋ, ਮੈਨੂੰ ਪੈਸੇ ਹਾਲੇ ਨਹੀਂ ਚਾਹੀਦੇ, ਦਿਲ ਕਰੇ ਹਾਲੇ 5 ਮਹੀਨੇ ਲੱਗ ਜਾਣ ਸਾਨੂੰ, ਲੇਕਿਨ ਤੁਸੀਂ ਮੈਨੂੰ ਆਪਣਾ ਸਾਥ ਹੋਣ ਦਾ ਅਹਿਸਾਸ ਤੇ ਦਵਾਓ ਨਾ ਇਨਸ਼ਾਅੱਲਾ, ਤੇ ਜੇ ਨਹੀਂ ਤੇ ਮੈਂ ਤਾਂ ਸੋਚਿਆ ਹੀ ਨਾ, ਹੁਣ ਮੈਂ ਇਕੱਲਾ ਤਾਂ ਨਹੀਂ ਹਰ ਮਹੀਨੇ 50 ਲੱਖ ਪਾ ਸਕਦਾ ਕਰ ਸਕਦਾ, ਠੀਕ ਹੈ ਨਾ। ਮੈਂ ਉਹ ਮੈਨੂੰ ਜਿਹੜੀ ਜ਼ਾਤੀ ਤੌਰ 'ਤੇ ਇਹਦੇ ਵਿੱਚ ਨਾ ਸਭ ਤੋਂ ਜ਼ਿਆਦਾ ਮੈਂ ਆਪਣੀਆਂ ਉਹਨਾਂ ਭੈਣਾਂ ਦੀ ਉਹਨਾਂ ਬੱਚਿਆਂ ਦੇ ਚਿਹਰਾ ਵੇਖਣਾ ਚਾਹ ਰਿਹਾ ਉਸ ਟਾਈਮ, ਜਦੋਂ ਉਹਨੂੰ ਮੈਂ ਇੱਕਦਮ ਕਹਿਣਾ ਬਾਜੀ ਮੇਰੀ ਭੈਣ ਮੇਰੀ ਧੀ ਆ ਤੇਰਾ ਆਪਣਾ ਮੁਕਾਨ, ਆ ਦੇ ਤੇਰਾ ਨਾਂ ਲਿਖਿਆ, ਤੇਰਾ ਆਈ ਡੀ ਕਾਰਡ ਲਿਖਿਆ, ਉਸ ਟਾਈਮ ਮੈਂ ਉਹਦਾ ਚਿਹਰਾ ਵੇਖਣਾ ਚਾਹ ਰਿਹਾ, ਮੈਨੂੰ ਇਹ ਲਾਲਚ ਹੈ ਬਸ। ਕਾਲੂ ਬਾਹਰ ਬੈਠਾ ਨਾ, ਕਾਲੂ ਦੇ ਹੋ ਸਕਦਾ ਜੇ ਗੱਲ ਆ ਜੇ, ਤੇ ਆਪਾਂ ਏਦਾਂ ਕਰਾਂਗੇ ਨਾ ਵੰਡ ਕੇ ਇਹਨੂੰ, ਯਾਨੀ ਕਿ ਨਾ ਇੱਕ ਦਿਨ ਛੱਡ ਕੇ ਇੱਕ ਦਿਨ ਇਹਨੂੰ ਬਟਾ ਬਿਠਾ ਲਿਆ ਕਰਾਂਗੇ, ਔਰ ਉਹਦੇ 'ਚ ਵੀ ਇਹ ਕੋਈ ਥੋੜੀ ਬਹੁਤ ਤਿਆਰੀ ਤਿਊਰੀ ਕਰ ਲਵੇ, ਬਿਹਤਰ ਆ ਸਰ। ਹਾਂ ਮੈਂ ਤਾਂ ਦੱਸਿਆ ਇਹਦੇ ਮੈਨੂੰ ਟੌਪਿਕ ਦਾ ਪਤਾ, ਫਿਰ ਇਹਦੇ ਤੇ ਖੇਡ ਲਿਆ ਕਰਾਂਗੇ ਨਾ, ਇਹਨੂੰ ਅਗਰ ਬੁਲਾਉਣਾ ਨਾ ਤੇ ਮੈਨੂੰ ਪਤਾ ਇਹਨੂੰ ਕਿੱਦਾਂ ਬੁਲਾਉਣਾ,
ਇਹਦੇ ਨਾਲ ਗੱਲ ਕਰੋ ਵੀ ਜਿਹੜਾ ਬੰਦਾ ਮੁਰਗੀਆਂ ਲਾਲ ਕਰਦਾ ਉੱਥੇ ਕੀ ਕੀ ਐਟਮਾਂ ਕਰਦਾ, ਇਹ ਸਾਰੇ ਸ਼ੋਅ ਚ ਬੋਲੀ ਜੇ ਬੋਲੀ ਲਵ ਯੂ ਅੱਲਾ ਹਾਫਿਜ਼ ਕੱਲ ਫਿਰ ਮੁਲਾਕਾਤ ਹੋਈ